ਬੀ ਸੁਸ਼ਿਲ ਦੇ ਬਿਹਤ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜਸਵਿੰਦਰ ਬਰਾੜ ਜਸਵਿੰਦਰ ਬਰਾੜ ਨੂੰ ਪੰਜਾਬੀ ਸੰਗੀਤ ਜਗਤ 'ਚ ਅਖਾੜੀਆਂ ਦੀ ਰਾਣੀ ਵਜੋਂ ਜਾਣਿਆ ਜਾਂਦਾ ਹੈ ਇਹ ਲਗਭਗ ਪਿਛਲੇ 2.5 ਦਹਾਕਿਆਂ ਤੋਂ ਗਾਰੇ ਹਨ ਇਹਨਾਂ ਦਾ ਜਨਮ ਸਿਰਸਾ ਦੇ ਪਿੰਡ ਕਾਲਾਂਵਾਲੀ ਛੋਆ ਜਸਵਿੰਦਰ ਬਰਾੜ 1998 'ਚ ਆਈ ਆਪਣੀ ਪਹਿਲੀ ਟੇਪ ਕੀਮਤੀ ਚੀਜ਼ ਗਰੀਬਾਂ ਦੀ ਤੋਂ ਪਹਿਲਾਂ ਵੀ ਵੱਖ-ਵੱਖ ਗਾਇਕਾਂ ਦੇ ਨਾਲ ਇੱਕ ਸਾਈਟ ਸਿੰਗਰ ਵਜੋਂ ਅਖਾੜਿਆਂ ਦੇ ਵਿੱਚ ਜਾਇਆ ਕਰਦੇ ਸਨ ਪਹਿਲੀ ਟੈਪ ਕੀਮਤੀ ਚੀਜ਼ ਗਰੀਬਾਂ ਦੀ ਨੂੰ ਕੋਈ ਖਾਸ ਮਸ਼ਹੂਰੀ ਨਾ ਮਿਲੀ ਅਗਲੀ ਟੈਪ ਕੋਲ ਕੰਪਨੀ ਤੋਂ ਮੈਂ ਤੇਰੀ ਜਾਂਚ ਕਰੂੰਗੀ 1999 ਦੇ ਵਿੱਚ ਆਈ ਜਸਵਿੰਦਰ ਬਰਾੜ ਹੋਰਾਂ ਨੇ ਇਨ ਢਾਈ ਦੇ ਹੱਕਿਆਂ 'ਚ ਅਨੇਕਾਂ ਗੀਤ ਗਾਏ ਪਰ ਲੋਕ ਗੀਤ ਮਿਰਜ਼ਾ ਅੱਜ ਵੀ ਉਹਨਾਂ ਦੀ ਪਛਾਣ ਹੈ 2010 'ਚ ਉਹਨਾਂ ਨੂੰ ਸ਼੍ਰੋਮਣੀ ਲੋਕ ਗਾਇਕ ਅਤੇ ਪ੍ਰੋਫੈਸਰ ਮੋਹਨ ਸਿੰਘ ਮਲੇ ਦੀ ਸਟੇਜ ਤੋਂ ਸੰਗੀਤ ਸਮਰਾਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਸਾਚੀ ਕੰਨਨ ਸਤਿ ਸ਼੍ਰੀ ਅਕਾਲ ਜੀ ਚੈਨਲ ਵੀ ਸੋਸ਼ਲ ਤੇ ਸਿਗਨੇਚਰ ਪ੍ਰੋਗਰਾਮ ਦੇਖਦੇ ਸਾਰੇ ਸੁਸਬਾਨ ਸਤਿਕਾਰਯੋਗ ਦਸ਼ਕਨੋ ਜਸਵਿੰਦਰ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੇਨਾ ਤੁਹਾਡੀਆਂ ਇੰਟਰਵਿਊ ਸੁਣ ਰਹੀ ਸੀਗੀ ਤੇ ਤੇ ਵਿਚ ਛੋਏ ਤੁਹਾਨੂੰ ਵੀ ਛੇ ਆਇਆ ਮੇਰੇ ਵੱਲੋਂ ਨਿੱਘੀ ਜੀ ਤੇ ਪਿਆਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਮੈਨੂੰ ਪਹਿਲੀ ਵਾਰ ਕਿਸੇ ਨੇ ਵੈਲਕਮ ਕੀਤਾ ਇੰਟਰਵਿਊ ਵਿੱਚ ਨਹੀਂ 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 ਤੁਹਾਡੀਆਂ ਇੰਟਰਵਿਊਜ਼ ਮੈਂ ਸੁਣ ਰਹੀ ਸੀ ਇੱਕ ਇੰਟਰਵਿਊ ਚ ਤੁਸੀਂ ਕਿਹਾ ਕਿ ਮੈਨੂੰ ਬੜੇ ਸਾਰੇ ਕੰਪਲੀਮੈਂਟ ਮਿਲਦੇ ਨੇ ਪਰ ਇੱਕ ਕੰਪਲੀਮੈਂਟ ਜਿਹੜਾ ਮੈਨੂੰ ਜ਼ਿੰਦਗੀ ਚ ਸ਼ਾਇਦ 5 ਜਾਂ 6 ਇੱਕ ਵਾਰ ਮਿਲਿਆ ਹੋਊਗਾ ਕਿ ਤੂੰ ਸੋਹਣੀ ਬਹੁਤ ਤੇ ਮੈਂ ਅੱਜ ਤੁਹਾਨੂੰ ਕਹਿੰਨੀ ਆ ਕਿ ਵੈਸੇ ਤੇ ਕਾਲਾ ਰੰਗ ਜੋ ਜਿਹੜਾ ਮਰਜ਼ੀ ਪਾ ਲਵੇ ਉਹਦੇ ਤੇ ਫੱਬਦਾ ਪਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਨੂੰ ਮੈਨੂੰ ਉਹ ਉਹ ਹੈ ਵੀ ਮੈਂ ਕਿਉਂ ਨਹੀਂ ਬਿੰਦੀ ਲਾ ਕੇ ਇਹ ਬਿੰਦੀ ਦਾ ਸ਼ੌਕ ਮੈਂ ਜਾਤਾ ਅ ਪਹਿਲਾ ਤੁਸੀਂ ਮੈਨੂੰ ਖੂਬਸੂਰਤ ਗਿਆ ਜੀ ਸ਼ੁਕਰੀਆ ਖੂਬਸੂਰਤੀ ਕਹਿੰਦੇ ਦੇਖਣ ਵਾਲੇ ਦੀ ਅੱਖ ਚ ਹੁੰਦੀ ਹੈ ਕਹਿੰਦੇ ਕੁਮਾਂ ਦਾ ਬੱਚਾ ਕਾਣਾ ਵੀ ਹੋਵੇ ਉਹਨੂੰ ਪੂਰੀ ਦੁਨੀਆ ਨਾਲੋਂ ਸੋਹਣਾ ਲੱਗਦਾ ਜਿਹਨੂੰ ਆਪਾਂ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਉਹ ਆਪਾਂ ਨੂੰ ਪੂਰੀ ਦੁਨੀਆ ਨਾਲੋਂ ਸੋਹਣਾ ਲੱਗਦਾ ਇੱਕ ਕੁੜੀ ਦਾ ਵਿਆਹ ਹੁੰਦਾ ਨਾ ਉਹਦੇ ਲਈ ਪੇਰੈਂਟਸ ਇੱਕੋ ਹੀ ਲੜਕਾ ਚੂਜ਼ ਕਰਦੇ ਆ ਪੂਰੀ ਦੁਨੀਆ 'ਚ ਪਰ ਉਹ ਲੜਕਾ ਉਹਨੂੰ ਪੂਰੀ ਦੁਨੀਆ ਚ ਖੂਬਸੂਰਤ ਲੱਗਦਾ ਇਸੇ ਕਰਕੇ ਮੈਂ ਤੁਹਾਡੀ ਅੱਖ ਦੀ ਤੇ ਤੁਹਾਡੀ ਸੋਚ ਦੀ ਤਾਰੀਫ ਕਰਦੀ ਹਾਂ ਜਿਹੜੇ ਅੱਜ ਮੈਂ ਤੁਹਾਨੂੰ ਸੋਹਣੀ ਲੱਗੀ ਤੇ ਬਿੰਦੀ ਮੈਂ ਜਦੋਂ ਨਮੀ ਨਮੀ ਸਿੰਗਰ ਬਣੀ ਸੀ ਉਦੋਂ ਮੈਂ ਬਰੀਕ ਜੀ ਬਿੰਦੀ ਲਾਉਂਦੀ ਸੀ ਤੇ ਹੁਣ ਇਹ ਮੇਰੀ ਬੇਟੀ ਦੀ ਚੁਆਇਸ ਹੈ ਵੀ ਮਮਾ ਤੁਸੀਂ ਬਰੀਕ ਜੀ ਬਿੰਦੀ ਲਾਇਆ ਕਰੋ ਬਿਲਕੁਲ ਮੈਨੂੰ ਤੁਹਾਡੇ ਲਈ ਇੰਨੀ ਸੋਹਣੀ ਲੱਗੀ ਮੈਨੂੰ ਹੈ ਵੀ ਮੈਂ ਕਿਉਂ ਨਹੀਂ ਲਾ ਕੇ ਆਈ ਅੱਗੀ ਹਾਂ ਤੇ ਆਪਣੇ ਕੋਲ ਪਤਾ ਪਿਆ ਸੀ ਆਪਾਂ ਲਾ ਲੈਣੇ ਤਕਰੀਬਨ 2.5 ਦਹਾਕੇ ਹੋ ਗਏ ਤੁਹਾਡੇ ਗਾਇਕੀ ਦੀ ਸ਼ੁਰੂਆਤ ਹੋਈ ਨੋ ਪਾਵੇਂ ਤੁਹਾਡੀ ਪਹਿਲੀ ਟੇਪ ਦੀ ਗੱਲ ਹੋਵੇ ਪਰ ਟੇਪ ਦੇ ਆਉਣ ਤੋਂ ਪਹਿਲਾਂ ਵੀ ਤੁਹਾਡੀਆਂ ਸਟੇਜਾਂ ਲੱਗਦੀਆਂ ਸੀਗੀਆਂ ਤੁਸੀਂ ਇੱਕ ਸਾਈਡ ਸਿੰਗਰ ਦੇ ਤੌਰ ਤੇ ਜਾਂ ਫਿਰ ਇੱਕ অর্ਕੈਸਟਰ ਗਰੁੱਪ ਦੇ ਨਾਲ ਤੁਸੀਂ ਇੱਕ ਗਾਇਕ ਬਣ ਕੇ ਜਾਂਦੇ ਹੁੰਦੇ ਸੀਗੇ ਤੁਸੀਂ ਕਦੇ ਖੁਦ ਦੇ ਸਫ਼ਰ ਨੂੰ ਦਰਸ਼ਕ ਬਣ ਕੇ ਵੇਖਿਆ ਜਾਂ ਵੀ ਇੱਕ ਜਸਵਿੰਦਰ ਬਰਾੜ ਨੂੰ ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਢਾਈ ਦਹਾਕੇੰ ਦਾ ਸਫ਼ਰ ਜਸਵਿੰਦਰ ਬਰਾੜ ਦਾ ਕਿਵੇਂ ਦਾ ਰਿਹਾ ਮੈਂ ਹਮੇਸ਼ਾ ਆਪਣੀ ਦਰਸ਼ਕ ਰਹੀ ਹਾਂ ਹਮੇਸ਼ਾ ਹਰ ਰੋਜ਼ ਜਿਸੰਦਰ ਬਰਾੜ ਆਪ ਦੀ ਵਾਰੇ ਸੋਚਦੀ ਐ ਹਰ ਰੋਜ਼ ਕਿਸੇ ਨਾ ਕਿਸੇ ਸਟੇਜ ਬਾਰੇ ਆਪ ਦੇ ਬ੍ਰੇਨ ਚ ਲੈ ਕੇ ਉਸ ਸਟੇਜ ਨੂੰ ਨੋਟ ਕਰਦੀ ਐ ਤੇ ਮੈਨੂੰ ਲੱਗਦਾ ਵੀ ਹਾਲੇ ਮੈਂ ਕੁਝ ਵੀ ਨਹੀਂ ਖਟਿਆ ਸਮੇ ਦੇ ਸਟਰਗਲ ਦੇ ਅੰਦਰ ਕਹਿੰਦੇ ਇੱਕ ਜ਼ਰੂਰਤ ਨੂੰ ਪੂਰੀ ਕਰਨਾ ਉਹਨੂੰ ਖਟਣਾ ਨਹੀਂ ਕਹਿੰਦੇ ਹਾਲ ਤੱਕ ਮੈਂ ਆਪਦੀਆਂ ਜ਼ਰੂਰਤਾਂ ਹੀ ਪੂਰੀਆਂ ਕੀਤੀਆਂ ਹੁਣ ਤੱਕ ਹਨਾ ਉਹਨੂੰ ਖਟਣਾ ਨਹੀਂ ਉਹ ਇੱਕ ਅਸੀਂ ਆਪ ਦੀ ਜ਼ਿੰਦਗੀ ਦੀਆਂ ਕਾਮੀਆਂ ਨੂੰ ਪੂਰਾ ਕੀਤਾ ਹਨਾ ਜੋ ਜੋ ਸਾਨੂੰ ਚਾਹੀਦਾ ਸੀ ਆਪਦੀ ਲਾਈਫ ਦੇ ਅੰਦਰ ਉਹ ਲੈ ਕੇ ਆਉਂਦਾ ਹੈ ਗਾਇਕੀ ਦੇ ਅੰਦਰ ਜੋ ਮੈਨੂੰ ਪਸੰਦ ਹੈ ਜਾਂ ਮੈਂ ਕੁਝ ਜਿਹੜੇ ਮੇਰੇ ਸੁਪਨੇ ਦੱਬੇ ਹੋਏ ਨੇ ਜੋ ਮੈਂ ਉਹ ਕਰਨਾ ਚਾਹੁੰਦੀ ਆ ਉਹ ਖਾਲੀ ਬਹੁਤ ਕੁਝ ਬਾਕੀ ਹੈ ਬਹੁਤ ਕੁਝ ਬਾਕੀ ਗਣਤਡ ショਕ ਨਹੀਂ ਸੀਗਾ ਤੁਹਾਡੀ ਜ਼ਰੂਰਤ ਬਣ ਗਿਆ ਸੀ ਤੁਹਾਡੀ ਜ਼ਰੂਰਤ ਦੇ ਵਿੱਚੋਂ ਹੀ ਤੁਹਾਡੀ ਗਾਇਕੀ ਨਿਕਲੀ ਆ ਤਾਂ ਇਹਨਾਂ ਢਾਈ ਦਹਾਕਿਆਂ ਦੇ ਵਿੱਚ ਤੁਸੀਂ ਪਹਿਲੇ ਦਿਨ ਵਾਂਗੂ ਜ਼ਰੂਰਤ ਸਮਝ ਕੇ ਹੀ ਗਾਉਂਦੇ ਰਹੇ ਜਾਂ ਫਿਰ ਕਿਤੇ ਨਾ ਕਿਤੇ ਗਾਇਕੀ ਹੋਣ ਆ ਕੇ ਤੁਹਾਡਾ ਸ਼ੌਂਕ ਜਾਂ ਫਿਰ ਤੁਹਾਡਾ ਜਨੂੰਨ ਬਣੀ ਪਹਿਲਾ ਪਹਿਲਾ ਮੈਂ ਜਦੋਂ ਮੇਰੀ ਜ਼ਰੂਰਤ ਸੀ ਵੀ ਉਦੋਂ ਵੀ ਮੈਨੂੰ ਗਾਇਕੀ ਨਾਲ ਇਸ਼ਕ ਹੁੰਦਾ ਸੀ ਉਦੋਂ ਜਦੋਂ ਮੈਂ ਸਾਈਡ ਤੇ ਜਾਂਦੀ ਉਦੋਂ ਆਰਕੈਸਟਰਾ ਵਾਲਿਆਂ ਦੀ ਇੱਕ ਡਿਮਾਂਡ ਹੁੰਦੀ ਸੀਗੀ ਇੱਕ ਮੈਂ ਹੋਰ ਤੁਹਾਨੂੰ ਸੱਚ ਦੱਸਦਾ YouTube ਤੇ ਆਮੀ ਪਾ ਦਿੰਦੇ ਆ ਜੀ ਸੰ 80 ਚ ਫਲਾਣਾ ਗੀਤ ਆ ਹਨਾ ਜੀ ਤੇ ਹਾਲਾਂਕਿ ਉਦੋਂ ਮੈਨੂੰ ਲੱਗਦਾ ਮੈਂ 5-6 ਸਾਲਾਂ ਦੀ ਹਾਂ ਮੇਰਾ 73 ਦਾ ਬਰਥ ਜੀ ਹੈਨਾ ਜੀ ਤੇ ਪਤਾ ਨਹੀਂ ਮੈਨੂੰ ਕੀ ਕੁਝ ਲਿਖ ਕੇ ਪਾ ਦਿੰਦੇ ਜਿਵੇਂ 75 ਚ ਆ ਗਏ ਤਾਂ ਆ ਸੰ 80 ਚ ਆ ਗਏ ਤਾਂ ਆ ਹੈਨਾ ਇਹ ਆਇਆ ਉਹ ਆਇਆ ਜਦੋਂ ਮੇਰੀ ਜ਼ਰੂਰਤ ਸੀ ਉਦੋਂ ਵੀ ਮੇਰਾ ਇਸ਼ਕ ਸਟੇਜ ਨਾਲ ਐਨ ਆਈ ਸੀ ਉਹ ਕਿਉਂ ਸੀ ਕਿਉਂਕਿ ਜੇ ਵੀ ਮੈਂ ਅੱਜ ਵਰੀਆ ਕੰਮ ਕਰਕੇ ਜਾਊਂਗੀ ਨਾ ਮੈਨੂੰ ਫੇਰ ਕੋਈ ਦੂਜਾ ਔਰਕੈਸਟਰ ਵਾਲਾ ਬੁੱਕ ਕਰੂ ਮੈਨੂੰ ਜਦੋਂ ਜਦੋਂ ਮੇਰੀ ਜ਼ਰੂਰਤ ਸੀ ਉਦੋਂ ਵੀ ਮੈਂ ਇਸ਼ਕਨਾ ਕੰਮ ਕੀਤਾ ਭਾਵੇਂ ਮੈਂ ਬਿਲਕੁਲ ਸਿੱਧਾ ਸਾਦਾ ਗਾਇਆ ਜਿਹੜਾ ਗਾਣਾ ਮੈਂ ਅੱਜ ਸੁਣ ਲੈਂਦੀ ਵੀ ਉਦੋਂ ਦਲੇਰਮਹਿੰਦੀ ਸਭ ਦਾ ਗਾਣਾ ਆਇਆ ਸੀ ਗੱਡੇ ਤਾਂ ਨਾ ਚੜਦੀ ਕਿੜੀ ਰੇ ਤੇ ਨਾ ਚੜਦੀ ਤੇ ਉਦੋਂ ਮੇਰੀ ਬਿਲਕੁਲ ਨਵੀਂ ਐਂਟਰੀ ਸੀ ਇਸ ਦੇ ਅੰਦਰ ਦਿਨੇ ਟੀਵੀ ਤੇ ਵਜਿਆ ਤੇ ਮੈਨੂੰ ਉਹ ਦਾ ਅਕਟੋਬਰ ਕਾਰਡਾ ਵਗੈਰਾ ਨਾ ਹੀ ਮੇਰੀ ਜਿਹ ਹਿੰਮਤ ਹੈਗੀ ਸੀਗੀ कि मैं पैसे लावां टेप पर वगैरह थी दुनिया च सीगी पर साडी ਘਰੇ ਹੈ ਨਹੀਂ ਸੀਗੀ ਮੈਂ ਕੀ ਕੀਤਾ ਮੇਰੇ ਮੈਂ بڑے ਦਿਮਾਗ ਨਾਲ ਟੀਵੀ ਤੇ ਜੋ ਦੋ ਗਾਣਾ ਆਇਆ ਉਹ ਸੁਣਿਆ ਤੇ ਸਿਰਫ ਤਿੰਨ ਚਾਰ ਲਾਈਨਾਂ ਮੇਰੇ ਉਸ ਗਾਣੇ ਦੀਆਂ ਯਾਦ ਰਹੀਆਂ ਗੱਡੇ ਤੇ ਨਾ ਚੜਦੀ ਕਿਹੜੀ ਰੇ ਤੇ ਮੈਂ ਮੇਰੇ ਖਿਆਲ ਰਾਤ ਨੂੰ 1 ਵਜੇ ਤੱਕ ਮੈਂ ਆਪਦੇ ਦਿਮਾਗ ਨਾਲ ਗਾਣਾ ਪੂਰਾ ਕਰ ਲਿਆ ਵੀ ਕੱਲ ਨੂੰ ਮੈਂ orchestra ਤੇ ਜਾਣਾ ਉਹ ਪੰਜਾਬੀ ਸਟੇਜ ਹੈ ਤੇ ਮੈਂ ਉੱਥੇ ਇਹ ਗਾਣਾ ਗਾਉਣਾ ਕੁਛ ਕੁ ਲੈਣਾ ਦਲੇਰ ਮਹਿੰਦੀ ਸਾਹਿਬ ਦੀਆਂ ਸੀ ਤੇ ਕੁਛ ਮੈਂ ਆਪਣੇ ਵੱਲੋਂ ਲਿਖ ਕੇ ਉਹ ਗਾਣਾ ਮੇਰੇ ਖਿਆਲ 20 ਵਾਰੀ ਸੁਣਿਆ ਕਿਉਂਕਿ ਉਹ ਪਹਿਲੇ ਦਿਨ ਸੀ ਤੇ ਹਿੱਟ ਗਾਣਾ ਸੀ ਸੁਪਰ ਡੁਪਰ ਤੇ ਉਸ ਬਾਅਦ ਮੈਂ ਘਰੇ ਆ ਕੇ ਹੌਲੀ ਹੌਲੀ ਹੌਲੀਆਂ ਨੇ ਪੂਰਾ ਗੀਤ ਕਰ ਲਿਆ ਬਿਲਕੁਲ ਅ ਜਿਵੇਂ ਤੁਹਾਡੇ ਜਿਹੜੇ ਵੱਡੇ ਭੈਣ ਜੀ ਸੀਗੇ ਉਹਨਾਂ ਨੂੰ ਗੀਤ ਸੁਣਨ ਦਾ ਜਾਗੌਣ ਦਾ ਉਹਨਾਂ ਦੀ ਨੇਚਰ ਤੁਹਾਡੇ ਤੋਂ ਬਿਲਕੁਲ ਆਪੋਜ਼ਿਟ ਸੀਗੀ ਜਿਵੇਂ ਤੁਹਾਡੀ ਤੁਹਾਡੇ profession ਤੋਂ ਬਿਲਕੁਲ ਆਪੋਜ਼ਿਟ ਰਹੀ ਇੱਕ ਇੰਟਰਵਿਊ ਵਿੱਚ ਤੁਸੀਂ ਦੱਸਦੇ ਹੋ ਕਿ ਜਦੋਂ ਕਿਤੇ ਇਹ ਹੁੰਦਾ ਸੀਗਾ ਵੀ ਅਸੀਂ ਰੇਡੀਓ ਸੁਣਨਾ ਤਾਂ ਸਾਡੀ ਮੰਮੀ ਤੋਂ ਬੜੀ ਵੱਡੀ ਸਜ਼ਾ ਸਾਨੂੰ ਮਿਲਦੀ ਹੁੰਦੀ ਸੀਗੀ ਹਨਾ ਮੈਂ ਤਾਂ ਸੁਣਦੀ ਸੀ ਬਟ ਇਹ ਸਿਸਟਰ ਸੁਣਦੇ ਸੀ ਉਹ ਉਹਨਾਂ ਨੇ ਕੀ ਕਰਨਾ ਮਮੀ ਪਾਪਾ ਦਾ ਰੂਮ ਅੱਡ ਹੁੰਦਾ ਸੀ ਬ੍ਰਦਰ ਹੋਰਾਂ ਦੇ ਅੱਡ ਪਿੰਡਾਂ 'ਚ ਜਿਵੇਂ ਸਿੱਧੇ ਚਾਰ ਕਮਰੇ ਨਹੀਂ ਹੁੰਦੇ ਮੂਰੇ ਬਰਾਂਡਾ ਹੁੰਦਾ ਇੱਕ ਇਧਰ ਕਮਰਾ ਹੁੰਦਾ ਇੱਕ ਇਧਰ ਮੂਰੇ ਵੱਡਾ ਸਾਰਾ ਵਿਹੜਾ ਉਸ ਟਾਈਪ ਦਾ ਸਾਡਾ ਘਰ ਸੀ ਜੀ ਤੇ ਮੈਂ ਐਸੀ ਵੱਡੀ ਸਿਸਟਰ ਨੇ ਤੇ ਜਦੋਂ ਮੈਂ ਪਹਿਣਾ ਬਿਬੜ ਭਾਰਤੀ ਤੇ ਰਾਤ ਨੂੰ ਮੈਨੂੰ ਟਾਈਮ ਨਹੀਂ ਯਾਦ ਛੋਟੀ ਸੀ ਮੈਂ ਤੇ ਵੱਡੀ ਸਿਸਟਰ ਨੇ ਪਾਪਾ ਜੀ ਦਾ ਰੇਡੀਓ ਚੋਰੀ ਕਰ ਲੈਣਾ ਹੌਲੀਕ ਦਿਨ ਤੇ ਉੱਤੇ ਪੂਰੀ ਰਜਾਈ ਖਸ ਕੇ ਵੀ ਕਿਸੇ ਪਾਸੇ ਹਵਾ ਵੀ ਨਹੀਂ ਲੱਗਣੀ ਚਾਹੀਦੀ ਤੇ ਉਹਦੇ ਚ ਚੋਰੀਓ ਗੀਤ ਸੁਣਨੇ ਜੀ ਤੇ ਉਦੋਂ ਮਹਾਰਾਜ ਹੱਸਦਾ ਹੋਣਾ ਵੀ ਅੱਜ ਗੀਤ ਨੂੰ ਤੁਸੀਂ ਚੋਰੀਓ ਸੁਣਦੇ ਹੋ ਪਾਗਲੋ ਇਹਨਾਂ ਗੀਤਾਂ ਨੂੰ ਕਿਸੇ ਵੇਲੇ ਤੁਸੀਂ ਸਟੇਜ ਤੇ ਗਾਉਂ ਮੇਰੇ ਪੁੱਛਣ ਦੇ ਇਹੀ ਕਾਰਨ ਸੀਗਾ ਕਿਉਂਕਿ ਚਲੋ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਤੁਹਾਨੂੰ ਉਹਨੂੰ ਪਛਾਣਨ ਤੋਂ ਵੀ ਨਾ ਕਰ ਦਿੱਤੀ ਜਦੋਂ ਤੁਸੀਂ ਸਟੇਜਾਂ ਤੇ ਜਾ ਕੇ ਗਾਉਣ ਲੱਗੇ ਕਿ ਸਾਡੇ ਘਰਾਂ ਨੂੰ ਇਹ ਜਿਹੜਾ ਕਿਤਾ ਨਹੀਂ ਸੋਭਦਾ ਹੈ ਜਾਂ ਕੁੜੀਆਂ ਦਾ ਸਟੇਜ ਦੇ ਉੱਪਰ ਖੜ ਕੇ ਗਾਉਣਾ ਨਹੀਂ ਸੋਭਦਾ ਸਾਨੂੰ ਹਨਾ ਪਾਰੇ ਤੁਹਾਡੇ ਪਰਿਵਾਰ ਦੇ ਵਿੱਚ ਜਿੱਥੇ ਰੇਡੀਓ ਵੀ ਚੋਰੀ ਸੁਣਨਾ ਪੈਂਦਾ ਸੀਗਾ ਪਰਿਵਾਰ ਨੇ ਇਹ ਚੀਜ਼ ਕਿੰਨੇ ਕੁ ਛੇਤੀ ਤੁਹਾਡੀ ਐਕਸੈਪਟ ਕਰ ਲਈ ਸੀ ਜਦੋਂ ਤੁਸੀਂ ਕਿਹਾ ਕਿ ਅਗਰ ਮੈਂ ਗਾ ਸਕਦੀ ਆ ਤਾਂ ਮੈਂ ਆਪਣੀ ਗਾਇਕੀ ਦੀ ਕਲਾ ਕਿਉਂ ਨਾ ਲੱਖਾਂ ਹਜ਼ਾਰਾਂ ਲੋਕਾਂ ਤੱਕ ਲੈ ਕੇ ਜਾਵਾਂ ਅ ਹੁਣ ਜਦੋਂ ਮੈਂ ਮੈਚ्योर ਹੋ ਗਈ ਜਿਹੜੇ ਰਿਸ਼ਤੇਦਾਰ ਮਨਾ ਕਰਦੇ ਸੀ ਜਾਂ ਜਾਣ ਪਛਾਣ ਵਾਲੇ ਮਨਾ ਕਰਦੇ ਸੀ ਅੱਜ ਕਿਸੇ ਨਾ ਕਿਸੇ ਥਾਂ ਤੇ ਉਹ ਵੀ ਮੈਨੂੰ ਸਹੀ ਲੱਗਦੇ ਨੇ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਸੀ ਜੀ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਆਂ ਉਦੋਂ ਆਪਾਂ ਕਿਸੇ ਨੂੰ ਰੋਕਦੇ ਆਂ ਵੀ ਕੋਈ ਥਰਡ ਪਰਸਨ ਸਾਡੇ ਬੱਚੇ ਨੂੰ ਕੁਝ ਕਹਿ ਨਾ ਦੇਵੇ ਹੂੰ ਜਦੋਂ ਛੋਟੀ ਸੀ ਉਦੋਂ ਗੁੱਸਾ ਆਉਂਦਾ ਸੀ ਹੂੰ ਹੁਣ ਜਦੋਂ ਮੈਚ્યોਰ ਹੋ ਗਈ ਹੁਣ ਇਹਨਾਂ ਚੀਜ਼ਾਂ ਨੂੰ ਜਦੋਂ ਮੈਂ ਆਪਦੀ ਬੇਟੀ ਨੂੰ ਰੋਕਦੀ ਆਂ ਤੋ ਆਹ ਕਪੜਾ ਨਹੀਂ ਪਾਉਣਾ ਹਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਉਦੋਂ ਮੇਰੇ ਵਾਲੀ ਜਗ੍ਹਾ ਤੇ ਉਹ ਸੀਗੇ ਜਿਹੜੇ ਰਿਸ਼ਤੇਦਾਰ ਸੀ ਅੱਜ ਮੈਨੂੰ ਆਪਦੀ ਥਾਂ ਤੇ ਉਹ ਸਹੀ ਲੱਗਦੇ ਨੇ ਪਰ ਆਪਦੀ ਥਾਂ ਤੇ ਆਪਣੀ ਥਾਂ ਤੇ ਸਾਡਾ ਪਰਿਵਾਰ ਸਹੀ ਸੀ ਕਿਉਂਕਿ ਸਾਡੇ ਕੋਲ ਕੋਈ ਹੋਰ ਸੋਰਸ ਹੀ ਹੈ ਨਹੀਂ ਸੀ ਹੂੰ ਬਿਨਾ ਗਾਇਕੀ ਤੋਂ ਹਾਂ ਪਰ ਜਦੋਂ ਗਾਇਕੀ ਸ਼ੁਰੂ ਕੀਤੀ ਆਪਦੇ ਪੇਰੈਂਟਸ ਨਾਲ ਆਪਦੇ ਭੈਣ ਭਰਾਵਾਂ ਨਾਲ ਕੀਤੀ ਪੂਰਾ ਪਰਿਵਾਰ ਮੈਂ ਹਮੇਸ਼ਾ ਦੱਸਦੇ ਹੁੰਨੇ ਵੀ ਕਿ ਟੁੱਟਿਆ ਜਾਂ ਟੈਤੀ ਸੀ ਉੱਥੇ ਪੁਰਾਣਾ ਕੋਈ ਨਾਲੇ ਦੀ ਗੰਢ ਬੰਨੀ ਅੱਛਾ ਹੋਈ ਸੀ ਜਦੋਂ ਅਸੀਂ ਫੈਮਿਲੀ ਇੱਥੇ ਬਠਿੰਡੇ ਸ਼ਹਿਰ ਤੇ ਸ਼ਿਫਟ ਹੋਏ ਸੀ ਤੋ ਨਾਲ 50 ਗਾਇਜ ਦਾ ਘਰ ਆ ਪਹਿਲਾ ਅਸੀਂ ਇਹਦੇ ਚ ਕਰਾਈ ਤੀ ਗਾਈ ਮੇਰੇ ਖਿਲ ਪੰਜ-ਛੇ ਮਹੀਨਾ ਬਾਅਦ ਹੀ ਅਸੀਂ ਇਹਨੂੰ ਮਤਲਬ ਲੋਨ ਨਹੀਂ ਹੁੰਦਾ ਜੀ 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 35000 ਭਰਤਾ ਸੀ ਫਤਨੀ 30 ਪਰ 33 ਬਕਾਇਆ ਅਸੀਂ ਕਿਸ਼ਤਾਂ ਰਹੀਂ ਦਿੱਤਾ ਮੈਂਤੀ ਮੇਰੀ ਮੰਮੀ ਬਹੁਤ ਮਿਹਨਤੀ ਸੀ ਬਹੁਤ ਨਾ ਕੈਨੀ ਵੀ ਮੇਰੇ ਮੰਮਾ ਨੂੰ ਕੋਈ ਦੇਖ ਲੈਣਾ ਤਾਂ ਅਗਲਾ ਕਦੇ ਵੀ ਐਸੀ ਨਪਨ ਔਰਤੇ ਪੈਦਾ ਰੱਬ ਨੇ ਕਿਵੇਂ ਕੀਤੀ ਸੂਈ ਤੋਂ ਲੈ ਕੇ ਉਹ ਕਿਹੜਾ ਕੰਮ ਹੈ ਜਿਹੜਾ ਉਹਨਾਂ ਨੂੰ ਨਹੀਂ ਆਉਂਦਾ ਬਿਲਕੁਲ ਤੇ ਉਹ ਗੁਣ ਉਹਨਾਂ ਨੇ ਸਾਡੇ 'ਚ ਭਰੇ ਹੂੰ ਸੁਖਵਿੰਦਰ ਅੰਮ੍ਰਿਤ ਲਿਖਦੇ ਨੇ ਕਿ ਹਰ ਯੁੱਗ ਵਿੱਚ ਮਾਮਾ ਧੀਆ ਨੂੰ ਕੁਝ ਨਾ ਕੁਝ ਜ਼ਰੂਰ ਕਹਿੰਦੀਆਂ ਨੇ ਤੁਹਾਡੀ ਮਦਰ ਨੇ ਤੁਹਾਨੂੰ ਦਿੱਤਾ ਹੁਣ ਤੁਸੀਂ ਤੁਹਾਡੀ ਬੇਟੀ ਵੀ ਜਵਾਨ ਹੈ ਪਲਸ 2 ਆਲਮੋਸਟ ਉਹਦੀ ਖਤਮ ਹੋ ਗਈ ਆ ਤੇ ਤੁਸੀਂ ਉਹਨੂੰ ਕੀ ਕਹਨੇ ਹੋਗਾ ਹਾਂ ਇੱਕ ਤਾਂ ਮੈਂ ਕੋਈ ਵੀ ਚੀਜ਼ ਉਹ ਤੇ ਬਾਉਂਡ ਨਹੀਂ ਕਰਦੀ ਮੈਂ ਉਹਨੂੰ ਐ ਨਹੀਂ ਕਹਿੰਦੀ ਕਿ ਤੂੰ ਆ ਬਣਨਾ ਤੂੰ ਆ ਬਣਨਾ ਮੈਂ ਕਹਿਆ ਨਹੀਂ ਹੁਨੇ ਵੀ ਪੁੱਤ ਤੂੰ ਆਪਦੇ ਪਾਪਾ ਦਾ ਗਰੂਰ ਹੈ ਹੂੰ ਬਸ ਗਰੂਰ ਨਾ ਤੋੜੀ ਕੁਝ ਬਣ ਜੀ ਆਪਦੇ ਪੈਰਾਂ ਤੇ ਖੜੀ ਹੋ ਜੀ। ਇਸ ਯੁੱਗ ਚ ਲੇਡੀਜ਼ ਆ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੈ। ਹੂੰ। ਪਰ ਪਰਮਾਤਮਾ ਨੇ ਆਪਾਂ ਨੂੰ ਸ਼ੁਰੂ ਤੋਂ ਹੀ ਦਿੱਤੇ ਆ ਪਹਿਲਾਂ ਪਰਮਾਰੰਗ ਦੀ ਇਜਾਜ਼ਤ ਨਹੀਂ। ਹੁਣ ਪੇਰੈਂਟਸ ਪਰ ਲੈ ਕੇ ਅਸੀਂ ਖੁਦ ਆਪਣੀਆਂ ਬੱਚੀਆਂ ਨੂੰ ਕਹਿੰਦੇ ਆ ਵੀ ਤੁਸੀਂ ਕੁਝ ਬਣੋ। ਮੈਂ ਬਾਉਂਡ ਨਹੀਂ ਕਰਦੀ ਹੂੰ। ਖਦੇ ਵੀ ਨਹੀਂ ਮੈਂ ਕਰਾਂ। ਜੀ। ਬਸ ਮੈਂ ਕਹਿੰਨੇ ਹੁਨੇ ਆਪਣੇ ਪਾਪਾ ਦਾ ਤੂੰ ਗਰੂਰ ਆ ਆਪਦੇ ਪਿਓ ਦੀ ਪਰਿ ਹੈ। ਮੈਂ ਆਪਦੀ ਸ਼ਰਤ ਵੀ ਨਹੀਂ ਰੱਖਦੀ। ਤੇ ਆਪਦੇ ਪਿਓ ਦਾ ਗਰੂਰ ਨਾ ਤੋੜੀ। ਬਸ। ਮਿਲਕ ਜਦੋਂ ਮੈਂ ਤੁਹਾਨੂੰ ਦੇਖਿਆ ਸੀਗਾ ਜਾਂ ਕਿਉਂਕਿ ਸਾਡੇ ਬਚਪਨ ਦੇ ਗਾਇਕ ਹੁੰ ਤੁਸੀਂ ਹਨ ਤੇ ਮੈਨੂੰ ਯਾਦ ਆ ਮੈਂ ਇੱਕੋ ਹੀ ਫੀਮੇਲ ਸਿੰਗਰ ਦੇਖੀ ਸੀ ਜਿਹੜੀ ਕਿ ਪੂਰੀਆਂ ਬਾਮਾਂ ਦੇ ਸੂਟ ਪਾ ਕੇ ਇੱਥੇ ਚੂੜੀਆਂ ਬਣਦੀਆਂ ਹੁੰਦੀਆਂ ਸੀਗੀਆਂ ਉਹ ਬਾਮਾਂ ਇੰਨੀਆਂ ਲੰਬੀਆਂ ਹੁੰਦੀਆਂ ਸੀਗੀਆਂ ਤੇ ਪਹਿਲੀ ਵਾਰ ਮੈਂ ਕਿਸੇ ਗਾਇਕ ਨੂੰ ਦੋਸੜਾ ਲੈ ਕੇ ਵੀ ਗਾਉਂਦੇ ਦੇਖਿਆ ਇੱਕ ਚੁੰਨੀ ਤੁਹਾਡੀ ਗਲੇ ਨਾਲ ਹੁੰਦੀ ਸੀ ਤੇ ਇੱਕ ਪੂਰੀ ਖਲਾਰੀ ਹੁੰਦੀ ਸੀਗੀ ਹਨਾ ਤੇ ਉਹ ਅੰਦਾਜ਼ ਤੁਸੀਂ ਕਿਵੇਂ ਲੈ ਕੇ ਆਏ ਕਿਉਂਕਿ ਕੋਈ ਨਾ ਕੋਈ ਮੰਨ ਲਓ ਵੀ ਹਰ ਇੱਕ ਆਰਟਿਸਟ ਦੀ ਇੱਕ ਪਛਾਣ ਹੁੰਦੀ ਹੈ ਕੋਈ ਉਹਦਾ ਸਿਗਨੇਚਰ ਸਟੈਪ ਹੋ ਸਕਦਾ ਜਿਉਂਦੇ ਬਿੰਦਰ ਰਖੇ ਸਾਹਿਬ ਹੋਰਾਂ ਦੀ ਪਛਾਣ ਉਹਨਾਂ ਦੀ ਹੀਕ ਬਣੀ ਹੈ ਨਾ ਜਾਂ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਉਹਨਾਂ ਦੀ ਪਛਾਣ ਬਣੀ ਤਾਂ ਤੁਹਾਡੀ ਆਵਾਜ਼ ਦੇ ਨਾਲ-ਨਾਲ ਜਿਹੜਾ ਇੱਕ ਤੁਹਾਡਾ ਪ੍ਰੈਜੈਂਟੇਸ਼ਨ ਦਾ ਤਰੀਕਾ ਸੀਗਾ ਪੂਰੀਆਂ ਬਾਹਾਂ ਦੇ ਉਸ ਵੇਲੇ ਤੁਸੀਂ ਸੂਟ ਪਾਉਂਦੇ ਸੀ ਨੀਵੇਂ ਸੂਟਾਂ ਦਾ ਰਵਾਜ ਸੀਗਾ ਲੰਬੀ ਗੁੱਤ ਹੁੰਦੀ ਸੀ ਦੋਸੜਾ ਲੈ ਕੇ ਗਾਉਣਾ ਹੈ ਨਾ ਇਹ ਤੁਸੀਂ ਇੰਟੈਂਸ਼ਨਲੀ ਚੂਸ ਕੀਤਾ ਸੀਗਾ ਜਾਂ ਕਿਵੇਂ ਸੀਗਾ ਇਹ ਮੇਰੀ ਗਾਇਕੀ ਵਿੱਚ ਕੋਈ ਕਟ੍ਰੈਜਡੀ ਸੀ ਮੈਂ ਨਹੀਂ ਸਰੋਤਿਆਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਅੱਛਾ ਬੀਜੀ ਮੈਂ ਸਪੈਸ਼ਲ ਤੌਰ ਤੇ ਇਹ ਚੀਜ਼ ਨੂੰ ਲੈ ਕੇ ਆਈ ਮੈਨੂੰ ਅੱਜ ਵੀ ਜ਼ਿਆਦਾ ਮੇਰੇ ਪੈਰਟ ਸੂਟ ਸੀਗਾ ਤੇ ਉਹਦੇ ਨਾਲ ਦਾ ਦੁਪੱਟਾ ਜਦੋਂ ਮੈਂ ਲੈਣ ਲੱਗੀ ਜਿੱਥੇ ਅੱਗੇ ਕੀ ਹੁੰਦਾ ਸੀ ਹੁਣ ਤਾਂ ਅਸੀਂ ਘਰੋਂ ਤਿਆਰ ਹੋ ਜਾਣਾ ਹੈ ਫੈਸਿਲਿਟੀਆਂ ਉਹ ਹੌਲੀ ਹੌਲੀ ਬ੍ਰੇਨ ਵੱਧਦਾ ਜਾਂਦਾ ਜਿਸ ਕੰਮ ਤੇ ਆਪਾਂ ਹੁੰਨੇ ਆ ਤੇ ਉਥੋਂ ਜਦੋਂ ਮੈਂ ਦੁਪੱਟਾ ਦੁਪੱਟਾ ਮੈਂ ਖਲਾਰ ਕੇ ਲੈਣ ਦੇ ਸੀ ਸ਼ੁਰੂ ਤੋਂ ਪਤਾ ਨਹੀਂ ਕਿਉਂ ਵੈਗਰੂ ਜਾਣੇ ਉਹ ਲਿਆ ਤੇ ਉਹ ਦੁਪੱਟਾ ਕੀ ਹੋਇਆ ਉਹਦੇ ਚ ਮਤਲਬ ਖੁੰਗੀ ਨਹੀਂ ਜਿਹਨੂੰ ਕਹਿ ਦਿੰਦੇ ਉਹ ਅੜਕ ਗਿਆ ਉਹਨਾਂ ਦੇ ਬੈੱਡ ਚ ਦੁਪੱਟਾ ਫਟਿਆ ਵੀ ਇੰਨਾ ਸਾਰਾ ਅੱਛਾ ਅੱਛਾ ਮੈਂ ਕਿਹਾ ਕਿ ਹੁਣ ਮੈਂ ਕੀ ਕਰਾਂ ਮੈਂ ਹਮੇਸ਼ਾ ਤਾਂ ਦੋ ਸੂਟ ਲੈ ਕੇ ਜਾਂਦੀ ਸੀ ਤੇ ਮੇਰੇ ਕੋਲੇ ਕੀ ਹੋਇਆ ਕੁਦਰਤੀ ਦੂਸਰੇ ਸੂਟ ਨਾਲ ਫਲਕਾਰੀ ਸੀ ਅੱਛਾ ਜੀ ਮੈਂ ਸੋਚਿਆ ਵੀ ਮੈਂ ਧਾਰਮਿਕ ਗੀਤ ਗਾਉਣੀ ਆ ਜਦੋਂ ਵੀ ਕੋਈ ਧਾਰਮਿਕ ਗੱਲ ਆਉਂਦੀ ਹੈ ਮੈਂ ਦੁਪੱਟਾ ਸਰ ਤੇ ਵੀ ਲੈਣੀ ਆ ਮੈਂ ਕੀ ਕੀਤਾ ਉਹ ਜਿਹੜਾ ਫਟਿਆ ਦੁਪੱਟਾ ਸੀ ਉਹਦੀ ਟੈਮ ਆਈ ਉਹਨੂੰ ਗਲ ਚ ਪਾ ਲਿਆ ਅੱਛਾ ਜੀ ਫਿਰ ਜਿਹੜੀ ਫੁਲਕਾਰੀ ਸੀ ਉਹਨੂੰ ਮੈਂ ਇੱਥੇ ਪੈਨ ਅਪ ਕਰ ਲਿਆ ਭਾਰੀ ਸੀ ਵੀ ਮੈਨੂੰ ਡਿਸਟਰਬ ਨਾ ਕਰੀ ਉਹ ਅੰਦਾਜ਼ ਉਹ ਵਿਆਹ ਦਾ ਪ੍ਰੋਗਰਾਮ ਸੀ ਉੱਥੇ ਇੰਨਾ ਪਸੰਦ ਆਇਆ ਉਸ ਤੋਂ ਬਾਅਦ ਮੈਨੂੰ ਆਇ ਲੱਗਾ ਵੀ ਮੈਂ ਸੋਖੀ ਵੀ ਬਹੁਤ ਆ ਹਨਾ ਜਿਹੜਾ ਸਿੰਗਲ ਦੁਪੱਟਾ ਹੈ ਇਹ ਸਿਰ ਤੇ ਵੀ ਹੈ ਇਹ ਨਾਲੇ ਸਾਡੀ ਸਭਿਆਚਾਰ ਦਾ ਅੰਗ ਹੈ ਦੋਸੜਾ ਅਨੁ ਕਿਉਂਕਿ ਮੈਂ ਆਪਦੇ ਮਮਾ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਜਾਂ ਮੱਥਾ ਟੇਕਣ ਜਾਂਦੇ ਸੀ ਜਾਂ ਵਿਆਹ ਸ਼ਾਦੀਆਂ ਤੇ ਜਾਂਦੇ ਤੋਂ ਪਾਣੀ ਉਗਾਰਦੇ ਨੂੰ ਆਮ ਦੋਸੜੇ ਚ ਦੇਖਿਆ ਸੀ ਇੱਕ ਇਹ ਲਾ ਲਓ ਵੀ ਹਾਦਸੇ ਤੋਂ ਬਾਅਦ ਇਹ ਚੀਜ਼ ਮੇਰੀ ਜ਼ਰੂਰਤ ਬਣ ਗਈ ਬਿਲਕੁਲ ਹੈ ਕੁਝ ਸਪੈਸ਼ਲ ਆਪਦੀ ਸ਼ਭੀ ਬਣਾਉਣ ਵਾਸਤੇ ਨਹੀਂ ਕੁਝ ਵੀ ਕੀਤਾ ਸੀ ਤੇ ਜਿਹੜੀਆਂ ਬਾਵਾ ਮੈਂ ਇੱਥੋਂ ਤੱਕ ਪਾਉਂਦੀ ਸੀ ਪਹਿਲਾਂ ਮੈਂ ਇੱਥੋਂ ਤੱਕ ਪਾਉਂਦੀ ਸੀਗੀ ਮੈਂ ਪਤਲੀ ਇੰਨੀ ਕਿਸੇ ਨਜ਼ਹਿਜ਼ ਪਤਲੀ ਸੀ ਤੇ ਮੈਂ ਆਪਦੀ ਬਾਵਾ ਨੂੰ ਦੇਖਦੇ ਕਿ ਥੋੜੀ ਰਹੇ ਹਾਏ ਲਿਖੂ ਤੇ ਮੈਂ ਟੇਲਰ ਨੂੰ ਹਮੇਸ਼ਾ ਕਹਿਣਾ ਵੀ ਮੇਰੀ ਕੋਈ ਵੀ ਹੱਡੀਆਂ ਵਾਲੀ ਦਿਸ ਨਹੀਂ ਨਹੀਂ ਚਾਹੀਦੀ ਬਾਹ ਇੱਥੋਂ ਤੱਕ ਹੋਣੀ ਚਾਹੀਦੀ ਅੱਛਾ ਹੈ ਤੇ ਬਸ ਉਹੀ ਸਾਦਗੀ ਜਦੋਂ ਲੋਕਾਂ ਨੂੰ ਪਸੰਦ ਆ ਗਈ ਤੇ ਮੈਨੂੰ ਵੀ ਨਹੀਂ ਲੱਗਿਆ ਵੀ ਮੈਨੂੰ ਚੇਂਜ ਹੋਣਾ ਚਾਹੀਦਾ ਤੇ ਅੱਜ ਤੱਕ ਹੁਣ ਥੋੜ੍ਹਾ ਜਿਹਾ ਮੈਂ ਬਾਹਾਂ ਇੱਥੋਂ ਤੱਕ ਤਾਂ ਪਾਉਣ ਲੱਗ ਗਈ ਉਹ ਬੈਦਰ ਵੀ ਨਹੀਂ ਰਿਹਾ ਉਹ ਮੌਸਮ ਵੀ ਨਹੀਂ ਰਿਹਾ ਹੁਣ ਥੋੜਾ ਜਿਹਾ ਇਰੀਟੇਟ ਹੋਨੇ ਆ ਬਾਵਾ ਨੂੰ ਇੱਥੋਂ ਲੈ ਕੇ ਥੋੜਾ ਜਿਹਾ ਇੱਥੇ ਟੱਕ ਲਿਆਏ ਬਾਵਾ ਹਲੇ ਵੀ ਪੂਰੀ ਗਈ ਹੋਣਗੇ ਪਰ ਇੱਥੇ ਤੱਕ ਲਿਆਏ ਬਿਲਕੁਲ ਅੱਛਾ ਇੱਕ ਚੀਜ਼ ਹੋ ਰਹੀ ਹੈ ਮੈਮ ਅ ਅਕਸਰ ਜਦੋਂ ਇੱਕ ਸਿੰਗਰ ਇਸਟੈਬਲਿਸ਼ ਹੋ ਜਾਂਦਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਉਹ ਦੂਜੇ ਜਿਹੜੇ ਗਾਇਕ ਹੁੰਦੇ ਨੇ ਉਹਨਾਂ ਦੇ ਗੀਤ ਹੀ ਗਾਉਂਦਾ ਸਟੇਜ ਦੇ ਉੱਪਰ ਉਹਦੇ ਕੋਲ ਆਪਣਾ ਇੰਨਾ ਕੰਟੈਂਟ ਨਹੀਂ ਹੁੰਦਾ ਹਨਾ ਪਰ ਜਦੋਂ ਇੱਕ ਇਸਟੈਬਲਿਸ਼ ਸਿੰਗਰ ਬਣ ਜਾਂਦਾ ਹੈ ਤਾਂ ਉਹਨੂੰ ਇੱਕ ਅਸਾਡੀ ਖੋਮੇ ਵੀ ਆ ਜਾਂਦੀ ਹੈ ਵੀ ਮੈਂ ਕਿਸੇ ਦਾ ਗੀਤ ਕਿਉਂ ਗਾਵਾਂ ਹਨ ਮੇਰੇ ਕੋ ਆਪਣਾ ਕੰਟੈਂਟ ਹੈਗਾ ਮੈਂ ਆਪਣੇ ਗੀਤ ਗਾਉਂਗਾ ਸਟੇਜ ਤੇ ਪਰ ਤੁਸੀਂ ਹਮੇਸ਼ਾ ਇੱਕ ਐਸਟੈਬਲਿਸ਼ ਸਿੰਗਰ ਹੋਣ ਦੇ ਬਾਵਜੂਦ ਵੀ ਜਦੋਂ ਤੁਸੀਂ ਇੱਕ ਸਥਾਪਿਤ ਕਲਾਕਾਰ ਬਣ ਵੀ ਗਏ ਸੀਗੇ ਉਸ ਤੋਂ ਬਾਅਦ ਵੀ ਤੁਸੀਂ ਕੁਲਦੀਪ ਮਾਨਿਕ ਸਾਹਿਬ ਹੋਰੀ ਜਗਮੂਨ ਕੌਰ ਹੋਗੇ ਜਾਂ ਫਿਰ ਸੁਰਿੰਦਰ ਕੌਰ ਹੋਗੇ ਇਹਨਾਂ ਦੇ ਗੀਤਾਂ ਨੂੰ ਤੁਸੀਂ ਗਾਇਆ ਅਤੇ ਤੁਸੀਂ ਉਹ ਸ਼ਰਿਆ ਮੰਨਦੇ ਹੋ ਕਿ ਮੈਂ ਗਾਇਆ ਤੁਹਾਨੂੰ ਕਦੇ ਨਹੀਂ ਸੀ ਲੱਗਿਆ ਵੀ ਲੋਕੀ ਇਹ ਨਾ ਕਹਿ ਦੇਣ ਵੀ ਜਸਵਿੰਦਰ ਕੋਲੇ ਹਾਲਾਂਕਿ ਤੁਹਾਡੀ ਹੀ ਤੁਹਾਡੇ ਗੀਤਾਂ ਕਰਕੇ ਤੁਹਾਨੂੰ ਜਾਣਿਆ ਜਾਂਦਾ ਵਾ ਕਿ ਕਿਤੇ ਮੈਨੂੰ ਇਹ ਨਾ ਕਹਿ ਦੇਣ ਵੀ ਜਸਵਿੰਦਰ ਕੋਲ ਆਪਣੇ ਗੀਤ ਨਹੀਂ ਹੈਗੇ ਜਾਂ ਕਦੇ ਤੁਹਾਡੀ ਹੌਮੀ ਨਹੀਂ ਆਈ ਹੈਗੀ ਵਿੱਚ ਨਹੀਂ ਤੁਸੀਂ ਸ਼ਰੇਮ ਦੱਸਦੇ ਵੀ ਹੋ ਇਹਨਾਂ ਚੀਜ਼ਾਂ ਮੇਰੇ ਤਾਂ ਕਦੇ ਹੌਮੀ ਨਹੀਂ ਆਈ ਜਿਹੜੇ ਗੀਤਾਂ ਨੂੰ ਗਾ ਕੇ ਮੇਰੀ ਪਛਾਣ ਬਣੀ ਲੋਕਾਂ ਨੇ ਮੈਨੂੰ ਜਸਵਿੰਦਰ ਬਰਾੜ ਬਣਾਇਆ ਤੇ ਉਹ ਗੀਤ ਹੁਣ ਕਿਵੇਂ ਮਾਰੇ ਖੋ ਸਕਦੇ ਨੇ ਬਾਕੀ ਮੈਨੂੰ ਮੇਰੇ ਸਰੋਤੇ ਖੋ ਚਾਹੀਦੇ ਆ ਹਾਂ ਉਹ ਗੀਤ ਮੇਰੇ ਗੌਣ ਦੇ ਕਾਬਲ ਹੋ ਗਏ ਜੀ ਮੇਰੀ ਸਭ ਇਹ ਮਤਾਬਕ ਹੋਵੇ ਬੀ ਇੰਤਿਆ ਇਹ ਲੱਗਦਾ ਵੀ ਪੰਜ ਸੱਤ ਬੱਚੇ ਨੇ ਉਹ ਕਹਿ ਰਹੇ ਮੈਡਮ ਪਲੀਜ਼ ਆ ਗਾਣਾ ਸੁਣਾ ਦਿਓ ਤੇ ਜੇ ਉਹ 2 ਮਿੰਟ ਮੇਰੇ 2 ਲਾਈਨਾਂ ਵੀ ਯਾਦ ਹੈ ਉਹ ਗਾ ਕੇ ਜਿਹੜੀ ਖੁਸ਼ੀ ਉਹ ਉਹਨਾਂ ਦੇ ਮੈਂ ਚਿਹਰਿਆਂ ਤੇ ਵੇਖਦੀ ਆ ਉਹ ਫਿਰ ਮੇਰੇ ਹੌਮੇ ਤੇ ਮੇਰੇ ਘਮੰਡ ਨਾਲ ਤਾਂ ਨਹੀਂ ਨਾ ਹੱਸ ਸਕਦੀ ਅੱਜ ਵੀ ਅਗਰ ਮੇਰੇ ਗਾਣਾ ਯਾਦ ਹੈ ਭਾਵੇਂ ਕੋਰਬੀ ਦਾ ਹੋਵੇ ਭਾਵੇਂ ਉਹ ਨਮਰਤ ਖੈਰਾ ਦਾ ਹੋਵੇ ਕਿਸੇ ਵੀ ਫੀਮੇਲ ਦਾ ਕਿਸੇ ਵੀ ਮੇਲ ਆਰਟਿਸਟ ਦਾ ਹੋਵੇ ਮੈਂ ਅੱਜ ਵੀ ਗਾਉਣ 'ਚ ਗਰੇਸ ਨਹੀਂ ਕਰਦੀ ਮੈਂ ਅੱਜ ਵੀ ਕੋਨੀ ਹੂੰ ਪਮੈਤ ਨੂੰ ਮਿਰਜ਼ਾ ਲੋਕ ਤੱਤ ਤੇ ਲੋਕ ਗੀਤਾਂ ਕਰਕੇ ਜਾਣਿਆ ਜਾਂਦਾ ਪਰ ਸਾਡੇ ਬਚਪਨ ਦਾ ਮੇਰਾ ਤੁਹਾਡਾ ਫੇਵਰਿਟ ਦੋ ਗੀਤ ਨੇਗੇ ਰੋਂਦੀ ਨੂੰ ਹੋਰ ਰਵਾ ਕੇ ਵੀ ਤੈਨੂੰ ਕੀ ਮਿਲਦਾ ਤੇ ਇੱਕ ਸੀਗਾ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰ ਇੰਜ ਕੱਲਾ ਇਹ 2006 ਚ ਆਇਆ ਸੀਗਾ ਜਦੋਂ ਅਸੀਂ ਗਾਇਆ ਸਚਨ ਹੋਜਾ ਜੀ ਨੇ ਮਿਊਜ਼ਿਕ ਤਿਆਰ ਕੀਤਾ ਜੀ ਤੇ ਸਤਾ ਭਾਜੀ ਦਾ ਲਿਖਿਆ ਸੀਗਾ ਜਦੋਂ ਅਸੀਂ ਉੱਥੇ ਗਏ ਸਚਨ ਭਾਜੀ ਕੀ ਕਰਦੇ ਕਲਿੱਕ ਤੇ ਡਬ ਕਰਦੇ ਹਮੇਸ਼ਾ ਜੀ ਟਿਕ ਟਿਕ ਹੋਂਦੀ ਰਹਿੰਦੀ ਤੇ ਜਦੋਂ ਮੈਂ ਗੀਤ ਗਾ ਕੇ ਆਈ ਕਿ ਕੋਈ ਕੱਲੀ ਟਿਕ ਟਿਕ ਸੀਗੀ ਉਹਦੋਂ ਤੋਂ ਹਨ ਜੀ ਗਾਣੇ ਦਾ ਥੀਮ ਵੀ ਮੈਨੂੰ ਵਧੀਆ ਲੱਗੇ ਤੇ ਮੈਨੂੰ ਆਈ ਲੱਗੇ ਕਿ ਇਹ ਗਾਣਾ ਬਣੂ ਕਿਵੇਂ ਜਦੋਂ ਅਸੀਂ ਦੂਸਰੀ ਵਾਰ ਦੂਜੇ ਗਾਣੇ ਡੱਬ ਕਰਨ ਗਏ ਜਦੋਂ ਸਚਨ ਹੋਜਾ ਜੀ ਨੇ ਇਹ ਗਾਣਾ ਸੁਣਾਇਆ ਤੇ ਮੇਰੇ ਤਾਂ ਰੰਗ ਤੇ ਖੜੇ ਹੋ ਗਏ ਮੈਂ ਕਿਹਾ ਅੱਛਾ ਕੋਈ ਗਾਣਾ ਐਂ ਵੀ ਬਣ ਸਕਦਾ ਵਾਕੇ ਜੂ ਗਾਣਾ ਹੱਥ ਤੱਕ ਕੋਈ ਵੀ ਸਟੇਜ ਐਸੀ ਨਹੀਂ ਜਿੱਥੇ ਇਹ ਗਾਣਾ ਮਿਰਜੇ ਮੰਗੋ ਨਹੀਂ ਸੁਣਿਆ ਜਾਂਦਾ ਤੇ ਇੱਕ ਨਵੀਂ ਗਾਇਕੀ ਸੀ ਮੈਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਕਲਾਕਾਰ ਬਹੁਤ ਕੁਝ ਗਾ ਸਕਦਾ ਹੁੰਦਾ ਪਰ ਜਿਹੜੀ ਦੁਨੀਆ ਮੰਗ ਕਰਦੀ ਹੈ ਉਹ ਅਸੀਂ ਜ਼ਿਆਦਾ ਗਾਉਨੇ ਹੈ ਨਾ ਮੈਂ ਜਿਵੇਂ ਹੁਣ ਮੈਨੂੰ ਫੋਗ ਗਾਇਕੀ ਚ ਪਸੰਦ ਕੀਤਾ ਗਿਆ ਕਿਉਂਕਿ ਉਦੋਂ ਮੈਨੂੰ ਲੱਗਦਾ ਸੀਗਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੀਆਂ ਹੇਕਾਂ ਵਾਲੇ ਗੀਤ ਸੀ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਚਾਚੇ ਦਾਜਾਂ ਦੇ ਤੇ ਉਦੋਂ ਮੈਂ ਇੱਕ ਗਾਉਂਦੀ ਹੁੰਦੀ ਸੀ ਤੋ ਇਹ ਉਹਨਾਂ ਨੇ ਕਹਿਣਾ ਜਸਵਿੰਦਰ ਤੇਰੀ ਹੇਕ ਬਹੁਤ ਵਧੀਆ ਤੇ ਉਦੋਂ ਹੇਕ ਦਾ ਮਤਲਬ ਨਹੀਂ ਪਤਾ ਹੁੰਦਾ ਸੀ ਗਾਇਕੀ ਦਾ ਨਹੀਂ ਸੁਰ ਕਲਾਮ ਦਾ ਨਹੀਂ ਪਤਾ ਇੱਕ ਮੈਂ ਤੁਹਾਨੂੰ ਹੋਰ ਮਜ਼ਾਕ ਵਾਲੀ ਗੱਲ ਦੱਸਾਂ ਜ ਜਦੋਂ ਕਿਤੇ ਰੇਡੀਓ ਤੇ ਗਾਣਾ ਚੱਲਦਾ ਤੇ ਉਹਨਾਂ ਨੇ ਕਹਿਣਾ ਜੀ ਲਤਾ ਜੀ ਕਾ ਇਹ ਗਾਣਾ ਆ ਰਹਾ ਹੈ ਕਿਉਂਕਿ ਮੈਂ ਹਰਿਆਣੇ ਦੀ ਹਣਾ ਜੀ ਇਸ ਆਵਾਜ਼ ਕੋ دی ਹੈ ਜੀ ਆਸ਼ਾ ਭੋਸਲੇ ਜੀ ਨੇ ਇਸ ਆਵਾਜ਼ ਕੋ ਇਸ ਗਾਣੇ ਕੋ ਆਵਾਜ਼ دی ਹੈ ਜੀ ਮਨਾ ਡੇਜ਼ੀ ਨੇ ਹਣਾ ਇਸ ਗਾਣੇ ਕੋ ਆਵਾਜ਼ دی ਹੈ ਜੀ ਉਸਾ ਮਗੀਸ਼ ਕਨੇ ਕਹਣਾ ਗਾਇਆ ਤੇਰੇ ਘਨੇ ਗਾਇਆ <laughs> ਤੇ हेमा मालिनी ਨੇ ਜੀ ਦੇਖੋ ਉਹ ਜੇ ਦਿਮਾਗ ਦੀ ਬੁੱਧੂ ਕੁੜੀ ਅੱਜ ਸਿੰਗਰ ਬਣੀ ਤੁਹਾਡੇ ਸਾਹਮਣੇ ਬੈਠੀ ਇਹ ਫਿਰ ਰੱਬ ਦੀਆਂ ਕਰਾਮਾਤਾਂ ਹੀ ਨੇ ਜੀ ਇੱਥੇ ਆ ਕੇ ਵਿਦਮਾਤਾ ਦੀਆਂ ਲਿਖਿਆਂ ਨੂੰ ਆਪਾਂ ਮੰਨਦੇ ਆ ਤੇ ਤੁਸੀਂ ਸੋਚੋਗੇ ਵੀ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਐਕਟ्रेस ਆਪਣੇ ਵਾਂਗੂ ਘਰਾਂ 'ਚ ਰਹਿੰਦੇ ਆ ਮੈਨੂੰ ਇਹ ਹੁੰਦਾ ਸੀ ਵੀ ਟੈਲੀਵਿਜ਼ਨ 'ਚ ਹੀ ਰਹਿੰਦੇ ਆ अच्छा किते अंदर टेलीविजन ਚ ਕੁਛ ਇਹਨਾਂ ਦੇ ਘਰ ਨੇ ਇਹ ਟੈਲੀਵਿਜ਼ਨ ਦੇ ਅੰਦਰ ਹੀ ਰਹਿੰਦੇ ਆ ਵੀ ਹਾਈ ਜੇ ਕੋਈ ਮਰ ਜਾਂਦਾ ਪੈਨਿਕ ਹਰਟ ਹੋਣਾ ਇਹਨਾਂ ਦਾ ਜੋ ਤੂੰ ਦੂਜੀ ਫਿਲਮ ਤੋਂ ਉਹਨੂੰ ਦੇਖ ਲੈਣਾ ਵੀ ਇਹ ਤਾਂ ਉੱਥੇ ਮਰ ਗਿਆ ਸੀ ਜਿੰਦਾ ਕਿਵੇਂ ਹੋ ਗਿਆ ਉਹ ਭੋਲੇ ਬਚਪਨ ਤੋਂ ਨਿਕਲ ਕੇ ਦੇਖੋ ਅੱਜ ਮੈਂ ਜਸਵਿੰਦਰ ਬਰਾੜ ਤੁਹਾਡੇ ਅੱਗੇ ਬੈਠੇ ਆ ਫਿਰ ਇਹ ਵਿਦਮਾਤਾ ਦੀਆਂ ਲਿਖੀਏਗੇ ਬਿਲਕੁਲ ਇਹ ਇਹ ਤੁਹਾਡੀ ਦੋ ਗੀਤ ਮੇਰੇ ਬਹੁਤ ਫੇਵਰੇਟ ਰਹੇ ਨੇ ਹੁਣ ਤੱਕ ਪਰ ਮੈਨੂੰ ਪਤਾ ਤੁਹਾਡਾ ਫੇਵਰੇਟ ਗੀਤ ਸੁਰਿੰਦਰ ਕੌਰ ਜੀ ਹੋ ਰੰਦਾ ਆ ਸੁਰਿੰਦਰ ਕੌਰ ਜੀ ਦਾ ਵੀ ਪਰ ਜੇ ਅੱਜ ਮੇਰਾ ਗਾਲਾ ਸਾਥ ਦਿੰਦਾ ਹੁੰਦਾ ਹੁੰਦਾ ਨਾ ਫਿਰ ਮੈਂ ਤੁਹਾਨੂੰ ਨਾਰਾਜ਼ ਨਹੀਂ ਕਰਦੀ ਸੀ ਜ਼ਰੂਰ ਜ਼ਰੂਰ ਸੁਣਾਉਣੀ ਸੁਰਿੰਦਰ ਕੌਰ ਜੀ ਦਾ ਗਾਣਾ ਵੈਸੇ ਤਾਂ ਸਾਰੇ ਬਾ ਕਮਾਲ ਕੀਤ ਨੇ ਹਨਾ ਉਹਨਾਂ ਦੀ ਗਾਇਕੀ ਨੂੰ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਵੀ ਆ ਗੀਤ ਬਿਲਕੁਲ ਆ ਆ ਹੈਨਾ ਪਰ ਜਿਹੜਾ ਮੈਂ ਹਮੇਸ਼ਾ ਗੁੰਗਨਾਉਣੀ ਆ ਉਹ ਗੀਤ ਮੈਂ ਤੁਹਾਨੂੰ ਸੁਣਾਉਣ ਲੱਗੀ ਆ

ਯਾਦਾਂ ਦੇ ਖੰਭ ਲਾਕੇ ਆਈ ਹਾਂ ਕੋਲ ਤੇਰੇ ਸੀਨੇ ਦੀ ਟੜਕਣਾ ਚੋਂ ਸੋਣ ਦੀ ਹਾਂ ਬੋਲ ਤੇਰੇ ਤੇਰੀ ਯਾਦਾਂ ਤੇਰੀ ਯਾਦਾਂ ਮੈਂ ਹਰ ਕੜੀ ਗੁਜ਼ਾਰਾਂ ਮਹਿਰਮ ਦਿਲ ਦੇ ਮਾਈ ਮੋੜੇ ਗਖਦ ਮੋਹਾਰਾ ਤੁਹਾਡਾ ਗੜਾ ਕਾਫੀ ਤੋਂ ਖਾ ਦੇ ਰਹੇ ਚਲ ਇਸ ਪੂਰੀ ਕਰੀਏ ਸਾਡੇ ਸਾਹਮਣੇ ਤਾਂ ਤੁਸੀਂ ਸਰੀਲੇ ਸਰੀਲੇ ਹੋ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੁਛ ਇੰਚ ਦੇ ਫਾਸਲੇ ਤੇ ਬੈਠ ਕੇ ਤੁਹਾਨੂੰ ਬਿਲਕੁਲ ਸਾਹਮਣੇ ਸੁਣਨ ਦਾ ਮੌਕਾ ਮਿਲਿਆ ਜਿਸ ਵੇਲੇਾਂ ਚ ਤੁਸੀਂ ਗਾਇਕੀ ਦੇ ਵਿੱਚ ਆਏ ਯਕੀਨਨ ਉਹ ਵੇਲੇ ਇਦਾਂ ਦੇ ਸੀਗੇ ਕਿ ਹਰ ਇੱਕ ਚੀਜ਼ ਲਈ ਕੁੜੀ ਨੂੰ ਚਾਹੇ ਪੜਨਾ ਹੋਵੇ ਜਾਂ ਫਿਰ ਕੋਈ ਕਿਤਾਬ ਪੜਾਉਣਾ ਹੋਵੇ ਤਾਂ ਉਹਨੂੰ ਸੰਘਰਸ਼ ਤਾਂ ਜ਼ਰੂਰ ਕਰਨਾ ਪੈਂਦਾ ਸੀਗਾ ਇੱਕ ਤਾਂ ਘਰੇ ਸੰਘਰਸ਼ ਹੁੰਦਾ ਸੀ ਜਦੋਂ ਘਰ ਦੀ ਇਜਾਜ਼ਤ ਦੇ ਦਿੰਦੇ ਸੀਗੀ ਤਾਂ ਬਾਹਰ ਜਾ ਕੇ ਇੱਕ ਅਲੱਗ ਤੋਂ ਸਟ੍ਰਗਲ ਸ਼ੁਰੂ ਹੋ ਜਾਂਦਾ ਸੀ ਤੁਹਾਡੇ ਇੰਟਰਵਿਊ ਦੇ ਸਿਲਸਿਲੇ 'ਚ ਮੈਂ ਤੇ ਰੁਪਿੰਦਰ ਸੰਧੂ ਸਾਡੇ ਨਾਲ ਕੰਮ ਕਰਦੇ ਨੇਗੇ ਸੀ ਬੈਠੇ ਗੱਲਾਂ ਕਰਦੇ ਸੀਗੇ ਉਹ ਕਹਿੰਦੇ ਵੀ ਗੁਰਦੀਪ ਇਹ ਕਹਿੰਦੇ ਬਹੁਤ ਦਲੇਰੀ ਵਾਲੀ ਗੱਲ ਆ ਵੀ ਜੇ ਉਹਨਾਂ ਸਮਿਆਂ 'ਚ ਫੀਮੇਲ ਸਿੰਗਰਸ ਹੋਈਆਂ ਨੇ ਗਿਆ ਤਾਂ ਮਤਲਬ ਕਹਿੰਦੇ ਉਹ ਦਲੇਰ ਔਰਤਾਂ ਵੀ ਨੇ ਗਿਆ ਇੱਕ ਗਾਇਕ ਹੋਣ ਦੇ ਨਾਂ ਨਾਲ ਕਹਿੰਦੇ ਸਾਡੀ ਨਾ ਰਿਸ਼ਤੇਦਾਰੀ 'ਚ ਸਾਡੇ ਪਾਪਾ ਜੀ ਉਹਨੇ ਗੱਲ ਸੁਣਾਉਂਦੇ ਹੁੰਦੇ ਸੀ ਕਿ 70 80 ਦੀ ਗੱਲ ਆ ਇਹ ਕਿ ਕਿਸੇ ਦਾ ਵਿਆਹ ਸੀਗਾ ਤੇ ਉਹਨਾਂ ਨੇ ਜਿਨ੍ਹਾਂ ਦੇ ਘਰੇ ਵਿਆਹ ਸੀ ਉਹ ਵਿਰਕਾਂ ਦੀ ਫੈਮਲੀ ਸੀ ਤੇ ਕਿਸੇ ਗਾਇਕ ਨੂੰ ਉਹਨਾਂ ਨੇ ਬੁੱਕ ਕੀਤਾ ਹੋਇਆ ਸੀਗਾ ਤੇ ਜਦੋਂ ਸਟੇਜ ਤੋਂ ਅਨਾਉਂਸ ਹੋਇਆ ਕਿ ਗਾਇਕ ਦੇ ਨਾਲ ਬੀਬਾ ਫਲਾਣੇ ਵਿਰਕ ਜੀ ਹੁਣ ਗਾਉਣਗੇ ਕਹਿੰਦੇ ਵੀ ਉਹਨਾਂ ਦੇ ਤਾਂ ਸੈਲਫ ਪ੍ਰਾਈਡ ਤੇ ਗੱਲ ਆ ਗਈ ਵੀ ਅਸੀਂ ਵਿਰਕ ਐਡੇ ਸਰਦਾਰ ਅਸੀਂ ਗਾਉਣ ਵਾਲਾ ਬੁੱਕ ਕੀਤਾ ਹੋਇਆ ਤੇ ਸਾਡੀ ਜਾਤ ਦੇ ਵਿੱਚੋਂ ਕੋਈ ਕੁੜੀ ਆ ਜਿਹੜੀ ਉਹ ਗਾਉਣ ਵਾਲੀ ਬਣ ਕੇ ਸਟੇਜ ਤੇ ਖੜੀ ਹੋਊਗੀ ਤਾਂ ਉਹ ਕਹਿੰਦੇ ਵੀ ਮਰਨ ਮਰਨ ਤੱਕ ਆਗੇ ਵੀ ਉਹ ਵਿਰਕਾਂ ਦੀ ਕੁੜੀ ਸਟੇਜ ਤੇ ਨਹੀਂ ਅਸੀਂ ਚੜੰਦ ਨਹੀਂ ਹੈਗੀ ਤਾਂ ਇਹ ਜੇ ਇਹ ਜੇ ਸੋਚ ਜਾਂ ਫਿਰ ਇਹ ਜੇ ਹਾਲ ਮਾਹੌਲ ਹੁੰਦੇ ਸੀਗੇ ਜਿਸ ਮਾਹੌਲ ਚ ਤੁਸੀਂ ਇੱਕ ਜਟਾਂ ਦੀ ਕੁੜੀ ਹੋ ਕੇ ਸਟੇਜ ਦੇ ਉੱਪਰ ਖੜੇ ਗਾਏ ਲੱਖਾਂ ਸਟੇਜਾਂ ਤੁਸੀਂ ਲਾਈਆਂ ਕੋਈ ਤੁਹਾਡੇ ਨਾਲ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਸੀਗਾ ਜਾਂ ਕੋਈ ਐਕਸਪੀਰੀਅੰਸ ਇਦਾਂ ਦਾ ਰਿਹਾ ਹੋਵੇ ਨਹੀਂ ਮੇਰੇ ਤੋਂ ਪਹਿਲਾਂ ਜਗਮੋਣ ਕੌਰ ਜੀ ਪ੍ਰਮੇਂਦਰ ਸੰਧੂ ਜੀ ਹੂੰ ਬਿੱਟੀ ਜੀ ਅਮਰਤਾ ਬਿਰਕ ਮੇਰੇ ਤੋਂ ਪਹਿਲਾਂ ਹਟ ਹੋ ਗਏ ਸੀ ਬਿਲਕੁਲ ਵੀ ਉਹ ਵੀ ਇੱਕ ਗਾਇਕ ਹੋਣ ਦੇ ਨਾਲ ਨਾਲ ਇੱਕ ਦਲੇਰ ਔਰਤਾਂ ਵੀ ਗਿਣੀਆਂ ਜਾਣਗੀਆਂ ਕਿਉਂਕਿ ਉਸ ਮੌਕੇ ਉਹਨਾਂ ਨੇ ਆਪਣੀ ਪਛਾਣ ਮੇਰੇ ਨਾਲ ਕਦੀ ਵਾਰ ਹੋਇਆ ਬੀਜੀ ਤੁਸੀਂ ਪਿੱਛੇ ਬਰਾੜ ਦੇ ਅਨਾਉਂਸ ਕਰਨਾ ਮੈਂ ਕਿਹਾ ਕਿ ਕਿਉਂ ਨਹੀਂ ਅਨਾਉਂਸ ਕਰਨਾ ਰੀਜ਼ਨ ਹੈ ਨਾ ਮੈਂ ਮੰਨਦੀ ਹਾਂ ਵੀ ਇੱਜ਼ਤ ਦਿੰਦਾ ਅਗਲਾ ਕਹਿੰਦਾ ਯਾਰ ਸਾਡੀ ਬਰਾੜਾਂ ਦੀ ਕੁੜੀ ਹੈ ਪਰ ਮੈਂ ਚਾਹੁੰਦੀ ਹਾਂ ਵੀ ਜੇ ਆਪਾਂ ਸਰਨੇਮ ਪਿੱਛੇ ਅੜਦੇ ਹਾਂ ਨਾ ਤੇ ਸਰਨੇਮ ਤੇ ਤੇ ਦੁਨੀਆ ਤੇ ਬਹੁਤ ਕੁਝ ਹੋਈ ਜਾਂਦਾ ਹੈ ਨਾ ਇਸੀ ਸਰਨਾਮ ਦੀਆਂ ਕੁੜੀਆਂ ਆਫੀਸਰ ਵੀ ਨੇ ਮੈਂ ਇਹਨੂੰ ਜੌਬ ਮੰਨਦੀ ਆ ਲੋਕ ਇਸ ਪ੍ਰੋਫੈਸ਼ਨ ਨੂੰ ਕੁਝ ਵੀ ਸਮਝਦੇ ਆ ਮੈਨੂੰ ਨਹੀਂ ਪਤਾ ਲੋਕਾਂ ਦੀ ਸੋਚ ਕਿਸੇ ਨੂੰ ਸਹੀ ਨਹੀਂ ਦੱਸਦੀ ਹੈ ਨਾ ਜੇ ਕਹਿੰਦੇ ਨਾ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣੀ ਆ ਇੱਕ ਖੂਦ ਹੀ ਡੱਡੂ ਸੀ ਉਹ ਮਤਲਬ ਛਾਲ ਮਾਰਿਆ ਕਰਨੇ ਕਦਾ ਉੱਪਰ ਆਉਣ ਦੀ ਕੋਸ਼ਿਸ਼ ਕਰੇ ਤੇ ਸਾਰੇ ਖੂਦ ਦੇ ਡੱਡੂ ਖੂਚ ਰੇ ਵਰੇ ਨਿਕਲ ਗਏ ਤੇ ਇੱਕ ਦਿਨ ਕੀ ਹੋਇਆ ਇੱਕ ਡੱਡੂ ਮਤਲਬ ਕਨਾਲ ਖੂਦੀ ਉਸਤੇ ਬੰਨਨੇ ਤੇ ਆਕੇ ਤੇ ਬਾਹਰ ਮਾਰੀ ਛਾਲ ਉਹ ਡੱਡੂ ਪਤਾ ਕੌਣ ਸੀ ਬੋਲਾ ਸੀ ਥੱਲੇ ਥੱਲੇ ਦੇ ਖੂਦੇ ਡੱਡੂਆਂ ਨੇ ਬਹੁਤ ਰੌਲਾ ਪਾਇਆ ਉਹ ਨਾ ਜਾ ਬਾਹਰਲੀ ਦੁਨੀਆ ਆਪਣੀ ਹੈ ਨਹੀਂ ਵਾਪਸ ਮੋੜਿਆ ਵਾਪਸ ਮੋੜਿਆ ਉਹ ਬੋਲਾ ਸੀ ਉਹਨੇ ਥੱਲੇ ਦੇ ਡੱਡੂਆਂ ਦੀ ਆਵਾਜ਼ ਨਹੀਂ ਸੁਣੀ ਤੇ ਉਹਨੇ ਬਾਹਰਲੀ ਦੁਨੀਆ ਦੇਖੀ ਐਸੀ ਕਰਕੇ ਜੇ ਜ਼ਿੰਦਗੀ ਚ ਤੁਸੀਂ ਕੁਝ ਬਣਨਾ ਹੈ ਆਪਦੇ ਚਾਹਵਾਂ ਨੂੰ ਪੂਰਾ ਕਰਨਾ ਹੈ ਆਪਦੇ ਬੱਚਿਆਂ ਨੂੰ ਕੁਝ ਬਣਾਉਣਾ ਆਪਦੇ ਮਾਪੇਬ ਦੀ ਸੇਵਾ ਕਰਨੀ ਆਪਦੇ ਭੈਣ ਭਾਈਆਂ ਦੇ ਨਾਲ ਸਾਥੀ ਬਣ ਕੇ ਖੜਨਾ ਹੈ ਆਪਣੇ ਗਰੀਬ ਦੋਸਤਾਂ ਦੇ ਨਾਲ ਥੰਮੜ ਬੜ ਕੇ ਖੜਨਾ ਹੈ ਤਾਂ ਤੁਹਾਨੂੰ ਉਹ ਬੋਲੇ ਡੱਡੂ ਮੰਗੂ ਪਿਛਲੇ ਡੱਡੂਆਂ ਦੀ ਆਵਾਜ਼ ਨੂੰ ਸੁਣਨਾ ਬੰਦ ਕਰਨਾ ਪੈਣਾ ਬਸ ਮੇਰਾ ਤਾਂ ਆਹੀ ਸਵਾਬ ਜਿਵੇਂ ਹੁਣ ਕਿਸਾਨੀ ਧਰਨੇ ਲਾ ਲੂ ਤੁਸੀਂ ਜੀ ਅਨਸੀਂ ਮੈਨੂੰ ਬੜੇ ਫੋਨ ਆਏ ਅ ਅ ਗਰੀਵਾਲ ਜੀ ਮੈਂ ਗੁਰਦੀਪ ਜੀ ਮੈਂ ਇੱਕ ਗੱਲ ਤੇ ਹਰਾਣ ਆ ਵੀ ਲੋਕ ਸਾਨੂੰ ਫੋਨ ਆ ਦੇ ਤੁਸੀਂ ਧਰਨੇ ਤੇ ਨਹੀਂ ਆ ਰਹੇ ਪਹਿਲਾਂ ਮੇਰੇ ਮਾਸੀ ਜੀ ਦੇ ਬੇਟੇ ਦੀ ਡੈਥ ਹੋਈ ਜੀ 2 ਮਹੀਨੇ ਹੋਏ ਉਸ ਬਾਅਦ ਮੇਰੇ ਬੇਟੇ ਦੀ ਕਿਡਨੀ ਦੀ ਸਰਜਰੀ ਹੋਈ ਜੀ ਡੇਢ ਪੌਣੇ 2 ਮਹੀਨੇ ਅਸੀਂ ਉਹਦੇ ਚ ਬਹੁਤ ਤਕੜੇ ਸਟਰਗਲ ਚੋਂ ਨਿਕਲੇ ਉਸ ਬਾਅਦ ਮੇਰੇ ਮਾਸੀ ਜੀ ਦੇ ਕੈਂਸਰ ਹੋਇਆ ਉਹਨਾਂ ਦੇ ਬੱਚੇ ਬਾਹਰ ਨੇ ਉਹ ਸਾਡੇ ਸਹੇਲੀ ਵਰਗੇ ਸੀ ਉੱਥੋਂ ਅਸੀਂ ਹਰਟ ਹੋਏ ਉਸ ਬਾਅਦ ਮੇਰੇ ਬ੍ਰਦਰ ਇਨ ਲਾ ਮਤਲਬ ਮੇਰੇ ਹਸਬੰਦ ਭਾਈ ਸਾਹਿਬ ਪਉਣੇ ਕੁ ਦੋਸਾਲੇ ਨਾ ਤੋਂ ਵੱਡੇ 45 ਸਾਲ ਦੀ ਉਮਰ ਹੋਣੀ ਆ ਉਹਨਾਂ ਦੀ ਉਹ ਗਏ ਦੇਖੋ ਜੀ ਉਹਨਾਂ ਉਹਨਾਂ ਨੂੰ ਗਿਆ ਨੂੰ ਹਾਲੇ 15 ਦਿਨ ਹੀ ਹੋਏ ਸੀ ਤੇ ਕਈ ਲੋਕਾਂ ਦੇ ਫੋਨ ਆਉਂਦੇ ਸੀ ਜੀ ਤੁਸੀਂ ਆ ਜਾਓ ਤੇ ਅਸੀਂ ਕਹਿਣਾ ਜੀ ਨਹੀਂ ਸਾਡੇ ਇਹ ਡਰੈਸ ਨਹੀਂ ਹੋਇਆ ਸਾਡਾ ਬ੍ਰੇਨ ਸਾਡਾ ਦਿਮਾਗ ਸਾਡਾ ਦਿਲ ਆਜ਼ਾਦ ਨਹੀਂ ਹੋਇਆ ਤਾਂ ਮਾੜਾ ਪਰ ਤੁਸੀਂ ਆ ਜਾਓ ਹਾਂ ਇੱਕ ਗੱਲ ਮੈਨੂੰ ਹਮੇਸ਼ਾ ਅਖਰਦੀ ਆ ਕੁਝ ਲੋਕ ਕਹਿੰਦੇ ਨੇ ਵੀ ਗੌਣ ਵਾਲੇ ਕਿਸਾਨੀ ਧਰਨੇ ਅੱਜ ਕੀ ਕਰਦੇ ਆ ਦੇਖੋ ਜੀ ਮੰਨ ਲਓ ਮੇਰੇ ਕੋਲ 20 ਕਿੱਲੇ ਜ਼ਮੀਨ ਹੈ ਜਾਂ 10 ਕਿੱਲੇ ਜ਼ਮੀਨ ਹੈ ਹਨਾ ਮੈਂ ਮੈਨੂੰ ਲੱਗਦਾ ਵੀ ਉਹ 10 ਕਿੱਲਾਂ ਤੇ ਬਹਿ ਕੇ ਮੈਂ ਕੀ ਕਰਨਾ ਹੈ ਉਹ 10 ਕਿੱਲਾਂ ਨੂੰ ਮੈਂ ਠੇਕੇ ਤੇ ਦੇ ਕੇ ਮੈਂ ਕੋਈ ਬਿਜ਼ਨਸ ਕਰ ਲੈਣੇ ਆ ਇਹਦਾ ਮਤਲਬ ਮੈਂ ਕਿਸਾਨ ਨਹੀਂ ਹਨਾ ਕਿਸੇ ਕੋਲੇ 100 ਕਿੱਲਾ ਕਿਸੇ ਕੋਲੇ 50 ਕਿਸੇ ਕੋਲੇ 3 ਕਈ ਕਿਸਾਨਾਂ ਦੇ ਬੱਚੇ ਕਲਾਕਾਰ ਬਣੇ ਹੋਏ ਨੇ ਕੀ ਗੱਲ ਉਹ ਕਿਸਾਨ ਨਹੀਂ ਇੱਕ ਗਾ ਮੈਂ YouTube ਤੇ ਵੀ Facebook ਤੇ ਵੀ ਦੇਖਦੀਆਂ ਗਾਉਣ ਵਾਲਿਆਂ ਨੇ ਤੁਸੀਂ ਪੋਸਟ ਸ਼ੇਅਰ ਕਰਦੇ ਹੋ ਇਹਨੂੰ ਕਿਉਂ ਨਹੀਂ ਕਰਦੇ ਇਹਦਾ ਮਤਲਬ ਗੌਣ ਵਾਲੇ ਹਮੇਸ਼ਾ ਹੀ ਵੱਡੇ ਰਹੇ ਤੁਹਾਡੀ ਨਿਗਾ ਚ ਕਹਿੰਦੇ ਕਿ ਜਦੋਂ ਬੱਟੇ ਸਭ ਤੋਂ ਵੱਧ ਉਸ ਬੇਰੀ ਤੇ ਵਾਹੀਦੇ ਜਿੱਤੇ ਬੇਰ ਜ਼ਿਆਦਾ ਹੋਣ ਕਦੇ ਖਾਲੀ ਬੇਰੀ ਤੇ ਬੱਟੇ ਵੱਜੇ ਇਹਦਾ ਮਤਲਬ ਗੌਣ ਵਾਲੇ ਕੁਝ ਹੈ ਗੌਣ ਵਾਲਿਆ ਚ ਪਾਵਰ ਹੈ ਜਿਹੜਾ ਬਾਰ-ਬਾਰ ਤੁਸੀਂ ਗੌਣ ਵਾਲੇ ਗੌਣ ਵਾਲੇ ਗੌਣ ਵਾਲੇ ਗੌਣ ਗਾਣਾ ਤਾਂ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਹਾਂ ਜੇ ਕੋਈ ਗੰਦੇ ਸ਼ਬਦ ਗਾਉਂਦਾ ਕੀਪ ਸ਼ਬਦ ਗਾਉਂਦਾ ਜਿਹੜੇ ਭੈਣ ਭਰਾਵਾਂ ਚ ਬੈ ਕੇ ਨਹੀਂ ਸੁਣਨ ਵਾਲੇ ਹਨਾ ਮਤਲਬ ਇਹ ਲਾ ਲਓ ਪ੍ਰਦੂਸ਼ਣ ਫਲਾਉਂਦੇ ਆ ਜਿਹੜੇ ਗੀਤ ਉਹਨਾਂ ਗੀਤਾਂ ਤੇ ਮੈਂ ਹੱਕ ਚ ਨਹੀਂ ਪਰ ਜਿਹੜੇ ਅੱਛੇ ਕਲਾਕਾਰ ਨੇ ਉਹਨਾਂ ਨੂੰ ਪਲੀਜ਼ ਤੁਸੀਂ ਟਰਚਰ ਨਾ ਕਰੋ ਕਲਾਕਾਰ ਬਹੁਤ ਵਧੀਆ ਇਨਸਾਨ ਹੁੰਦੇ ਆ ਉਹ ਕਿਸਾਨੀ ਧਰਨਿਆਂ ਤੇ ਵੀ ਆਉਂਦੇ ਆ ਹਰ ਜਗ੍ਹਾ ਤੇ ਉਹ ਖੜਦੇ ਨੇ ਤੇ ਆ ਜਿਹੜੀਆਂ ਪੁਰਾਣੀਆਂ ਹਜ਼ਾਰ ਸਾਲ ਪੁਰਾਣੀਆਂ ਗੱਲਾਂ ਨੇ ਨਾ ਇਹ ਛੱਡ ਦਿਓ ਵੀ ਫਲਾਣਾ ਗਾਉਣ ਵਾਲਾ ਤੁਮਕਾ ਗਾਉਣ ਵਾਲਾ ਇਹ ਗਾਉਣ ਵਾਲਾ ਉਹ ਗਾਉਣ ਵਾਲਾ ਇਹ ਚੀਜ਼ਾਂ ਤੋਂ ਬਾਹਰ ਨਿਕਲ ਜਾਓ ਨਹੀਂ ਉਹ ਖੁਦ ਡੱਡੂ ਮੰਗੂ ਆਪਾਂ ਖੁਦ ਹੀ ਰਹਿ ਜਾਣਗੇ ਇੱਕ ਸਭ ਤੋਂ ਵੱਡੀ ਗੱਲ ਆ ਇੱਕ ਚੀਜ਼ੀ ਹੈ ਭੈਣ ਜੀ ਮੈਂ ਗੁਰਦੀਪ ਜੀ ਸੌਰੀ ਮੈਂ ਭੈਣ ਜੀ ਕਹਤਾਂ ਤੁਸੀਂ ਬਹੁਤ ਛੋਟੇ ਹੋ ਮੈਂ ਚੀਜ਼ੀ ਥੋੜੇ ਮਾਰਦੀ ਹਾਂ ਬਹੁਤ ਘੱਟ ਤਕਲੀਫ ਹੋ ਫਿਰ ਮੈਂ ਆ ਦੋ ਚੀਜ਼ੀਆਂ ਮਾਰਦੀ ਹਾਂ ਥੋੜੀ ਜਿਹੀ ਬਾਜੂਗੇ ਫਿਰ ਮੈਂ ਤਿੰਨ ਮਾਰਦੀ ਆ ਚਾਰ ਮਾਰਦੇ ਪੰਜ ਮਾਰਦੇ ਜਦੋਂ ਮੈਂ ਪੰਜੇ ਮਲਾ ਕੇ ਕੋਸ ਨੂੰ ਮਾਰੂਗੀ ਉਹਦਾ ਭਿਆਨਕ ਦਰਦ ਹੋ ਤੇ ਤੁਸੀਂ ਉਹ ਰਾ ਛੱਡ ਦੋਗੇ ਮੇਰੀ ਸਾਰਿਆਂ ਨੂੰ ਇੱਕ ਮੋਦਾ ਕਿਸਾਨੀ ਵੀਰਾਂ ਨੂੰ ਬੇਨਤੀ ਹੈ ਬਈ ਇੱਕ ਮੁੱਠ ਹੋ ਕੇ ਚੱਲੂ ਬਿਲਕੁਲ ਇੱਕ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਜਿਹੜੇ ਤਾਂ ਬੈਠੇ ਆ ਨਾ ਉਹਨਾਂ ਦਾ ਦਿਮਾਗ ਐਨਾ ਕ ਐ ਉਹ ਆਪਣੇ ਛੰਡਿਆ ਤੋਂ ਪਛਾਣ ਲੈਂਦੇ ਨੇ ਹੂੰ ਬਣਦੀ ਤਾਂ ਇਹਨਾਂ ਦੀ ਪਹਿਲਾਂ ਹੀ ਨਹੀਂ ਮੰਨ ਲਓ ਮੈਂ ਕਾਲਾ ਲੈ ਲਿਆ ਤੁਸੀਂ ਰੈੱਡ ਲੈ ਲਿਆ ਦੂਜੇ ਨੇ ਉਹ ਲੈ ਲਿਆ ਹਨਾ ਜਦੋਂ ਆਪਾਂ ਇਕੱਠੇ ਹੋ ਕੇ ਲਾ ਇੱਕ ਵਰਕਰ ਤੋਂ ਇੱਕ ਮਜ਼ਦੂਰ ਤੋਂ ਲੈ ਕੇ ਖੇਤੀ ਕਰਨ ਵਾਲੇ ਤੱਕ ਹਨਾ ਭਾਵੇਂ ਕੋਈ ਕਪੜੇ ਦੇ ਦੁਕਾਨ ਵਾਲਾ ਆਪਦੀ ਜ਼ਮੀਨ ਠੇਕੇ ਦੇ ਦੇ ਰੱਖੀ ਆ ਭਾਵੇਂ ਕਿਸੇ ਹੋਟਲ ਵਾਲੇ ਨੇ ਹੁਣ ਕਈ ਜ਼ਿਮੀਦਾਰਾਂ ਨੇ ਢਾਬੇ ਖੋਲ੍ਹ رکھے ਆ ਦਾ ਮਤਲਬ ਢਾਬੇ ਵਾਲਿਆਂ ਨੂੰ ਮਨਾ ਕਰ ਦੋ ਫਿਰ ਹਮ ਕੱਲੇ ਗਾਉਣ ਵਾਲਿਆਂ ਤੇ ਕਿਉਂ ਆਨੇ ਹੋ ਹਨ ਕਈ ਜੱਟਾਂ ਨੇ ਆਪਦੇ ਖੇਤਾਂ ਦੇ ਮੂਹਰੇ ਢਾਬੇ ਖੋਲ੍ਹ ਰੱਖੇ ਨੇ ਉਹਨਾਂ ਨੂੰ ਮਨਾ ਕਰੋ ਵੀ ਤੁਸੀਂ ਢਾਬੇ ਵਾਲਿਓ ਤੁਸੀਂ ਧਰਨੇ ਕਿਉਂ ਆਨੇ ਹੋ ਹਮ ਕਹਿੰਦੇ ਕਿਸਾਨੀ ਹੈ ਤੇ ਜਿਹੜੀ ਖੇਤੀ ਹੈ ਇਹ ਕਿਸੇ ਵੀ ਪ੍ਰੋਫੈਸ਼ਨ ਦੇ ਗੁਲਾਮ ਨਹੀਂ ਕਿਸਾਨੀ ਤਾਂ ਕਿਸਾਨੀ ਹਨ ਇੱਕ ਮੁੱਠੋ ਕੇ ਚੱਲੋ ਮੈਂ ਕਹਿੰਨੇ ਆ ਆਪਾਂ ਕੀ ਨਹੀਂ ਕੀਤਾ ਪੰਜਾਬੀਆਂ ਨੇ ਦੁਨੀਆ 'ਚ ਪਰ ਆਪਾਂ ਹੁਣ ਇੱਕ ਮੁੱਠ ਹੋਣਾ ਬਹੁਤ ਜ਼ਰੂਰੀ ਹੈ ਕੁਸੌਣ ਨਾ ਬੜਨ ਦੇ ਦੇਰ ਹੈ ਜਦ ਤੱਕ ਆਪਾਂ ਆਏ ਆਏ ਰਵਾਂਗੇ ਆਪਾਂ ਕੁਝ ਨਹੀਂ ਕਰ ਸਕਦੇ ਬਿਲਕੁਲ ਜਦੋਂ ਵੀ ਮੈਂ ਕਿਸੇ ਧਰਨੇ ਚ ਗਈ ਮੈਂ ਇੱਕੋ ਹੀ ਗੱਲ ਕਹਿਣੀ ਹੈ ਵੀ ਨਾ ਮੈਂ ਇਧਰ ਨਾ ਮੈਂ ਖੱਬੇ ਨਾ ਮੈਂ ਸੱਜੇ ਬਸ ਮੈਂ ਚਾਹੁੰਦੀ ਆ ਵੀ ਆਪਾਂ ਕੁਸੌਣ ਨਾ ਬਾੜ ਦੇਈ ਉਹ ਭਾਵੇਂ ਜਿੱਥੇ ਮਰਜੀ ਵੱਜੇ ਬਸ ਸਿਰਾ ਹੀ ਕਰਾ ਦੇ ਬਿਲਕੁਲ ਅੱਛੇ ਮੈਂ ਆਪਣਾ ਇੱਕ ਸਵਾਲ ਰੋਕ ਕੇ ਤੋਡੀਆਂ ਗੱਲਾਂ ਦੇ ਵਿੱਚੋਂ ਇੱਕ ਸਵਾਲ ਤੁਹਾਨੂੰ ਕਰਦੀਆਂ ਕਿ ਜਿਵੇਂ ਤੁਸੀਂ ਕਿਹਾ ਕਿ ਹਾਂ ਉਹ ਗਾਇਕੀ ਨਹੀਂ ਹੋਣੀ ਚਾਹੀਦੀ ਹੈ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੰਗੀਤਕ ਪ੍ਰਦੂਸ਼ਣ ਜਿਹਦੇ ਨਾਲ ਵਧੇ ਹਨ ਜਦੋਂ ਕਿਉਂਕਿ ਆਪ ਪਿਛਲੇ 5-6 ਮਹੀਨੇ ਸਾਡੇ ਅਰਗੂ ਮੀਡੀਆ ਵਾਲੇ ਵੀ ਤੁਹਾਡੇ ਤੱਕ ਜ਼ਿਆਦਾ ਪਹੁੰਚ ਕਰਨ ਲੱਗੇ ਬਹੁਤ 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 ਸਾਰੇ ਲੋਕਾਂ ਨੇ ਤੁਹਾਨੂੰ ਫੋਨ ਪਹਿਲਾਂ ਨਾਲੋਂ ਜ਼ਿਆਦਾ ਆਉਣ ਲੱਗੇ ਹੋਣਗੇ ਆ ਲੱਗੇ ਬਿਲਕੁਲ ਆਉਣ ਲੱਗੇ ਤੇ ਇਹਦੇ ਇੱਕ ਰੀਜ਼ਨ ਸੀਗਾ ਵੀ ਜਦੋਂ ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਹੋਰਾਂ ਦੇ ਗੀਤ ਬੰਬੀਹਾ ਬੋਲੇ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਗਿਆ ਕਿ ਬੂਫਰਾ ਉੱਤੇ ਮਿਰਜ਼ਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੋੜੇ ਤਾਂ ਤੁਸੀਂ ਇਹਨੂੰ ਇੱਕ ਸਨਮਾਨ ਦੇ ਤੌਰ ਤੇ ਲਿਆ ਕਿ ਅੱਜ ਦੇ ਨੌਜਵਾਨ ਪੀੜੀ ਨੇ ਆਪਣੇ ਵੱਡੀ ਇੱਕ ਗਾਇਕ ਨੂੰ ਜਾਂ ਕਹੇ ਲੋਕ ਸੀਨੀਅਰ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਬਹੁਤ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਤਾਂ ਅਕਸਰੀ ਮੂਸੇਵਾਲਾ ਸਿੱਧੂ ਮੂਸੇਵਾਲਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜੀ ਇਹ ਕਿਤੇ ਹਥਿਆਰ ਚਲਾਉਂਦੇ ਫੜੇ ਗਏ ਜਾਂ ਫਿਰ ਆਪਣੇ ਗੀਤਾਂ ਦੇ ਵਿੱਚ ਹਥਿਆਰ ਲੈ ਕੇ ਆਉਂਦੇ ਨੇ ਜਾਂ ਕੁਝ ਗੱਲ ਕਰਦੇ ਨੇਗੇ ਤੁਹਾਨੂੰ ਇਹ ਚੀਜ਼ ਬਹੁਤ ਚੰਗੀ ਲੱਗੀ ਪਰ ਕਿਸੇ ਪਾਸਿਓਂ ਤੁਹਾਨੂੰ ਇਹ ਗੱਲ ਸੁਣਨ ਦੀ ਮਿਲੀ ਕਿ ਤੁਹਾਨੂੰ ਇਸ ਚੀਜ਼ ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਉਸ ਗਾਇਕ ਨੂੰ ਪਸੰਦ ਨਹੀਂ ਵੀ ਕਰਦੇ ਕੁਝ ਲੋਕ ਮੈਨੂੰ ਵੀ ਨਹੀਂ ਪਸੰਦ ਕਰਦੇ ਹੂੰ ਕੁਝ ਲੋਕ ਕਹਿੰਦੇ ਦੰਦ ਉੱਚੇ ਇਹ ਨੱਕ ਚਗਾਉਂਦੀ ਆ ਮੈਂ ਵੀ ਕਈ ਲੋਕਾਂ ਨੂੰ ਨਹੀਂ ਪਸੰਦ ਕਰਦੀ ਜੀ ਹੌਣ ਵਾਲੀਆਂ ਚੋਂ ਮੈਂ ਕਾਜੂਲ ਨੂੰ ਸਭ ਪਸੰਦ ਕਰਦੀ ਆ ਤੇ ਮਥੇ ਲੂਜਾਂ ਨੂੰ ਥੋੜੀ ਮੈਂ ਗਾਣਾ ਘੜਦੀ ਹਾਂ ਹਾਂ ਨਾ ਅਜੀਤ ਦੇ ਬਗਾਨਦੀ ਹਮੇਸ਼ਾ ਖਾ ਬੋਲਦੀ ਹਾਂ ਨਾ ਸਿਰੇ ਦੇ ਆਰਟਿਸਟ ਨੇ ਜਿਨ੍ਹਾਂ ਨੇ ਬਹੁਤ ਫਿਲਮਾਂ ਕੀਤੀਆਂ ਪਰ ਅਜੀਤ ਦੇ ਬਗਾਨਦੀ ਛੋਟੇ-ਛੋਟੇ ਮੂਵੀ ਵੀ ਮੈਂ ਵੇਖਦੀ ਹਾਂ ਇਹ ਤਾਂ ਮਤਲਬ ਹੈ ਥੋੜੀ ਵੀ ਮੈਂ ਦੂਜਿਆਂ ਨੂੰ ਭੱਦੇ ਕਮੈਂਟ ਕਰਕੇ ਜਾਂ ਚੀਪ ਸ਼ਬਦ ਲਿਖ ਕੇ ਕਮੈਂਟ ਕਰੂੰਗੀ ਪਸੰਦ ਵਖੋ ਵਖਰੀ ਪਰ ਕਿਸੇ ਨੂੰ ਟੌਰਚਰ ਕਰਨ ਦਾ ਤੇ ਚੀਪ ਸ਼ਬਦ ਲਿਖਣ ਦਾ ਆਪਣਾ ਹੱਕ ਨਹੀਂ ਜੇ ਹਥਿਆਰਾਂ ਦੀ ਗੱਲ ਕਰੀਏ ਤਾਂ ਮੈਂ ਵੀ ਬਹੁਤ ਗਾਣੇ ਗਾਏ ਨੇ ਇੱਕ ਮਾੜਾ ਹਥਿਆਰ ਦੂਜਾ ਮੋਲ ਦਾ ਪਿਆਰ ਤੇ ਜੋ ਕੌਲੀ ਚੱਟ ਯਾਰ ਨਹੀਂ ਲੱਗਿਆ ਅਨਭਉ ਦੇ ਉਹ ਕਾਦਾ ਹਥਿਆਰ ਜਿਹੜਾ ਮੌਕੇ ਤੇ ਚੱਲੇ ਆਇਆ ਹੈ ਨਾ ਚੋਰਾਂ ਦੇ ਸੰਗਰਾਲ ਜੇ ਕੀ ਉਹ ਕਰਨਾ ਕੁੱਤੇ ਦਾ ਇਹ ਗਾਣਾ ਮੇਰਾ ਰਿਕਾਰਡ ਹੈ ਨਾ ਜੀ ਤੇ ਉਹ ਕਾਦਾ ਹਥਿਆਰ ਵੀ ਜਿਹੜਾ ਕੰਮ ਮੌਕੇ ਤਾਂ ਨਾ ਆਵੇ ਤੇ ਇੱਕ ਗਣਹ ਧਿਆਰਾਂ ਵਾਲੇ ਚੱਲੇ ਨੇ ਕੱਲੇ ਸਿੱਧੂ ਮੂਸੇ ਵਾਲੇ ਨੇ ਥੋੜੀ ਗਾਇਨੇ ਮੈਂ ਵੀ ਗਾਇਨੇ ਹੋਰ ਕਲਾਕਾਰਾਂ ਨੇ ਵੀ ਗਾਇਨੇ ਹਾਂ ਪਰ ਜੇ ਜਿਹੜਾ ਮੈਂ ਗਾਣਾ ਦੇਖਿਆ ਉਸ ਤੋਂ ਪਹਿਲਾਂ ਮੈਂ ਕੋਈ ਗਾਣਾ ਨਹੀਂ ਦੇਖਿਆ ਮੈਂ ਬਿਲਕੁਲ ਝੂਠ ਨਹੀਂ ਮਾਰਦੀ ਵੀ ਅੱਜ ਆਪਣੇ ਕੀ ਹੈ ਜੀ ਅਮਰਤਮਾਨ ਨੇ ਤੇ ਸਿੱਧੂ ਮੂਸੇ ਵਾਲੇ ਨੇ ਸ਼ੁਭਕਾਕੇ ਨੇ ਮੇਰਾ ਨਾਮ ਲਿਆ ਤਾਂ ਅੱਜ ਮੈਂ ਕਹਾਂ ਜੀ ਹਾਂ ਮੈਂ ਸਾਰੇ ਗਾਣੇ ਸੁਨੇ ਨਹੀਂ ਜਦੋਂ ਇਸ ਗਾਣੇ 'ਚ ਮੇਰਾ ਨਾਮ ਲਿਆ ਉਹਦੋਂ ਮੈਂ ਇਹ ਗਾਣਾ ਸੁਣਿਆ ਇਹਦੇ ਚ ਜਿਹੜਾ ਹਥਿਆਰ ਚੱਕਿਆ ਉਹ ਜਾਇਜ਼ ਚੱਕਿਆ ਬਿਲਕੁਲ ਇੱਕ ਔਰਤ ਦੀ ਇੱਜ਼ਤ ਖਾਤਰ ਚ ਹੂੰ ਬਿਲਕੁਲ ਹੈਨਾ ਇੱਕ ਔਰਤ ਦੀ ਇੱਜ਼ਤ ਆਵਲਾ ਨਾਰੀ ਦੇ ਹੱਕ ਚ ਹਥਿਆਰ ਚੱਕਿਆ ਤੇ ਹਥਿਆਰ ਕਿ ਰੱਖੇ ਕਾਦੇ ਲਈ ਆਪਾਂ ਹੂੰ ਹੈਨਾ ਮੌਕੇ ਤੇ ਚਲਾਉਣ ਲਈ ਰੱਖਿਆ ਹਾਂ ਬੇ ਮੌਕਾ ਹੁਣ ਮੰਨ ਲਓ ਪਰਸੋਂ ਚੌਥੇ ਇੱਕ ਵਿਆਹ ਦੇ ਪ੍ਰੋਗਰਾਮ ਚ ਹਥਿਆਰ ਚੱਲਿਆ ਉੱਥੇ ਤੈਨੂੰ ਲੋਕ ਜ਼ਖਮੀ ਹੋਏ ਨੇ ਮੈਂ ਐਨੇ ਪ੍ਰੋਗਰਾਮ ਲਾਉਣੇ ਆ ਹਣਾ ਕੋਈ ਨਾ ਕੋਈ ਜ਼ਖਮੀ ਹੋ ਗਿਆ ਜਾਂ ਕਿਸੇ ਦੀ ਡੈਥ ਹੋ ਗਈ ਮੇਰੇ ਸਾਹਮਣੇ ਫੋਟੋਗ੍ਰਾਫ ਕਰਦੇ ਲੱਗ ਗਿਆ ਹਮ ਇੱਕ ਕਲਾਕਾਰ ਦੇ ਹਥਿਆਰ ਨੂੰ ਕਿਉਂ ਫੜ ਲੈਨੇ ਆਪਾਂ ਹਥਿਆਰ ਤਾਂ ਹਰ ਥਾਂ ਤੇ ਵਿਆਹ ਵਿਆਹਾਂ ਤੇ ਸੀ ਜਾਣਿਆ 10 ਫੈਰੇ ਇਧਰ ਹੁੰਦੇ ਆ 10 ਫੈਰ ਇਧਰ ਹੁੰਦੇ ਉਦੋਂ ਫਿਰ ਮੀਡੀਆ ਕਿਉਂ ਨਹੀਂ ਲਿਖਦਾ ਹਮ ਸੌਰੀ ਹਮ ਹੈਨਾ ਬਿਲਕੁਲ ਉਦੋਂ ਮੀਡੀਆ ਕਿਉਂ ਨਹੀਂ ਲਿਖਦਾ ਹੈਨਾ ਹਥਿਆਰ ਸਾਰੀ ਥਾਂ ਤੇ ਬੰਦ ਹੋਣੇ ਚਾਹੀਦੇ ਹਾਂ ਹਥਿਆਰ ਨੂੰ ਆ ਆਦੀ ਸੈਲਫ ਉਸ ਲਈ ਕਿਸੇ ਮਜ਼ਲੂਮ ਦੀ ਰਾਖੀ ਲਈ ਹਨਾ ਇਹਨਾਂ ਚੀਜ਼ਾਂ ਲਈ ਜ਼ਰੂਰ ਚਲਾਉਣਾ ਚਾਹੀਦਾ ਹੁਣ ਮੈਂ ਆ ਮੈਂ ਬੈਠੀ ਆ ਮੇਰੇ ਕੋਲ ਹਥਿਆਰ ਹੈ ਚਾਰ ਬੰਦੇ ਆਗੇ ਤਾਂ ਮੈਂ ਦੇਖ ਹੀ ਜਾਊਂਗੀ ਬਿਜੀ ਮੈਂ ਚਲਾਉਣਾ ਨਹੀਂ ਉਹ ਦੋਨੋਂ ਅਗਲਾ ਮੈਨੂੰ ਉਠਾ ਕਰਕੇ ਟੱਪ ਜਾਊਗਾ ਹਨਾ ਬਿਲਕੁਲ ਜਿਹੜੀਆਂ ਚੀਜ਼ਾਂ ਬਣੀਆਂ ਨੇ ਇਨਸਾਨ ਲਈ ਬਣੀਆਂ ਪਰ ਹਾਂ ਜੇ ਲੋੜ ਤੋਂ ਵੱਧ ਐਵੇਂ ਦਿਖਾਈ ਜਾਣੇ ਉਹ ਮਾਰ ਗਲੋਰੀਫਾਈ ਕਰਨਾ ਬੁਰੀ ਚੀਜ਼ ਉਹ ਮਾਰੇ ਕਿਸੇ ਗਾਣੇ ਦਾ ਹੱਕ ਬਣਦਾ ਹਨਾ ਵੀ ਹਾਂ ਯਾਰ ਇੱਥੇ ਜਾਇਜ਼ ਹੈ ਹੂੰ ਹਥਿਆਰ ਉਹ ਉਹਨੂੰ ਮੈਂ ਗਲਤ ਨਹੀਂ ਮੰਨਦੀ ਕਿਉਂਕਿ ਹਥਿਆਰ ਵਾਲੇ ਗੀਤ ਮੈਂ ਵੀ ਗਾਏ ਨੇ ਬਹੁਤ ਗਾਏ ਨੇ ਪਰ ਉਹ ਉਹ ਗਾਣਿਆਂ ਦਾ ਕੋਈ ਤੋਕ ਹੈ ਜਿਹੜਾ ਗਾਣਾ ਮੈਂ ਸਿੱਧੂ ਮੂਸੇ ਵਾਲੇ ਦਾ ਸੁਣਿਆ ਤੇ ਅਮਰਤਮਾਨ ਦਾ ਸੁਣਿਆ ਉਹ ਬਿਲਕੁਲ ਜਾਇਜ਼ ਚੱਕਿਆ ਹੋਇਆ ਬਾਕੀ ਮੈਂ ਨਹੀਂ ਸੁਣੀ ਬਿਲਕੁਲ ਨਹੀਂ ਸੁਣੀ ਹਾਲਾਂਕਿ ਸਾਡੇ ਛੋਟੇ ਛੋਟੇ ਬੱਚੇ ਮੈਂ ਸਿੱਧੂ ਮੂਸੇ ਵਾਲਾ ਹਨ ਅਮਰਤਮਾਨ ਦੇ ਗਾਣੇ ਸਰਤਾਜ ਦਾ ਤਾਂ ਮੈਨੂੰ ਆਏ ਲੱਗਦਾ ਹੁੰਦਾ ਵੀ ਮੈਂ ਐਸੀ ਕਲਾ ਮਾ ਉਹਨਾਂ ਦੀ ਜਦੋਂ ਮੈਨੂੰ ਮਿਲਣ ਮੈਂ ਉਹਨਾਂ ਦੇ ਹੱਥ ਚੋ ਬਲਾ ਬਿਲਕੁਲ ਹੈ ਨਾ ਮੈਂ ਸਾਰੇ ਪ੍ਰਭ ਗਿੱਲ ਨੂੰ ਨਸ਼ੱਤਰ ਗਿੱਲ ਸਾਹਿਬ ਦੀ ਤੇ ਕਟੜ ਫੈਨ ਆ ਕਟੜ 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 ਉਹਨਾਂ ਦਾ ਕੋਈ ਵੀ ਗਾਣਾ ਆ ਜੇ ਮੈਂ ਨਹੀਂ ਛੱਡਦੀ ਅੱਛਾ ਜੀ ਹੈ ਨਾ ਜੀ ਐਸੇ ਮੁੰਡੇ ਨਵੇਂ ਨੇ ਜਿਨ੍ਹਾਂ ਨੂੰ ਮੈਂ ਸੁਣਦੀ ਹਾਂ ਕੁੜੀਆਂ ਨੇ ਨਿਮਰਤਾ ਖੈਰ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਕੌਰ ਵੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਸੁਨੰਦਾ ਦਾ ਕਿਊਟ ਜਿਹੜਾ ਚਿਹਰਾ ਮੈਨੂੰ ਬਹੁਤ ਅੱਛਾ ਲੱਗਦਾ ਆਹ ਤੇ ਆਪਦੀ ਥਾਂ ਤੇ ਸਾਰੇ ਵਧੀਆ ਨੇ ਨਿੰਦਣਾ ਬੰਦ ਕਰੋ ਕਲਾਕਾਰ ਇੱਕ ਜੁੱਟ ਹੋ ਕੇ ਰਹਿਣ ਹੈਨਾ ਪੂਰਾ ਕਿਸੇ ਨੂੰ ਨਹੀਂ ਆਉਂਦਾ ਕਹਿੰਦੇ ਕਿਸੇ ਨੂੰ ਰੋਟੀ ਬਣਾਉਣੀ ਆਉਂਦੀ ਹੈ ਕਿਸੇ ਨੂੰ ਕੱਲੀਆ ਪੂਰੀਆਂ ਹੀ ਬਣਾਉਣੀਆਂ ਆਉਂਦੀਆਂ ਕਿਸੇ ਨੂੰ ਸਾਰਾ ਬਣਾਉਣਾ ਆਉਂਦਾ ਪਰ ਹਰ ਕਨੇ ਆਪਦੇ ਬੱਚਿਆਂ ਦਾ ਢੱਡ ਭਰਨਾ ਮੈਂ ਤਾਂ ਫਾਈਨਲੀ ਗੋਦੀ पे ਕਹਿੰਦੀ ਆ ਵੀ ਮੈਂ ਵੀ ਆਪਦੇ ਬੱਚਿਆਂ ਨੇ ਢੱਡ ਭਰਨਾ ਦੂਜੇ ਕਲਾਕਾਰ ਨੇ ਵੀ ਆਪਦੇ ਬੱਚਿਆਂ ਦਾ ਬਿਲਕੁਲ ਕਿਸੇ ਦੀ ਰੋਜੀ ਰੋਟੀ ਚ ਲਾਤ ਨਾ ਮਾਰੋ ਮੈਨੂੰ ਨਾ ਤੁਹਾਡੀ ਇੱਕ ਗੱਲ ਬੜੀ ਖੂਬਸੂਰਤ ਲੱਗਦੀ ਆ ਤੁਸੀਂ ਕਿਤੇ ਵੀ ਕੋਈ ਵੀ ਉਦਾਹਰਨ ਦੇਣੀ ਹੋਵੇ ਤਾਂ ਤੁਹਾਡੀ ਉਹ ਰਸੋਈ ਦੇ ਨਾਲ ਜੁੜੀ ਹੁੰਦੀ ਆ ਕਿਸੇ ਨੇ ਤੁਹਾਨੂੰ ਕਿਹਾ ਕਿ ਤੁਸੀਂ ਹਰਿਆਣੇ ਦੇ ਹੋ ਭਾਵੇਂ ਤੁਸੀਂ ਬਠਿੰਡੇ ਰਹਿੰਦੇ ਹੋ ਪਰ ਤੁਸੀਂ ਹਰਿਆਣਵੀ ਬੋਲ ਲੈਂਦੇ ਹੋ ਜੇ ਗੱਲ ਨੇ ਤੁਸੀਂ ਕਿਹਾ ਜੀ ਮੈਂ ਹਰਿਆਣਵੀ ਵੀ ਮੈਂ ਹਿੰਦੀ ਵੀ ਗੱਲ ਲੰਨੀ ਆ ਤੁਸੀਂ ਕਿਹਾ ਵੀ ਅ ਕਲਾਕਾਰਾ ਜਿਹੜਾ ਉਹ ਇੱਕ ਤਰ੍ਹਾਂ ਦੇ ਕੁਝ ਵੀ ਕਰ ਸਕਦਾ ਆ ਵੀ ਜਿਵੇਂ ਇੱਕ ਜਿਹੜੀ ਔਰਤ ਆ ਜੇ ਉਹਨੂੰ ਆਟਾ ਗੁੰਨਣਾ ਆਉਂਦਾ ਤਾਂ ਉਹਦੇ ਚੋਂ ਪਰੌਂਠੇ ਵੀ ਬਣਾ ਸਕਦੀ ਆ ਉਹ ਮਿੱਸੀ ਰੋਟੀ ਵੀ ਬਣਾ ਸਕਦੀ ਆ ਆ ਤੁਸੀਂ ਮੈਨੂੰ ਇੰਨਾ ਡੀਪਲੀ ਸੁਣਾਇਆ ਤਾਂ ਇਹ ਜੋ ਪੂਰਾ ਹੈ ਉਹ ਅਬਸੋਲੂਟ ਕਰਨਾ ਚਾਹੀਦਾ ਮੈਨੂੰ ਬੜੇ ਖੂਬਸੂਰਤ ਹੁਣ ਵੀ ਕਿਉਂਕਿ ਤੁਸੀਂ ਆਟੇ ਦੀ ਗੱਲ ਕੀਤੀ ਆ ਹਨਾ ਰੋਟੀ ਦੀ ਗੱਲ ਕੀਤੀ ਆ ਕਿਉਂਕਿ ਔਰਤ ਨੂੰ ਪੂਰਨਤਾ ਦਾ ਦਰਜਾ ਦਿੱਤਾ ਗਿਆ ਜੀ ਪੂਰੀ ਸ੍ਰਿਸ਼ਟੀ ਔਰਤ ਤੋਂ ਚੱਲਦੀ ਹੈ ਕਹਿੰਦੇ ਜੈਸਾ ਆ ਨਾ ਵੈਸਾ ਮਨ ਕਰੋ ਬੰਦਾ ਕੋਈ ਵੀ ਕੰਮ ਤੇ ਜਾਂਦਾ ਪਹਿਲਾਂ ਉਹ ਭਾਵੇਂ ਮਾਂ ਹੋਵੇ ਭਾਵੇਂ ਭੈਣ ਹੋਵੇ ਭਾਵੇਂ ਬੀਬੀ ਹੋਵੇ ਭਾਵੇਂ ਬੇਟੇ ਹੋਵੇ ਔਰ ਰਸੋਈ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਰਸੋਈ ਤੋਂ ਕੰਮ ਸ਼ੁਰੂ ਹੁੰਦਾ ਅੱਛਾ ਖਾਣਾ ਤੰਦਰੁਸਤੀ ਦਿੰਦਾ ਹੈ ਅੱਛਾ ਦਿਮਾਗ ਦਿੰਦਾ ਹੈ ਹਨਾ ਮਾੜਾ ਖਾਣਾ ਤੰਦਰੁਸਤੀ ਖੋਹਦਾ ਤੇ ਮਾੜਾ ਦਿਮਾਗ ਦਿੰਦਾ ਬਿਲਕੁਲ ਦੋਨਾਂ ਦਾ ਆਫਰ ਪਤਾ ਨਹੀਂ ਵੀ ਮੈਨੂੰ ਰੋਟੀ ਰੋਟੀ ਦਾ ਸ਼ੌਕ ਬਾਲਾ ਬਿਲਕੁਲ ਇਹ ਪਕੋਵਾ ਕਰੇ ਸ਼ੌਕ ਨਹੀਂ ਮੈਨੂੰ ਕਢਾਈ ਦਾ ਵੀ ਬਹੁਤ ਸ਼ੌਕ ਹੈ ਹੁਣ ਮੈਂ ਆਪਣੇ ਬੇਟੀ ਨੂੰ ਕਿਹਾ ਸੀ ਮੈਂ ਕਿ ਪਲੱਸ 2 ਦੇ ਹੁਣ ਉਹਨੇ 94 ਲਏ ਨੇ ਸਤੰਬਰ ਦੇ ਪੇਪਰਾਂ ਚੋਂ ਵਧੀਆ ਰਿਜ਼ਲਟ ਆਇਆ ਕਹਿੰਦੀ ਮਮਾ ਤੁਸੀਂ ਖੁਸ਼ ਹੋ ਮੈਂ ਕਿ ਮੈਂ ਬਹੁਤ ਖੁਸ਼ ਹਾਂ ਪਰ ਮੈਂ ਕਿਹਾ ਵੀ ਮੈਨੂੰ ਤੇਰੇ ਤੇ ਇੰਨੀ ਉਮੀਦ ਹੈ ਵੀ ਤੂੰ 99 ਵੀ ਲੈ ਸਕਦੀ ਹੈ ਮੈਂ ਕਿਹਾ ਪ੍ਰੈਸ਼ਰ ਨਹੀਂ ਪਰ ਮੈਂ ਕਿਹਾ ਤੂੰ ਲੈ ਸਕਦੀ ਹੈ ਮੈਨੂੰ ਭਰੋਸਾ ਹੈ ਤੇਰੇ ਤੇ ਮੈਂ ਕਿਹਾ ਵੀ ਤੂੰ ਇੱਕ ਕੰਮ ਕਰੇਂਗਾ ਕਹਿੰਦੀ ਹਾਂ ਮਮਾ ਦੱਸੋ ਮੈਂ ਕਿ ਤੂੰ ਨਾ ਆਪਦਾ ਮਲ ਮਲ ਦਾ ਦੁਪੱਟਾ ਲੈ ਕੇ ਆ ਕਾਟੇ ਤੋਪੇ ਵਾਲੇ ਛੋਟੇ ਛੋਟੇ ਫੁੱਲ ਮੈਂ ਕਿਹਾ ਮੈਂ ਤੈਨੂੰ ਲਿਆ ਕੇ ਦੂੰ ਤੇ ਸਤਾਰੇ ਕੱਢ ਕੇ ਮੈਂ ਕਿਹਾ ਤੂੰ ਆਪ ਦੇ ਪਾਉਣ ਵਾਲੀ ਚੁੰਨੀ ਲੈ ਮੈਂ ਕਿਹਾ ਇਹ ਇੱਕ ਆਪਣੀ ਮਜਬੂਰੀ ਨਹੀਂ ਇਹ ਸ਼ੌਕ ਇੱਕ ਮੈਡੀਟੇਸ਼ਨ ਹੈ ਬਿਲਕੁਲ ਹਾਂਜੀ ਜ਼ਰੂਰੀ ਨਹੀਂ ਵੀ ਆਪਾਂ ਸਮਾਧੀ ਲਾ ਕੇ ਮੈਡੀਟੇਸ਼ਨ ਕਰਨਾ ਹੂੰ ਜਿਹੜਾ ਕੰਮ ਆਪਾਂ ਨੂੰ ਪਸੰਦ ਹੈ ਜਦੋਂ ਆਪਾਂ ਉਹ ਕਰਦੇ ਹਾਂ ਹੂੰ ਉਹ ਆਪਣੀ ਮੈਡੀਟੇਸ਼ਨ ਹੈ ਨਾਲੇ ਆਪਣਾ ਕੰਮ ਹੋ ਜਾਂਦਾ ਨਾਲੇ ਆਪਣਾ ਮੈਡੀਟੇਸ਼ਨ ਹੋ ਜਾਂਦਾ ਬਿਲਕੁਲ ਤੇ ਇਸੇ ਤਰ੍ਹਾਂ ਹੀ ਤੁਹਾਡੀ ਇੱਕ ਇੰਟਰਵਿਊ ਦੇ ਵਿੱਚ ਕਹੀ ਗੱਲ ਮੈਨੂੰ ਬੜੀ ਚੰਗੀ ਲੱਗੀ ਜਦੋਂ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਕਲਾਕਾਰ ਹੋਣ ਦੇ ਬਾਵਜੂਦ ਵੀ ਸਾਰੇ ਕੰਮ ਆਪ ਕਰਦੇ ਹੋ ਤਾਂ ਤੁਸੀਂ ਇੱਕ ਲਾਈਨ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਕਿ ਪ੍ਰਸਿੱਧੀ ਤੁਹਾਨੂੰ ਇਹ ਤਾਂ ਨਹੀਂ ਕਹਿੰਦੀ ਕਿ ਤੁਸੀਂ ਔਰਤ ਨਾ ਹੋਵੋ ਬਿਲਕੁਲ ਔਰਤ ਹੋਣੋਂ ਤਾਂ ਨਹੀਂ ਰੋਕਦੀ ਨਹੀਂ ਰੋਕਦੀ ਬਿਲਕੁਲ ਨਹੀਂ ਰੋਕਦੀ ਪਰ ਮੈਂ ਗੁਰਦੀਪ ਇੱਕ ਗੱਲ ਕਹਿੰਦੇ ਹਾਂ ਵੀ ਜਿਹੜਾ ਮੈਂ ਪਹਿਲਾਂ ਵਾਲੀਆਂ ਔਰਤਾਂ ਨਾਲੋਂ ਹੋਣ ਵਾਲੀਆਂ ਔਰਤਾਂ ਜ਼ਿਆਦਾ ਪਿਸ ਰਹੀਆਂ ਜਾਂ ਜਿਹੜਾ ਮੈਂ ਸੋਚ ਰਹੀ ਆ ਤਾਂ ਮੈਂ ਆਪਾਂ ਪੜ ਲੈ ਕੇ ਕਪੜਾ ਲੀੜਾ ਅੱਛਾ ਪਾਉਣ ਲੱਗੇ ਹਨਾ ਜੀ ਆਪਾਂ ਦੋ ਗੇੜੇ ਬਾਜ਼ਾਰ ਚ ਵੀ ਲਾਇਆ ਉਹਨੇ ਹਨਾ ਜੀ ਉਦੋਂ ਕੀ ਹੁੰਦਾ ਸੀਗਾ 6 ਮਹੀਨੇ ਬਾਅਦ ਕਪੜਾ ਲੀੜਾ ਲਿਆ ਦੇਣਾ ਕਰਦਿਆ ਨੇ ਖੁਸ਼ੀ ਨਾਲ ਚਲੋ ਜੀ ਵੇੜੇ ਚ ਝਾੜੂ ਲਾਇਆ ਖੇਤ ਕੀਤੇ ਕਪਾ ਨਰਮਾ ਚੁਗਿਆ ਹੁਣ ਉਦੋਂ ਕੋਈ ਬਾਡੀ ਵਾਲ ਵੀ ਇੰਨਾ ਧਿਆਨ ਨਹੀਂ ਦਿੰਦਾ ਸੀ ਹੁਣ ਕੀ ਹੁੰਦਾ ਪਹਿਲਾ ਕੁੜੀ ਪੜਦੀ ਹੈ ਵਿਚਾਰੀ ਉਹ ਤੋਂ ਆਪਾਂ 3 ਸਾਲ ਬੱਚਾ ਹੀ ਲਾ ਲਓ ਭਾਵੇਂ ਮੁੰਡਾ ਭਾਵੇਂ ਕੁੜੀ ਹੈ ਪਰ ਮੈਂ ਲੇਡੀਆਂ ਆ ਮੈਂ ਲੇਡੀਆਂ ਦੀ ਗੱਲ ਕਰੂੰਗੀ ਜਦੋਂ ਤੋਂ 3-3.5 ਸਾਲ ਦੀ ਹੋ ਜਾਂਦੇ ਉਦੋਂ ਆਪਾਂ ਉਹਦਾ ਬਚਪਨਾ ਖੋਹ ਲੈਨੇ ਨੇ ਜਿਹੜਾ ਹੁਣ ਦੌਰ ਚੱਲ ਰਿਹਾ ਤੂੰ ਗਵਾਂਡੇ ਦਾ ਦਿਨ ਜਾਣਾ ਤੂੰ ਉਹਦੇ ਨਾਲ ਨਹੀਂ ਖੇਡਣਾ ਉਹਦਾ ਬਚਪਨਾ ਉਥੋਂ ਖੋਹ ਲਿਆ ਫਿਰ ਉਹਨੂੰ ਆਪਾਂ ਮੋਬਾਈਲ ਤੋਂ ਦੂਰ ਕਰਦੇ ਆਂ ਵੀ ਕੋਈ ਐਸੀ ਵੈਸੀ ਚੀਜ਼ ਨਾ ਦੇਖ ਲਿਓ ਫਿਰ ਉਹਦੇ ਆਪਾਂ ਬਸੇ ਦਾ ਬੋਝ ਲਾਦਦੇ ਆਂ ਫਿਰ ਉਹ ਤੇ ਨੰਬਰਾਂ ਦਾ ਬੋਝ ਲਾਉਂਦੇ ਆ ਵੀ ਤੇਰੇ ਇੰਨੇ ਨੰਬਰ ਹੋਣੇ ਚਾਹੀਦੇ ਹੋ ਗਈ ਬਾਉਂਡ ਅੱਛਾ ਫਿਰ ਉਹਦੇ ਦਿਮਾਗ ਤੇ ਆਪਾਂ ਇੱਕ ਬੋਝ ਲਾਉਂਦੇ ਆ ਵੀ ਤੂੰ ਕੁਝ ਬਣਨਾ ਕਿਸੇ ਦਿਮਾਗ ਦੇ ਖਾਨੇ ਚ ਤੁਰੇ ਫਿਰਦੀ ਆ ਉਹਦੇ ਦਿਮਾਗ ਚ ਰਹਿੰਦਾ ਵੀ ਮੈਂ ਕੁਝ ਬਣਨਾ ਹੈ ਹਾਂਜੀ ਜਦੋਂ ਬਣ ਗਈ ਉਸ ਬਾਅਦ ਆਪਾਂ ਇੱਕ ਸੋਚ ਲੈਂਦੇ ਆ ਵੀ ਹੁਣ ਇਹਦੇ ਲਈ ਵਧੀਆ ਮੁੰਡਾ ਵੇਖੀਏ ਵਿਆਹ ਕਰਤਾ ਵਿਆਹ ਤੋਂ ਬਾਅਦ ਮਾਪੇ ਤਾਂ ਸੋਚ ਲੈਂਦੇ ਵੀ ਅਸੀਂ ਆਹ ਫਰਕ ਹੋ ਗਏ ਪਰ ਬੇਟੀ ਜਿਹੜੇ ਦੁੱਖ ਹੰਡਾਉਂਦੀ ਹੈ ਉਹਨਾਂ ਗਾੜੀ ਸ਼ਾਇਦ ਹੀ ਕੋਈ ਪੇਰੈਂਟ ਸੋਚਦਾ ਹੋਵੇ ਉਹ ਦਿਖਾਇਨੇ ਆ ਕਿ ਜ਼ਿੰਮੇਵਾਰੀਆਂ ਬਾਝਾਂ ਦੀਆਂ ਨੇ ਜਾਣ ਸਰ ਉਹ ਉਪਰੇ ਮਾਹੌਲ ਨੂੰ ਅਡਾਪਟ ਕਰਦੀ ਹੈ ਕੋਈ ਕਿਸ ਨੇਚਰ ਦਾ ਹੈ ਕੋਈ ਕਿਸ ਨੇਚਰ ਦਾ ਹੈ ਸਾਰਿਆਂ ਦੇ ਨੇਚਰ ਨਾਲ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਭਾਵੇਂ ਉਹ ਨੇਚਰ ਚੰਗੀ ਆ ਭਾਵੇਂ ਮਾੜੀ ਆ ਉਹਨੂੰ ਹਾਂਜੀ ਜੀ ਸਹਿ ਰਹਿਣਾ ਪੈਂਦਾ ਜੀ ਨੇ ਆਏ ਹਲਾਤਾ ਇਹ ਤਾਂ ਮਾੜੇ ਘਰਾਣੇ ਦੀ ਹੈ ਜੀ ਇਹਨੂੰ ਬੜੀ ਅਕਲ ਹੈ ਹਨਾ ਜੀ ਹਮੇਸ਼ਾ ਔਰਤ ਦਾ ਸਿਰ ਜੇ ਰਬੜ ਦੀ ਗੁੱਡੀ ਵਾਂਗੂ ਆਏ ਹਿਲਦਾ ਨਹੀਂ ਔਰਤ ਦੇ ਅੰਦਰ ਵੀ ਦਿਲ ਹੈ ਕੁਝ ਕਿ ਚੀਜ਼ਾਂ ਉਹਨੂੰ ਵੀ ਨਹੀਂ ਵਰੀਆ ਲੱਗਦੀਆਂ। ਹੂੰ। ਕਈ ਵਾਰ ਉਹ ਵੀ ਨਹੀਂ ਚਾਹੁੰਦੀ ਵੀ ਉਹਦਾ ਸਵੇਰੇ ਉੱਠ ਕੇ ਚਾਹ ਬਣਾਉਣ ਨੂੰ ਜੀ ਕਰਦਾ। ਕਈ ਵਾਰ ਉਹ ਵੀ ਨਹੀਂ ਚਾਹੁੰਦੀ ਵੀ 11 ਵਜੇ ਐਨੇ ਵਜੇ ਸੱਸ ਸਹੁਰੇ ਦੀ ਰੋਟੀ ਦਾ ਟਾਈਮ ਹੋ ਗਿਆ ਦੇਣ। ਕਈ ਵਾਰ ਉਹ ਵੀ ਚਾਹੁੰਦੀ 1:30 ਘੰਟਾ ਲੇਟ ਬਣਾਦਾ। ਹੈਨਾ? ਫਿਰ ਉਸ ਤੋਂ ਬਾਅਦ ਉਹਨੇ ਜੌਬ ਤੇ ਜਾਣਾ। ਫਿਰ ਸੱਸ ਸਹੁਰਾ ਉਹਦੀ ਕੁੱਖਵਾਲ ਦੇਖਣਾ ਸ਼ੁਰੂ ਕਰ ਦਿੰਦੇ ਆ। ਹੈਨਾ? ਫਿਰ ਉਹ ਇੱਕ ਘਟਣ ਚ ਜਾਉਂਦੇ ਆ ਵੀ ਮੁੰਡਾ ਜ਼ਰੂਰ ਹੋ ਜੇ। ਦੇਖੀ ਪ੍ਰਮਾਤਮਾ Papa ਮੇ ਦੋ ਕੁੜਗੇ ਹੋ ਜਾਣੇ ਇੱਕ ਮੁੰਡਾ ਜ਼ਰੂਰ ਹੋ ਜੇ ਆ ਸਭ ਤੋਂ ਵੱਡੀ ਘਟਨਾ ਬਿਲਕੁਲ ਹੈਨਾ ਇਸ ਘਟਨ ਦੇ ਨਾਲ ਜੇ ਉਹਦੇ ਬੇਟਾ ਹੋ ਜਾਂਦਾ ਫਿਰ ਉਹ ਕਦੇ ਸ਼ੁਕਰਿਆ ਪ੍ਰਮਾਤਮਾ ਮੈਨੂੰ ਮੇਰਾ ਪਰਿਵਾਰ ਪੂਰਾ ਕਰਤਾ ਫਿਰ ਉਹਦੇ ਪੂਰੇ ਸਹੁਰੇ ਪਰਿਵਾਰ ਦੇ ਨਾਲ ਨਾਲ ਉਹ ਆਪਣੇ ਬੱਚਿਆਂ ਵੱਲ ਹੋ ਜਾਂਦੀ ਫਿਰ ਉਹ ਆਪਣੇ ਪਤੀ ਦਾ ਵੀ ਖਿਆਲ ਰੱਖਦੀ ਹੈ ਕਿਤੇ ਇਹਦਾ ਮੂੜ ਤਾਂ ਨਹੀਂ ਆਫ ਹੋ ਗਿਆ ਮੇਰੇ ਪਿਆਰ ਚ ਜਾਂ ਸਮਾਂ ਦੇਣ ਚ ਕੋਈ ਕਮੀ ਤਾਂ ਨਹੀਂ ਰਹੇਗੀ ਹੈਨਾ ਐਨੇ ਝਮੇਲਿਆਂ ਚ ਜਦੋਂ ਉਹ ਵਿਚਾਰੀ ਮਰ ਜਾ ਦਿੰਦੀ ਹੈ ਫਿਰ ਉਹ ਹੀ ਪਤੀ ਇੱਕ ਦਿਨ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਜਵੇਂ ਆਏ ਹੋਗੀ ਉਹ ਹੀ ਪਤੀ ਆਏ ਕਹਿਣ ਤੋਂ ਪਹਿਲਾਂ ਪੈ ਕੇ ਆਏ ਨੇ ਸੋਚਦਾ ਵੀ ਯਾਰ ਇਹ ਵੀ ਇੱਕ ਇਨਸਾਨ ਹੈ ਇਹਦੇ ਅੰਦਰ ਵੀ ਇੱਕ ਦਿਲ ਹੈ ਹਣਾ ਇਹ ਕਿੰਨੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ ਬਿਨਾ ਕੋਈ ਤਨਖਾਹ ਲੈ ਬਿਨਾ ਕੋਈ ਹੱਕ ਜਤਾਏ ਨਭਾਈ ਤੁਰ ਜਾਂਦੀ ਹੈ ਨਭਾਈ ਤੁਰ ਜਾਂਦੀ ਹੈ ਫਿਰ ਆਪ ਆਪਣੀ ਬਾਡੀ ਵੱਲ ਧਿਆਨ ਦਿੰਨੇ ਪਈ ਹਈ ਇੰਨੀਆਂ ਜ਼ਿੰਮੇਵਾਰੀਆਂ ਨਭਾਉਣ ਤੋਂ ਬਾਅਦ ਸਾਡੀ ਬਾਡੀ 'ਚ ਕੋਈ ਫਰਕ ਨਾ ਪੈ ਜੇ ਆ ਇੱਕ ਨਵਾਂ ਫੈਸ਼ਨ ਚੱਲ ਪਿਆ ਹਾਂਜੀ ਹਾਂਜੀ ਵੀ ਥੋੜੀ ਬਾਡੀ ਮੇਨਟੇਨ ਹੋਣੀ ਚਾਹੀਦੀ ਹੈ ਤੁਸੀਂ ਹੀਰੋ ਵਰਗੇ ਹੀਰੋਨਾ ਵਰਗੇ ਲੱਗਣੇ ਚਾਹੀਦੇ ਹੋ ਤੁਸੀਂ ਐਕਸਟਰਾ ਲੱਗਣ। ਉਹ ਇੱਕ ਔਰਤ ਕਿੰਨੇ ਕ ਰੋਲ ਨਭਾਲੂ ਉਹ ਵਿਚਾਰੀਆਂ ਪਿਸ ਜਾਂਦੀ ਐ ਚੱਕੀ ਦੇ ਦੋ ਪੋੜਿਆਂ ਚ ਇੱਕ ਆਪਦਾ ਪੋੜਾ ਇੱਕ ਸਮਾਜ ਦਾ ਪੋੜਾ ਤੇ ਇਸੇ ਕਰਕੇ ਮੈਂ ਕਹਿੰਨੇ ਆ ਔਰਤ ਨੂੰ ਖੁਸ਼ ਰੱਖਣ ਦੋ ਜਿਹੜੀ ਔਰਤ ਆ ਉਹ ਪੰਜੇ ਉਂਗਲੀਆਂ ਕਸਾਰ ਨਹੀਂ ਜੀ ਹਨਾ ਮੈਂ ਹਰ ਚੀਜ਼ ਦਾ ਇੱਕ ਪੋਜ਼ਿਟਿਵ ਤੇ ਨੈਗੇਟਿਵ ਪਹਿਲੂ ਰੱਖਦੀ ਆ ਜਿਹੜੀ ਔਰਤ ਜਿਹੜੀ ਇਹਨਾਂ ਵਿਸ਼ਿਆਂ ਦੇ ਹੱਕਦਾਰ ਹੈਗੀ ਆ ਨੂੰ ਰਹਿਣ ਦੋ ਉਹ ਤੋਂ ਵੀ ਮੂਡ ਪੁੱਛੋ ਦੋ ਵੀ ਅੱਜ ਤੇਰਾ ਕੁਝ ਖਾਣ ਨੂੰ ਜੀ ਕਰਦਾ ਹੈ ਨਾ ਅੱਜ ਤੇਰਾ ਰੋਟੀ ਬਣਾਉਣ ਨੂੰ ਨਹੀਂ ਜੀ ਕਰਦਾ ਤੇ ਰਹਿਣ ਦੇ ਔਰਤ ਦਾ ਵੀ ਮੂਡ ਪ੍ਰਮਾਤਮਾ ਨੇ ਮੇਲ ਫੀਮੇਲ ੜ ਕਰਕੇ ਨਹੀਂ ਭੇਜੇ ਹੂੰ ਇਹ ਤੇ ਸ੍ਰਿਸ਼ਟੀ ਸਜਾਉਣ ਵਾਸਤੇ ਭੇਜੇ ਸੀ ਇੱਥੇ ਮਰਦ ਪ੍ਰਧਾਨ ਸਮਾਜ ਹੋ ਗਿਆ ਕਿਸੇ ਨੇ ਨਾ ਬੜੀ ਸੋਹਣੀ ਗੱਲ ਕਹੀ ਸੀ ਕਹਿੰਦੇ ਘਰ ਚ ਖਾਣਾ ਔਰਤ ਬਣਾਉਗੀ ਪਰ ਪਸੰਦ ਉਹਦੇ ਪਰਿਵਾਰ ਦੀ ਹੋਊਗੀ ਮੈਂ ਕੁਛ ਨਹੀਂ ਬੇਟਾ ਜੀ ਤੁਸੀਂ ਕੀ ਖਾਓਗੇ ਹੈਨਾ ਜਦੋਂ ਮੇਰੇ ਸਾਸ ਸਹਰਾ ਮੇਰੇ ਕੋਲੇ ਆਉਂਦੇ ਮਮੀ ਤੁਸੀਂ ਕੀ ਖਾਓਗੇ ਮੈਨੂੰ ਉਹਨਾਂ ਦਾ ਟਾਈਮ ਟੇਬਲ ਪਤਾ ਹੁੰਦਾ ਵੀ ਐਨਕ ਵਜੇ ਉਹਨਾਂ ਨੇ ਚਾਹ ਪੀਣੀ ਐਨਕ ਵਜੇ ਉਹਨਾਂ ਨੇ ਰੋਟੀ ਖਾਣੀ ਤੇ ਮੇਰੇ ਹਸਬੰਡ ਦਾ ਮੈਨੂੰ ਪਤਾ ਹੈ ਵੀ ਥੋੜਾ ਜਿਹਾ ਚਟਕੂਰਾ ਖਾਂਦੇ ਹੈ ਹੈਨਾ ਨਾਲ ਵੀ ਇਹਨਾਂ ਦੀ ਰੋਟੀ ਵੀ ਇਹਨਾਂ ਨੂੰ ਆਇਆ ਹੁੰਦਾ ਵੀ ਯਾਰ ਮੇਰੀ ਥਾਲੀ ਸਜੀ ਜੀ ਹੋਣੀ ਚਾਹੀਦੀ ਸਜੀ ਥਾਲੀ ਮੋਰੇ ਰੱਖ ਦੋ ਤੇ ਇਹ ਬੜੇ ਖੁਸ਼ ਹੋ ਕੇ ਖਾਂਦੇ ਨੇ ਤੇ ਫਿਰ ਇਸੇ ਕਰਕੇ ਮੈਂ ਕਹਿੰਦੀ ਵੀ ਔਰਤ ਦੇ ਮੂਡ ਬਾਰੇ ਵੀ ਕੋਈ ਪਤਾ ਕਰ ਲੇ ਵੀ ਤੂੰ ਕੀ ਵਿਸੱਦ ਕਰਦੀ ਹੈ ਔਰਤ ਨੂੰ ਜੇ ਸਾਰਾ ਪਰਿਵਾਰ ਮਹੀਨੇ ਚ ਇੱਕ ਵਾਰੀ ਵੀ ਆਏ ਕਹਿ ਦੇਣਾ ਵੀ ਅੱਜ ਜਿਹੜਾ ਤੇਰਾ ਜੀ ਕਰਦਾ ਤੂੰ ਉਹ ਕਰ ਹੂੰ ਜਿਹੜਾ ਤੇਰਾ ਜੀ ਕਰਦਾ ਤੂੰ ਉਹ ਬਣਾਓ ਨਾਲ ਸਾਡੀ ਤੇ ਫਿਤਰਤਾ ਵੀ ਜੀ ਸਾਡਾ ਕੋਈ 1% ਕਰਦਾ ਤਾਂ ਅਸੀਂ 5% ਹੋਰ ਨੂੰ ਦਵਲ ਹੁੰਦਾ ਆ ਕਹਿੰਦੇ ਰੱਬ ਦਾ ਸ਼ੁਕਰੀਆ ਅਦਾ ਕਰਦੇ ਨੇ ਥੱਕਦੇ ਵੀ ਸ਼ੁਕਰਿਆ ਪਰਮਾਤਮਾ ਸਾਨੂੰ ਬਹੁਤ ਵਧੀਆ ਪਰਵਾਰ ਦਿੱਤਾ ਬਿਲਕੁਲ ਮੇਰੇ ਦਿਲ ਤੇ ਕਰਦਾ ਸੀ ਵੀ ਇਸੇ ਲੈਅ ਦੇ ਵਿੱਚ ਗੱਲਾਂ ਤੋਰਨ ਕਰ ਕਰਸਤੀ ਜਾਂ ਕੁਛ ਅਜਿਹਾ ਜਿੱਥੋਂ ਅਸੀਂ ਵੀ ਸਾਨੂੰ ਦੇਖਣ ਵਾਲੇ ਵੀ ਕੁਝ ਜ਼ਰੂਰ ਸਿੱਖ ਸਕਣ ਸਟੇਜਾਂ ਦੀ ਆਪਾਂ ਤੁਹਾਡੀ ਗੱਲ ਕਰਦੇ ਸੀਗੇ ਵੀ ਕਿਸੇ ਸਟੇਜ ਤੇ ਤੁਹਾਨੂੰ ਕੋਈ ਇਦਾਂ ਦੀ ਦਿੱਕਤ ਆਈ ਹੋਵੇ ਕਿ ਵੀ ਬਰਾੜਾਂ ਦੀ ਕੁੜੀਆਂ ਤਾਂ ਤੂੰ ਸਟੇਜ ਤੇ ਨਹੀਂ ਚੜ੍ਹਨਾ ਚਾਹਦਾ ਪਰ ਤੁਸੀਂ ਅੰਤ ਦੀ ਜ਼ਿੰਦਗੀ ਦੇ ਵਿੱਚ ਆਪਣੇ ਸੰਗੀਤਕ ਸਫ਼ਰ ਦੌਰਾਨ ਉਹ ਸਟੇਜਾਂ ਵੀ ਦੇਖੀਆਂ ਨੇ ਜਿੱਥੇ ਕਿਸੇ ਇੱਕ ਬਜ਼ੁਰਗ ਨੇ ਦੋ ਗੁਲਾਬ ਦੇ ਫੁੱਲ ਗੁਰਦਾਸ ਮਾਨੋਰਾਂ ਦੇ ਲਈ ਰੱਖੇ ਸੀਗੇ ਆਸ਼ੀਰਵਾਦ ਦੇ ਤੌਰ ਤੇ ਉਹਨਾਂ ਦੋਆਂ 'ਚੋਂ ਇੱਕ ਉਹ ਤੁਹਾਨੂੰ ਦੇ ਕੇ ਗਏ ਸੀ ਬਿਲਕੁਲ ਜੀ ਇਹ ਮਲੇਰਕੋਟਲੇ ਦੀ ਸੇਸੀ ਜੀ ਮਹੀਂ ਅੰਗਲ ਸਾਹਿਬ ਦਾ ਗਾਣਾ ਹਿੱਟ ਹੋਇਆ ਸੀ ਉਦੋਂ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਤੇ ਉਹ ਕੰਪਨੀ ਨੇ ਉਹਨਾਂ ਨੂੰ ਕਾਰ ਦੇਣੀ ਸੀ ਤੇ ਉਦੋਂ ਮੈਂ ਤਾਂ ਵਿਚਾਰੀ ਇੱਕ ਦੋ ਗਾਣੇ ਗਾਉਣ ਵਾਲੀ ਸੀ ਉਦੋਂ ਮੇਰੀ ਗੋਇਲ ਕੰਪਨੀ ਨਾਲ ਗੱਲ ਚੱਲ ਰਹੀ ਸੀਗੀ ਤੇ ਥੈਂਕ ਯੂ ਭੰਦਰ ਡੱਬਾ ਜੀ ਸਾਹਿਬ ਦਾ ਕੋਇਲ ਸਾਹਿਬ ਦਾ ਤੇ ਕਰ ਕਰਾ ਕੇ ਬੜੀਆਂ ਬੜੇ ਆਰਟਿਸਟ ਆਏ ਸੀ ਮਾਨਸਾ ਬਨੇ ਆਉਣਾ ਸੀ ਇਕੱਠ ਬੇहद ਭਰਿਆ ਪੂਰਾ ਸਟੇਡੀਅਮ ਖਾਚਾ ਖਾਚ ਤੇ ਮੈਂ ਕਰ ਕਰਾ ਕੇ ਚੇਅਰ ਦਾ ਇੰਨਾ ਕੋ ਖੁੰਝਾ ਲੈ ਕੇ ਮੈਂ ਬੈਠ ਗਈ ਬੜਾ ਔਖਾ ਟਾਈਮ ਮਿਲਿਆ ਜੀ ਮure ਬਜ਼ੁਰਗ ਬੈਠੇ ਸੀਗੇ ਮੇਰੇ ਖਿਆਲ ਹੁਣ 75 80 ਸਾਲ ਦੇ ਨੇੜੇ ਤੋਂ ਉਹਨਾਂ ਦੇ ਹੱਥਾਂ 'ਚ ਦੋ ਗੁਲਾਬ ਸੀਗੇ ਤੇ ਮੈਨੂੰ ਦੋ ਗੀਤਾਂ ਦਾ ਹੀ ਟਾਈਮ ਮਿਲਿਆ ਮੈਨੂੰ ਅੱਜ ਵੀ ਯਾਦ ਹੈ ਚੰਡੀ ਗੜਜਾ ਹੁਸਨ ਨਹੀਂ ਤੇ ਮੁਕਸਰ ਵਰਗੀ ਜਿੱਤੀ ਤੇ ਦੋ ਤਿੰਨ ਮੈਂ ਸ਼ੇਅਰ ਲਾਏ ਤੇ ਇੱਕ ਮੈਂ ਮੇਰੇ ਖਿਆਲ ਉਹ ਮੈਂ ਗਾਇਆ ਸੀਗਾ ਸੁਚਾ ਅੱਛਾ ਜੀ ਇਹ ਦੋਨੋਂ ਗੀਤ ਗਾਈ ਉਹ ਬਜ਼ੁਰਗ ਉਠੇ ਮੈਨੂੰ ਗੁਲਾਬ ਦਾ ਫੁੱਲ ਦਿੱਤਾ ਤੇ ਵਾਂਸ ਮੋਰ ਵਾਂਸ ਮੋਰ ਵਾਂਸ ਮੋਰ ਪੂਰੇ ਸਟੇਡੀਅਮ ਚੋਂ ਇਹ ਆਵਾਜ਼ ਆ ਰਹੀ ਸੀ ਵੀ ਨਹੀਂ ਇੱਕ ਗਾਣਾ ਇਸ ਕੁੜੀ ਤੋਂ ਹੋਰ ਸੁਣਨਾ ਤੇ ਉਹ ਮੇਰੇ ਅੱਖਾਂ ਚ ਮਤਲਬ ਪਾਣੀ ਆ ਗਿਆ ਜਦੋਂ ਬਜ਼ੁਰਗਾ ਨੇ ਮੈਨੂੰ ਉਹ ਫੁੱਲ ਦਿੱਤਾ ਤੇ ਕਹਿੰਦੇ ਆ ਦੂਜਾ ਜਿਹੜਾ ਗੁਲਾਬ ਦਾ ਫੁੱਲ ਹੈ ਇਹ ਮੈਂ ਮਾਨ ਸਾਹਿਬ ਨੂੰ ਦੇਣਾ ਤੇ ਬੇਟਾ ਇਹ ਮੇਰਾ ਆਸ਼ੀਰਵਾਦ ਹੈ ਤੇ ਉਹ ਆਸ਼ੀਰਵਾਦ ਅੱਜ ਦੇਖ ਲਓ ਮੈਂ ਕਿੱਥੇ ਬੈਠੀ ਹੂੰ ਬਿਲਕੁਲ ਅੱਜਕੱਲ ਜਦੋਂ ਅਖਾੜਿਆਂ ਤੋਂ ਬਦਲ ਕੇ ਸ਼ੋਜ਼ ਦਾ ਜ਼ਮਾਨਾ ਆ ਗਿਆ ਤਾਂ ਅੱਜਕੱਲ ਗਾਉਣ ਵਾਲਿਆਂ ਨੂੰ ਸੁਣਨ ਦੇ ਲਈ ਬਹੁਤ ਹੀ ਜ਼ਿਆਦਾ ਨੌਜਵਾਨ ਜਾਂਦੇ ਨੇ ਪਰ ਜਦੋਂ ਆਪਾਂ ਤੁਹਾਡੇ ਬਦਕਿਸਮਤੀ ਦੇ ਨਾਲ ਮੈਂ ਤੁਹਾਡੀ ਕੋਈ ਲਾਈਵ ਸਟੇਜ ਨਹੀਂ ਦੇਖੀ ਹੈਗੀ ਪਰ ਜਦੋਂ YouTube ਦੇ ਉੱਪਰ ਆਪਾਂ ਤੁਹਾਡੀਆਂ ਸਟੇਜਾਂ ਦੇਖਦੀਆਂ ਜਾਂ ਉਸ ਤਰ੍ਹਾਂ ਦੇ ਜਿਹੜੇ ਤੁਹਾਡੇ ਸਮਕਾਲੀ ਆਰਟਿਸਟ ਸੀਗੇ ਉਹਨਾਂ ਦੀ ਆਪਾਂ ਸਟੇਜਾਂ ਦੇਖਦੀਆਂ ਤਾਂ ਉੱਥੇ ਮੋਸਟਲੀ ਮੈਚੁਰ ਲੋਕ ਹੀ ਸੀਗੇ ਵੀ ਮੰਨ ਲਓ ਸਾਡੇ ਪਿਓ ਦਾਦਿਆਂ ਦੀ ਉਮਰ ਦੇ ਲੋਕ ਅਖਾੜਾ ਸੁਣਨ ਆਉਂਦੇ ਹੁੰਦੇ ਸੀਗੇ ਤੁਹਾਨੂੰ ਕਿਉਂ ਲੱਗਦਾ ਕਿ ਉਹ ਜਿਹੜੀ ਇੱਕ ਉਮਰ ਵਰਗ ਸੀਗੀ ਤਾਂ ਉਹ ਹੁਣ ਦੀ ਗਾਇਕੀ ਦੇ ਨਾਲੋਂ ਹੁਣ ਦੇ ਅਖਾੜਿਆਂ ਦੇ ਨਾਲੋਂ ਕਿਉਂ ਟੁੱਟ ਗਈ ਕਿਉਂਕਿ ਅੱਜ ਕੱਲੋ ਉਹ ਸਾਨੂੰ ਅਖਾੜਿਆਂ ਦੇ ਵਿੱਚ ਜਾਂ ਸ਼ੋਜ਼ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੇ ਜਦੋਂ ਤੁਹਾਡਾ ਦੌਰ ਸੀਗਾ ਦੌਰ ਹੁਣ ਵੀ ਚੱਲ ਰਿਹਾ ਪਰ ਜਦੋਂ ਤੁਸੀਂ ਲਾਈਵ ਸਟੇਜਾਂ ਕਰਦੇ ਸੀ ਜਾਂ ਅੱਜ ਵੀ ਜੇ ਤੁਸੀਂ ਕਰਦੇ ਹੋਵੋਗੇ ਤਾਂ ਤੁਹਾਡੀ ਆਡੀਅנס ਦੇ ਵਿੱਚ ਹਰ ਉਮਰ ਦੇ ਲੋਕੀ ਸ਼ਾਮਲ ਹੁੰਦੇ ਨੇ ਬਿਲਕੁਲ ਜੀ ਯੂਥ ਮੈਂ ਕਹਿੰਦੇ ਸੈਡ ਗੀਤੇ ਤੇ ਨੱਚਦੇ ਰਹਿੰਦੇ ਹੁੰਦੇ ਸੀ ਮੈਂ ਚੱਕ ਲੈ ਜਾ ਰਵੇ ਤੇਰੀਆਂ ਪੰਜੇ ਚੀਜਾਂ ਪੂਰੀਆਂ ਤੂੰ ਤੇ ਵੀ ਨੱਚੀ ਜਾਣਾ ਲੋਕਾਂ ਨੇ ਕਹਣਾ ਜੀ ਤੇ ਉਦੋਂ ਹਰ ਵਰਗ ਹੁੰਦਾ ਸੀਗਾ ਪਰ ਮੈਂ ਆਪਣੀ ਬੇਟੀ ਕੇ ਜਿੱਤੇ ਸੀ 18 ਸਾਲ ਦੀ ਐਦਾਂ ਦੀ ਮੈਂ ਪਤਲੀ ਸੀਗੀ ਮੇਰੀ ਗਾਇਕੀ ਮਚੇਰ ਸੀ ਪਤਾ ਨਹੀਂ ਥੈਂਕ ਯੂ ਪੰਦਰਗਾੜੀ ਸਾਹਿਬ ਦਾ ਗੋਲ ਕੰਪਨੀ ਦਾ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਕਿਹਾ ਵੀ ਮੇਰੀ ਗਾਇਕੀ ਹੈ ਜਿਹੜੀ ਡਿਊ ਡਾਟ ਮੈਂ ਗਾਈ ਪੈਸੇ ਲਈ ਗਾਈ ਉਹਨਾਂ ਟਾਈਮ ਅੱਜ ਤੱਕ 10000 ਰੁਪਏ ਮਿਲਦਾ ਹੁੰਦਾ ਸੀ ਕਿਉਂਕਿ ਉਦੋਂ ਮੇਰੀ ਲੋੜ ਸੀ ਜਦੋਂ ਮੈਂ ਆਪ ਦੀ ਗਾਇਕੀ ਦਾ ਸੋਲੋ ਗਾਇਕੀ ਦਾ ਸਫਰ ਸ਼ੁਰੂ ਕੀਤਾ ਤੇ ਕੋਸ਼ਿਸ਼ ਹੁੰਦਾ ਸੀ ਮੈਂ ਮੇਰੇ ਜੇ ਮਿੱਤਰਾ ਸ਼ਬਦ ਵਿੱਚ ਹੈਗਾ ਤੇ ਮੈਂ ਕਹਿੰਦੀ ਸੀ ਬਾਈ ਸੋਹਣਿਆ ਕਰ ਦੋ ਅੱਛਾ ਜੀ ਹਣ ਪਰ ਕਈ ਵਾਰ ਮੇਥਰਾ ਬਾਈ ਨੇ ਕਹਿਣਾ ਨੇ ਗਾਣਾ ਮਰ ਜੂਗਾ ਇੱਥੇ ਮੇਤਰਾ ਹੀ ਜ਼ਰੂਰੀ ਹੈ ਤੇ ਉਦਾਂ ਦੇ ਇਹ ਗਾਣੇ ਬਾਈ ਨੇ ਮੇਰੇ ਲਈ ਰੇਜ਼ਮੈਂਟ ਕਰਕੇ ਰੱਖਣੇ ਇੱਕ ਟੀਮ ਵਰਕ ਹੁੰਦਾ ਕਲਾਕਾਰ ਕਲਾ ਕੁਝ ਨਹੀਂ ਹੁੰਦਾ ਤੇ ਅੱਜ ਤੱਕ ਮੈਂ ਨੱਚਣ ਵਾਲੇ ਗੀਤ ਵੀ ਗਾਉਣੇ ਹੈ ਨੱਚਣ ਚ ਕੋਈ ਲਚਰਤਾ ਨਹੀਂ ਹੁੰਦੀ ਨੱਚਣਾ ਕਿ ਨਾ ਮਾੜਾ ਬਣਾਇਆ ਗਾਉਣਾ ਕਿਹਨੇ ਮਾੜਾ ਬਣਾਇਆ ਹਾਂ ਇਹ ਲਾਲੂ ਵੀ ਜਿਹੜਾ ਦੁੱਧਾ ਮਾੜੀ ਨੇਤਾਲੀ ਨੇ ਇਹਨੋਂ ਮੱਥਾ ਟੇਕਣਾ ਹੈ ਆ ਸੌਰੀ ਅੱਛੀ ਨੇਤਾਲੀ ਨੇ ਉਹਨੂੰ ਮੱਥਾ ਟੇਕਣਾ ਤੇ ਮਾੜੀ ਨੇਤਾਲੀ ਨੇ ਕਹਣਾ ਇੱਥੋਂ ਲੈ ਲਾਂਗੇ 40 ਰੁਪਏ ਦਾ ਮੁੱਲ ਦੁੱਧ ਤੇ ਪੁੱਤ ਪਹਿਲਾਂ ਵਿਕਦੇ ਨਹੀਂ ਸੀ ਹੁਣ ਦੁੱਧ ਵੀ ਵਿਕਦਾ ਤੇ ਪੁੱਤ ਵੀ ਵਿਕਦਾ ਉਸੇ ਤਰ੍ਹਾਂ ਸਮਾਜ ਬਦਲੀ ਜਾਂਦਾ ਹੈ ਹਨਾ ਜਿਹੜਾ ਤੁਸੀਂ ਇਹ ਕਿਹਾ ਵੀ ਹੁਣ ਯੂਥ ਸੁਣ ਨਾ ਰਹੀ ਜਦੋਂ ਕਾਲਜ ਦੇ ਪ੍ਰੋਗਰਾਮ ਨੇ ਸ਼ੋ ਨੇ ਉੱਥੇ ਤਾਂ ਬਾਕੀ ਕਾਲਜ ਦੇ ਮੁੰਡੇ ਕੁੜੀਆਂ ਨਹੀਂ ਆਉਂਦੇ ਉੱਥੇ ਯੂਥ ਨਹੀਂ ਆਉਣਾ ਪਰ ਅੱਜ ਵੀ ਮੈਂ ਜਦੋਂ ਵਿਆਹ ਦੇ ਪ੍ਰੋਗਰਾਮ ਲਾਉਣੀ ਆ ਮੇਲੇ ਲਾਉਣੀ ਆ ਮੇਰੇ ਸਟੇਜ 'ਤੇ ਹਰ ਵਰਗ ਦੇ ਲੋਕ ਨੇ ਹਰ ਵਰਗ ਦੇ ਮੈਨੂੰ ਅੱਜ ਵੀ ਉਹਨਾਂ ਹੀ ਸਤਿਕਾਰ ਤੇ ਪਿਆਰ ਮਿਲਦਾ। ਕਈ ਵਾਰ ਹੁੰਦਾ ਸੰਪੂਰਨ ਨਹੀਂ ਹੁੰਦਾ ਬੰਦਾ। ਕਈ ਵਾਰ ਹੁੰਦਾ ਤੇ ਉਹ ਗਾਣਾ ਮੇਰੇ ਨਾਲ ਯਾਦ ਹੋਵੇ ਤੇ ਮੈਂ ਕਹਿੰਦੇ ਨੇ ਵੀ ਸੌਰੀ। ਵੀ ਅਗਲੀ ਵਾਰ ਜਦੋਂ ਆਈ ਨਾ ਜੇ ਉਹ ਗਾਣਾ ਮੇਰੇ ਗਾਉਣ ਵਾਲਾ ਹੋਇਆ ਤਾਂ ਮੈਂ ਜ਼ਰੂਰ ਸੁਣਾ ਕੇ ਜਾਊ। ਹਮਮ। ਤੁਹਾਡੇ ਫੈਨਸ ਨੇ ਤੁਹਾਡਾ ਇਸ ਹੱਦ ਤੱਕ ਸਾਥ ਵੀ ਦਿੱਤਾ। ਕਿ ਜਦੋਂ ਤੁਸੀਂ ਇੱਕ ਡਿਪਰੈਸ਼ਨ ਦੀ ਸਟੇਜ ਤੋਂ ਲੰਗੇ ਤੁਹਾਨੂੰ ਬਿਨਾਂ ਦੱਸਿਆ ਤੁਹਾਡੇ ਹਸਬੰਦ ਜਿਹੜਾ ਕਿ ਤੁਹਾਡਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡਾ ਸਾਰਾ ਕੰਮ ਦੇਖਦੇ ਆਏ ਤਾਂ ਤੁਹਾਡੇ ਇੱਕ ਬਹੁਤ ਪੁਰਾਣੇ ਚਿਰਾਂ ਤੋਂ ਫੈਨ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਕਿ ਇੱਕ ਸਟੇਜ ਆਪਾਂ ਜਸਵਿੰਦਰ ਹੋਰਾਂ ਦੇ ਲਈ ਆਰਗੇਨਾਈਜ਼ ਕਰਨੀ ਹੈ ਤੇ ਉਹਨਾਂ ਨੇ ਕੀਤੀ ਇਹ ਰਿਸ਼ਤਾ ਤੁਸੀਂ ਕਿਵੇਂ ਮੇਨਟੇਨ ਕਰਦੇ ਹੋ ਆਪਣੇ ਫੈਨਸ ਦੇ ਨਾਲ ਜਾਂ ਆਪਣੇ ਚਾਹਣ ਵਾਲਿਆਂ ਦੇ ਨਾਲ ਕਿਉਂਕਿ ਅ ਅ ਤੁਸੀਂ ਉਹ ਕਲਾਕਾਰੋਂ ਜਾਂ ਤੁਹਾਡੇ ਸਮਕਾਲੀ ਹੋਰ ਆਰਟਿਸਟ ਜ਼ਰੂਰ ਹੋਣਗੇ ਜਦੋਂ ਕਿਤੇ ਵਿਆਹ ਦਾ ਪ੍ਰੋਗਰਾਮ ਲਾ ਕੇ ਆਉਂਦੇ ਸੀਗੇ ਮੁੜ ਕੇ ਆਉਂਦੇ ਸੀ ਤਾਂ ਬਾਅਦ ਦੇ ਵਿੱਚ ਉਹ ਵਾਲਾ ਪਰਿਵਾਰ ਭਾਜੀ ਲੈ ਕੇ ਵੀ ਆਉਂਦਾ ਹੁੰਦਾ ਸੀ ਆਰਟਿਸਟ ਦੇ ਘਰੇ ਅੱਜ ਵੀ ਆਉਂਦੀ ਐ ਅੱਜ ਵੀ ਮੈਂ ਇੱਕ ਪਰਿਵਾਰ 'ਚ 10-10 15-15 ਪ੍ਰੋਗਰਾਮ ਲਾਏ ਨੇ ਹਣਾ ਜੀ ਕਈ ਵਾਰ ਤਾਂ ਆਇਆ ਹੁੰਦਾ ਵੀ ਆ ਜੀ ਜਦੋਂ ਤੁਸੀਂ ਸਾਡੇ 10 ਸਾਲ ਪਹਿਲਾਂ ਆਏ ਸੀ ਉਦੋਂ ਮੁੰਡਾ ਇਹ 15 ਸਾਲਾਂ ਦੇ ਸੀ ਹੁਣ ਵੇਖ ਲਓ ਇਹਦੇ ਮੋਟਾ ਆ ਗਏ ਅੱਛਾ ਉਹ ਪ੍ਰੋਗਰਾਮ ਮੈਂ ਅੱਜ ਵੀ ਲਾਉਣੀ ਆ ਬਾਕੀ ਗੱਲ ਕਰੀਏ ਡਿਪਰੈਸ਼ਨ ਦੀ ਉਦੋਂ ਇਹ ਇਹ ਰੋਗ ਦਾ ਮੈਂ ਨਾ ਹੀ ਨਹੀਂ ਸੁਣਿਆ ਸੀ ਹੂੰ ਬਾਅਦ ਚ ਡਾਕਟਰਾਂ ਨੇ ਦੱਸਿਆ ਵੀ ਇਹ ਡਿਪਰੈਸ਼ਨ ਹੁੰਦਾ ਜਦੋਂ ਮੁੰਡੇ ਦਾ ਐਕਸੀਡੈਂਟ ਹੋਇਆ ਮੇਰਾ ਜੀ ਕਰਨਾ ਮੈਂ ਰੋ ਹੀ ਜਾਣਾ ਹਮੇਸ਼ਾ ਮੈਂ 네ਗੇਟਿਵ ਸੋਚਣਾ ਕਿਸੇ ਫੈਮਿਲੀ ਮੈਂਬਰ ਦਾ ਫੋਨ ਵੀ ਆ ਜਾਣਾ ਮੈਨੂੰ ਅਲੱਗ ਦਾ ਬਸ ਮਰੇ ਦੀ ਖਬਰ ਆਊਗੀ ਆ ਤਨ ਮਹੀਨਾ ਦੀ ਵੀ ਮੈਂ ਬਹੁਤ ਮੈਂਟਲੀ ਡਿਸਟਰਬਡ ਜੀ ਬੇਹੱਦ ਰਹੀ ਉਸ ਦੌਰ ਜਿੱਨਾ ਡਿਪਰੈਸ਼ਨ ਮੈਨੂੰ ਆ ਤਨ ਮਹੀਨਾ ਚ ਰਿਹਾ ਉਦੋਂ ਮੈਨੂੰ ਇਸ ਰੋਗ ਦਾ ਪਤਾ ਨਹੀਂ ਸੀ ਮੈਂ ਡਰ ਗਈ ਸੀ ਹਨਾ ਜੀ ਹੁਣ ਇਸ ਰੋਗ ਦਾ ਮੈਨੂੰ ਪਤਾ ਲੱਗ ਗਿਆ ਵੀ ਤੇਰਾ ਦਿਲ ਛੋਟਾ ਹੈ ਤੂੰ ਨਾਜ਼ੁਕ ਦਿਲ ਦੀ ਹੈ ਜਦੋਂ ਪਹਾੜ ਕੋ ਦਮ ਡਿੱਗਦੇ ਨੇ ਤੇਰੇ ਦਿਲ ਤੇ ਅਸਰ ਹੁੰਦਾ ਫਿਰ ਮੈਂ ਵੈਗਰੂ ਵੈਗਰੂ ਕਰਦੀ ਆ ਵੈਗਰੂ ਦਾ ਨਾਮ ਲੈਨੇ ਸੱਚੇ ਪਾਸ਼ਾ ਜੇ ਤੂੰ ਦੁੱਖ ਸੁੱਖ ਦਾ ਦੌਰ ਬਣਾਇਆ ਨਾ ਤੇ ਇਹਨੂੰ ਸਹਿਣ ਦੀ ਸ਼ਕਤੀ ਵੀ ਦੇ ਬਲ ਬਖਸ਼ੀ ਇਹ ਤਾਂ ਜ਼ਰੂਰੀ ਨਹੀਂ ਵੀ ਮੈਨੂੰ ਸਾਰੇ ਸੁੱਖ ਮੈਨੂੰ ਹੀ ਮਿਲਣਾ ਮੈਂ ਜਿਹੜੇ ਬੇਦਮਾਤਾਂ ਨੇ ਦੁੱਖ ਲਿਖਿਆ ਜਾਂ ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਉਹਦੀ ਸਜ਼ਾ ਵੀ ਤਾਂ ਮੈਂ ਭੁਗਤਣੀ ਹੈ ਨਾ ਪਰ ਉਹ ਸਜ਼ਾ ਭੁਗਤਣ ਲਈ ਉਹ ਦੁੱਖ ਸਹਿਣ ਦੀ ਮੈਨੂੰ ਸ਼ਕਤੀ ਜ਼ਰੂਰ ਦੀ ਮੈਂ ਹਮੇਸ਼ਾ ਵਾਹਿਗੁਰੂ ਅਗੇ ਹੈ ਅਰਦਾਸ ਕਰਦੀ ਹਾਂ ਇੱਕ ਜਦੋਂ ਮੈਂ ਅਰਦਾਸ ਕਰਨੇ ਮੈਂ ਕਦੇ ਪਰਮਾਤਮਾ ਤੋਂ ਜਿੱਦ ਕਰਕੇ ਕੁਝ ਨਹੀਂ ਮੰਗਿਆ ਜੀ ਕਦੇ ਨਹੀਂ ਮੰਗਿਆ ਕਈ ਲੋਕ ਕਹਿੰਦੇ ਮੈਨੂੰ ਆਹ ਚਾਹੀਦਾ ਹੈ ਚਾਹੇ ਮੈਂ ਕਹਿੰਨੇ ਵਾਹਿਗੁਰੂ ਮੈਨੂੰ ਉਹ ਹੀ ਦੇਂ ਜੀਤੇ ਨਾ ਮੇਰੇ ਘਰ ਦੀ ਸ਼ਾਂਤੀ ਭੰਗ ਨਾ ਹੋਵੇ ਮੇਰੇ ਦਿਮਾਗ ਦੀ ਮੇਰੇ ਦਿਲ ਦੀ ਸ਼ਾਂਤੀ ਭੰਗ ਨਾ ਹੋਵੇ ਹੋ ਸਕਦਾ ਮੈਂ ਤੇਰੇ ਤੋਂ ਗਲਤ ਮੰਗੀ ਜਾਂਦੀ ਹੋਵਾਂ ਤੈਨੂੰ ਪਤਾ ਹੈ ਮੇਰੇ ਲਈ ਕੀ ਸਹੀ ਹੈ ਕੀ ਗਲਤ ਜਦੋਂ ਸਿੱਧੂ ਮੂਸੇਵਾਲੇ ਕਾਕੇ ਨੇ ਮੇਰਾ ਨਾਮ ਲਿਆ ਬੜੇ ਫੋਨ ਆਏ ਸੀ ਕਿੰਝ ਮੇਰਾ ਖਲ 50 50 ਫੋਨ ਸਾਡੇ ਨਾਲ ਗਾਣਾ ਕਰ ਦੋ ਸਾਡੇ ਨਾਲ ਗਾਣਾ ਕਰ ਦੋ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਮੈਨੂੰ ਇਸ ਕਾਬਲ ਸਮਝਿਆ ਮੈਨੂੰ ਰਿਸਪੈਕਟ ਦਿੱਤੇ ਸਾਰਿਆਂ ਦਾ ਥੈਂਕ ਯੂ ਪਰ ਮੇਰਾ ਉਹਨਾਂ ਨੂੰ ਕੋਈ ਜਵਾਬ ਸੀ ਵੀ ਮੈਂ ਹੁਣ ਪੈਸੇ ਲਈ ਨਹੀਂ ਗਾਉਣਾ। ਹੈਨਾ? ਵੀ ਮੈਂ ਜੇ ਮੈਂ ਪੈਸੇ ਲਈ ਡਿਊਟ ਗਾਉਣੇ ਹੋਣ ਤੇ ਹੁਣ ਮੈਂ ਬਿਲਕੁਲ ਹੈਨਾ? ਹਾਂ ਮੈਂ ਗਾ ਸਕਦੀ ਹਾਂ। ਉਹ ਡਿਊਟ ਨਹੀਂ ਹੁੰਦਾ ਜਿਹੜਾ ਲੋਕ ਤੱਤ ਟਾਈਪ ਹੋਵੇ। ਜੀ। ਤੇ ਮੈਂ ਸਭ ਨੂੰ ਰਿਸਪੈਕਟ ਨਾਲ ਹਾਂ ਵੀ ਕਿਹਾ ਤੇ ਨਾ ਵੀ ਕਿਹਾ। ਹਾਂ ਇਸ ਗੱਲ ਦੀ ਕਹੀ ਵੀ ਜੇ ਮੇਰੇ ਸਾਹ ਬਨਾਲ ਮੇਰੀ ਸ਼ਾਹੀ ਮਤਾਬਕਾ ਗਾਣਾ ਤਾਂ ਕੋਈ ਜਵਾਬ ਵੀ ਨਹੀਂ। ਹੈ ਨਾ ਅਗਰ ਮੇਰੀ ਸ਼ਬੀ ਤੋਂ ਆਪੋਜ਼ਿਟ ਹੈ ਜਿਹੜੇ ਬੱਚੇ ਨਵੇਂ ਯੰਗ ਗਾ ਰਹੇ ਉਹਨਾਂ ਨੂੰ ਮੌਕਾ ਦਿਓ ਸਾਰੇ ਵਧੀਆ ਗਾ ਰਹੇ ਸਾਰੇ ਇਹ ਤਾਂ ਇਨਸਾਨ ਦੀ ਫਿਤਰਤ ਹੈ ਵੀ ਕਿੰਤੂ ਪਰੰਤੂ ਕਰਨਾ ਹੀ ਕਰਨਾ ਮੇਕੋ ਜਿਹੜੇ ਇੱਕ ਤੁਹਾਡੇ ਉਹ ਵੀ ਫੈਨ ਸੀਗੇ ਕਮਲ ਹੇਅਰ ਜਿਨ੍ਹਾਂ ਨੂੰ ਤੁਸੀਂ ਰਫੇ ਨਹੀਂ ਸੀਗਾ ਹੁਣ ਹੋਰ ਹੋਰ ਤੇ ਹੈਗਾ ਹੁਣ ਮੇਰੇ ਉਹ ਬਰਾਦਰ ਨੇ ਮੈਂ ਪਹਿਲਾਂ ਵੀ ਦੱਸਿਆ ਸੀ ਉਹਨਾਂ ਨੇ ਹਰਪਾ ਜਨਮਾਨ ਸਾਹਿਬ ਨੂੰ ਕਿਉਂਕਿ ਵਕੀਲ ਸੀ ਸੀ ਅੱਛੇ ਘਰ ਦੇ ਬੱਚੇ ਆ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੋਈ ਆ ਉਹਨਾਂ ਤੇ ਪਹਿਲਾਂ ਤੋਂ ਹੀ ਜੱਦੀ ਪਰਿਵਾਰ ਵੀ ਬੜਾ ਸਿਆਣਾ ਜੀ ਤੇ ਉਹਨਾਂ ਨੇ ਹਰਪਾ ਜਨਮਾਨ ਬੁੱਕ ਕੀਤਾ ਹੋਇਆ ਸੀ ਸੌਰੀ ਮਨਮੋਣ ਵਾਰਸ ਤੇ ਹੁਣ ਉਹ ਯੰਗ ਸੀਗਾ 22 ਸਾਲਾਂ ਦਾ ਸੀ ਉਹਨੂੰ ਐਂ ਲੱਗਦਾ ਸੀ ਮਨਮੋਣ ਵਾਰਸ ਹੀ ਹੋਣਾ ਚਾਹੀਦਾ ਹਾਲਾਂਕਿ ਮੈਂ ਬਹੁਤ ਛੋਟੀ ਸੀ ਮਨਮੋਨ ਵਾਰਸਾ ਤੋਂ ਜੀ ਬਹੁਤ ਛੋਟੀ ਸੀ ਅੱਜ ਤੋਂ ਤੁਸੀਂ ਲਾ ਲਓ ਇਹ 22 23 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰਾ ਨਾਮ ਬਣਿਆ ਨਹੀਂ ਸੀ 24 ਸਾਲ ਪਹਿਲਾਂ ਦੀ ਗੱਲ ਹੈ ਮੇਰਾ ਗਾਣਾ ਵੀ ਨਹੀਂ ਮੇਰਾ ਆਇਆ ਸੀ ਹਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਵੀ ਮੈਂ ਇਸ ਕਰਕੇ ਸੋਚ ਕੇ ਮਨਾਂ ਕਰਤਾ ਵੀ ਮੇਰੇ ਦੋਸਤ ਮੈਨੂੰ ਕਹਿੰਦੇ ਉਹ ਕੱਲ ਦੀ ਕੁੜੀ ਜਸਵਿੰਦਰ ਬਰਾੜੋ ਨੂੰ ਕੌਣ ਜਾਣਦਾ ਬਾਕੀ ਉਹ ਆਪ ਦੀ ਥਾਂ ਤੇ ਸਹੀ ਸੀ ਕਿਉਂਕਿ ਨਾ ਮੇਰਾ ਕੋਈ ਗਾਣਾ ਆਇਆ ਸੀ ਪਰ ਉਹਨਾਂ ਦੇ ਫੈਮਿਲੀ ਨੇ ਬਜ਼ੁਰਗਾਂ ਨੇ ਮੇਰਾ ਮੇਲਾ ਸੁਣਿਆ ਹੋਇਆ ਸੀ ਹਾਂਜੀ ਫਿਰ ਐਂਡ ਕੀ ਉਹ ਮੈਨੂੰ ਜਵਾਬ ਦੇਣ ਆਏ ਜਦੋਂ ਵਿਚਾਰਿਆਂ ਨੇ ਮੇਰੀ ਸ਼ਕਲ ਜੀ ਦੇਖੀ ਕਿ ਬਾਣਾ ਜਾ ਲਾ ਕੇ ਤੁਰ ਗਏ ਵੀ ਕਪੜਾ ਲੀੜਾ ਖਰੀਦਣ ਆਏ ਸੀ ਫਿਰ ਮਨਮੋਹਨワਰ ਸਾਹਿਬ ਲੱਗੇ ਇਥੇ ਗਿੱਦੜ ਵੇ ਬੇਰਕ ਪੈਲਸ ਤੇ ਮੇਰਾ ਪ੍ਰੋਗਰਾਮ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਭਾਈ ਤੂੰ ਆਪਦੇ ਦੋਸਤਾਂ ਨੂੰ ਖੁਸ਼ ਅਸੀਂ ਘਰੇ ਖੁਸ਼ ਮੇਰਾ ਪ੍ਰੋਗਰਾਮ ਘਰੇ ਲੱਗਿਆ ਮੇਰੇ ਖਿਆਲ ਉਹਨੇ ਜਿੰਨੇ ਮੈਨੂੰ ਪੇਮੈਂਟ ਮਿਲੀ ਸੀ ਉਹ ਤੋਂ 5 ਗੁਣਾ ਜ਼ਿਆਦਾ ਤਾਂ ਮੈਨੂੰ ਇਨਾਮ ਹੀ ਹੋ ਗਿਆ ਅੱਛਾ ਫਿਰ ਕਮਲਬੀ ਜੀ ਆਏ ਮੈਰਾ ਨਿਕਾ ਵੀਰ ਹੈ ਉਹ ਆਏ ਤੇ ਮਠਿਆਈ ਦੇ ਕੇ ਗਏ ਹੋਰ ਮੇਰੇ ਖੜੀ ਬੰਤੀ ਉਹਨਾਂ ਦੀ ਵੈਸੇ ਲਾਲੂ ਵੀ ਮਾ ਜਾਇਆ ਹੀ ਭਰਾ ਇਹ ਮੇਰਾ ਤੇ ਉਹਨਾਂ ਨੇ ਇਹ ਵੀ ਕਹਿਣਾ ਕਿ ਜਸਵਿੰਦਰ ਬਰਾੜ ਨੇ ਹੁਣ ਤੱਕ ਜ਼ੁਰਤ ਨਾਲ ਸਟੇਜਾਂ ਲਾਈਆਂ ਨਹੀਂਆਂ ਤੁਸੀਂ ਇਹਦੇ ਤੋਂ ਕੀ ਸਮਝਦੇ ਹੋ ਨਹੀਂ ਯੋਰਤ ਨੂੰ ਇਹ ਨਹੀਂ ਵੀ ਮੇਰੇ ਚ ਕੋਈ ਕਮਾਂਡ ਹੈ ਜਾਂ ਮੇਰੇ ਐਟੀਟਿਊਡ ਹੈ ਦੇਖੋ ਹੁਣ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਇਹ ਤੁਹਾਡੀ ਜੌਬ ਹੈ ਜੇ ਤੁਹਾਡੀ ਸੀ ਜੌਬ ਨੂੰ ਕੋਈ ਕਿੰਤੂ ਪਰੰਤੂ ਉਹ ਤੁਹਾਡੀ ਆਪਣੇ ਆਪ ਯੋਰਤਾ ਜਾਣੀ ਤੁਹਾਨੂੰ ਆਪਣੀ ਜੌਬ ਤੇ ਭਰੋਸਾ ਹੈ ਤੁਹਾਨੂੰ ਪਤਾ ਵੀ ਮੈਂ ਵਫਾਦਾਰੀ ਨਾਲ ਸਾਫ਼ ਮਾਨ ਨਾਲ ਜੌਬ ਕਰ ਰਹੀ ਹਾਂ ਗਾਇਕੀ ਨੂੰ ਕੁਝ ਲੋਕ ਮਾੜਾ ਕਹਿੰਦੇ ਉਹ ਕਹੀ ਜਾਣ ਪਰ ਮੈਨੂੰ ਪਤਾ ਹੈ ਮੈਂ ਸਟੇਜ ਤੇ ਸਾਫ਼ ਮਾਨ ਨਾਲ ਜਾਂਦੀ ਹਾਂ ਵਧੀਆ ਗਾ ਕੇ ਉਹਨੇ ਹੈਨਾ ਆਪਦਾ ਪਰਿਵਾਰ ਪਾਲਿਆ ਆਪਦੇ ਭੈਣ ਭਰਾ ਪਾਲਿਆ ਆਪਦੇ ਮਾਪੇ ਦੀ ਸੇਵਾ ਕੀਤੀ ਹੈ ਇਹਨਾਂ ਹੱਥਾਂ 'ਚ ਜਿਹੜਾ ਮਹਾਰਾਜ ਦਾਨ ਕਰਾਉਂਦਾ ਜੇ ਮੈਂ ਕਮਾਵਾਂਗੀ ਨਾ ਤੇ ਦਾਨ ਕਿੱਥੋਂ ਕਰਾਂਗੀ ਅੱਜ ਤੱਕ ਨਾ ਪੇਕਿਆਂ ਤੇ ਬੋਝ ਬਣੇ ਨਾ ਸਹੁਰਿਆਂ ਤੇ ਬੋਝ ਬਣੇ ਆਪਦੀ ਲਾਈਫ ਨੂੰ ਆਪ ਦੀ ਹੱਕ ਸੱਚ ਦੀ ਕਮਾਈ ਨਾਲ ਲੋਕਾਂ ਨੇ ਇਧੇ ਕਿੰது ਪਰੰਤੂ ਕਰਨਾ ਹੀ ਹੈ ਉਹ ਉਹ ਦੱਦੂ ਮੰਗੂ ਬੋਲੇ ਹੋ ਜੋ ਬਿਲਕੁਲ ਜੀ ਅੱਗੇ ਵਧਣਾ ਤੇ ਹੁਣ ਮੈਂ ਬੋਲੀ ਹੋ ਚੁੱਕੀ ਹੈ ਜੀ ਹੈਨਾ ਕਈ ਵਾਰ ਫੀਲ ਵੀ ਹੁੰਦਾ ਐਸਾ ਉਹਦੇ ਬਾਅਦ ਕੀ ਹੁੰਦਾ ਮੈਨੂੰ ਇੱਕ ਦੋ ਵਾਰ ਮੈਂ ਕਮੈਂਟ ਪੜ੍ਹਦੀ ਆ ਲਿਖਣ ਵਾਲਿਆਂ ਦਰ ਲਿਖਦਾ ਨਾ ਤੂੰ ਤੁਸੀਂ ਨੱਕ ਜਗਾਉਨੇ ਹੋ ਜੀ ਤੁਸੀਂ ਬੜਾ ਬੇਸੁਰਾ ਗਾਉਨੇ ਹੋ ਮੈਂ ਕਿਹਾ ਵੀ ਮੈਂ ਤਾਂ ਸ਼ੁਰੂ ਤੋਂ ਮੰਨਦੀ ਵੀ ਮੈਤਾਨ ਸਿੰਘ ਦੇ ਆਦ ਹੈ ਨਹੀਂ ਮੈਂ ਤਾਂ ਆਪ ਦੀ ਜ਼ਰੂਰਤ ਲਈ ਜੋ ਮਾੜਾ ਮੋਟਾ ਵਾਇਗਰੂ ਨੇ ਮੈਨੂੰ ਦਿੱਤਾ ਸੀ ਮੈਂ ਉਹ ਗਾਇਕ ਅ 2010 ਦੇ ਵਿੱਚ ਜਿੱਤੇ ਤੁਹਾਨੂੰ ਸ਼੍ਰੋਮਣੀ ਲੋਕ ਗਾਇਕ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਤੁਹਾਨੂੰ ਸੰਗੀਤ ਸਮਰਾਟ ਦਾ ਅਵਾਰਡ ਮਿਲਦਾ ਇਹਨਾਂ ਸਨਮਾਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਮੈਂ ਪਿੱਛੇ ਜੀ ਇੱਕ ਵੈਬ ਸੀਰੀਜ਼ ਦੇਖੀ ਜਿਹਦੇ ਵਿੱਚ ਨਸਰੁਦੀਨ ਸ਼ਾਹ ਹੋਰੀ ਕਿਸੇ ਘਰਾਣੇ ਦੇ ਸੰਗੀਤ ਸਮਰਾਟ ਹੁੰਦੇ ਨੇ ਮਤਲਬ ਉਹ ਬਹੁਤ ਉੱਚੀ ਤੇ ਸੁੱਚੀ ਪਦਵੀ ਹੁੰਦੀ ਹੈ ਤੇ ਇਹ ਵਾਲਾ ਸਨਮਾਨ ਤੁਹਾਡੀ ਝੋਲੀ ਪਿਆ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਸਟੇਜ ਤੋਂ ਤਾਂ ਇਹਨਾਂ ਸਨਮਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਇਸ ਗਾਇਕੀ ਦੇ ਦੌਰ ਦੇ ਵਿੱਚ ਇਹ ਤਾਂ ਵਾਹਿਗੁਰੂ ਦਾ ਮੈਂ ਕੋਈ ਹੋਰ ਸਮਝਦੀ ਆ ਜੀ ਕਿਉਂਕਿ ਮੈਨੂੰ ਇੰਨੇ ਗਾਇਕੀ ਤਾਂ ਆਉਂਦੀ ਨਹੀਂ ਸੀਗੀ ਜਿਹੜਾ ਅਵਾਰਡ ਮੈਨੂੰ ਸਨਮਾਨ ਮੇਰੇ ਸਰੋਤਿਆਂ ਨੇ ਜਾਂ ਦਿੱਤਾ ਤੇ ਦਰਸ਼ਕਾਂ ਨੇ ਦਿੱਤਾ ਸਰੋਤਿਆਂ ਨੇ ਦਿੱਤਾ ਇਸ ਦਾ ਮੈਂ ਕਾਬਿਲ ਹੀ ਹੈ ਨਹੀਂ ਸੀ ਹੈਨਾ ਜੀ ਜਦੋਂ ਇਹ ਅਵਾਰਡ ਮਿਲਦੇ ਮੈਂ ਉਦੋਂ ਵਾਹਿਗੁਰੂ ਦਾ ਸ਼ੁਕਰ ਆਦਾ ਕਰਦੀ ਹਾਂ ਵੀ ਸੱਚੇ ਪਾਤਸ਼ਾਹ ਵੀ ਲੱਲੂ ਕਰੇ ਕਵਾਲੀਆਂ ਰੱਬ ਸਿੱਧੀਆਂ ਸਿੱਧੀਆਂ ਪਾ ਗਏ ਸੱਚੇ ਪਾਸ਼ਾ ਤੂੰ ਹੀ ਸਿੱਧੀਆਂ ਪਾਈਆਂ ਤੇ ਸਿੱਧੀਆਂ ਹੀ ਪਾਈ ਰੱਖੀ ਪਰ ਹੁਣ ਮੇਰਾ ਮਨ ਥੋੜਾ ਜਿਹਾ ਚੇਂਜ ਹੋ ਗਿਆ ਹੁਣ ਮੈਂ ਆਪਣੇ ਆਪ ਨੂੰ ਚੇਂਜ ਮਹਿਸੂਸ ਕਰਦੀ ਹਾਂ ਪਤਾ ਨਹੀਂ ਕਿਉਂ ਜਾਂ ਆਲਾ ਦਵਾਲਾ ਲਾਲੋ ਜਾਂ ਮਹਾਂ ਲਾਲੋ ਮੈਂ ਇੱਕ ਗਾਣਾ ਹਮੇਸ਼ਾ ਗੁੰਗਣਾਉਂਦੀ ਰਹਿੰਦੀ ਪਤਾ ਕਿਹੜਾ ਦਿਲ ਪਹਿਲਾ ਜਾਣ ਰਿਹਾ ਇੱਕ ਠੋਰ ਹੋ ਗਿਆ دل پہلا جانے رہ ایک ٹھور ہو گیا ویکھے دنیا دے رنگ ویکھے دنیا دے رنگ ویکھے دنیا دے رنگ تے ہور ہو گیا دل پہلا جانے رہ ایک ٹھور ہو گیا میرا آخری سوال ہے ਤੁਸੀਂ ਵੀ ਇੱਕ ਡਿਪਰੈਸ਼ਨ ਦੀ ਸਟੇਜ ਚ ਲੰਘਿਓ ਉਹਦਾ ਕਾਰਨ ਕੋਈ ਹੋਰ ਸੀ ਵਜ੍ਹਾ ਕੋਈ ਹੋਰ ਸੀਗੀ ਕਿਉਂਕਿ ਤੁਹਾਡੀ ਟੀਮ ਜਿਹੜੇ ਤੁਹਾਨੂੰ ਜਸਵਿੰਦਰ ਬ੍ਰਾਡ ਬਣਾਇਆ ਔਕੇ ਸੌਕੇ ਸਮੇਂ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ ਉਹ ਸਟੇਜ ਦੇ ਉੱਪਰ ਉਸੇ ਤਰ੍ਹਾਂ ਹੀ ਟਣੇ ਰਹੇ ਤਾਂ ਜਦੋਂ ਟੀਮ ਟੁੱਟਦੀ ਆ ਬिखरਦੀ ਆ ਤਾਂ ਦੁੱਖ ਤਾਂ ਜ਼ਰੂਰ ਹੁੰਦਾ ਆ ਤੇ ਉਹਦਾ ਸਭ ਤੋਂ ਵੱਡਾ ਪਰਿਵਾਰਾਂ ਤੋਂ ਬਾਅਦ ਸਭ ਤੋਂ ਵੱਡਾ ਦੁੱਖ ਤੁਹਾਨੂੰ ਹੋਇਆ ਹੁਣ ਤਾਂ ਤੁਹਾਡਾ ਉਹ ਸਟੇਜ ਦੇ ਵਿੱਚ ਜਾਣਾ ਲਾਜ਼ਮੀ ਸੀਗਾ ਕਿ ਹੋਣਾ ਹੀ ਸੀਗਾ ਹਨਾ ਐਡਾ ਪਰ ਆਰਟਿਸਟਾਂ ਦੇ ਲਈ ਮੈਂ ਇਥੇ ਜ਼ਰੂਰ ਗੱਲ ਕਰਨਾ ਚਾਹੂੰਗੀ ਕਿ ਜਿਵੇਂ ਕਹਿੰਦੇ ਹੁੰਦੇ ਨੇ ਕਿ ਸਿੱਧੂ ਮਸੇਵਾਲਾ ਵੀ ਆਪਣੇ ਗੀਤਾਂ ਦੇ ਵਿੱਚ ਕਹਿੰਦੇ ਨੇ ਕਿ ਹਰ ਵਕਤ ਜਗਾ ਕਿਸੇ ਦੀ ਟੌਪ ਉੱਤੇ ਨਹੀਂ ਰਹਿੰਦੀ ਕਦੇ ਨਾ ਕਦੇ ਤੁਹਾਨੂੰ ਥੱਲੇ ਜ਼ਰੂਰ ਆਉਣਾ ਪੈਂਦਾ ਹੈ ਹਣਾ ਜਿਹੜਾ ਬੰਦਾ ਪਹਿਲਾਂ ਹੀ ਸੋਚ ਲੈਣਾ ਜੀ ਮੇਰਾ ਗੁੱਡੀ ਜਿਹੜੀ ਮੈਂ ਚੜਾਈ ਜਾਣਾ ਇਹਨੂੰ ਸ਼ਾਮ ਨੂੰ ਮੈਨੂੰ ਉਤਾਰਨਾ ਪੈਣਾ ਹੈ ਜੀ ਬਿਲਕੁਲ ਹੈਨਾ ਉਹ ਥੋੜਾ ਜਿਹਾ ਹਾਰਟ ਕਟ ਹੁੰਦਾ ਹਾਂ ਤੇ ਆਰਟਿਸਟਾਂ ਦੇ ਵਿੱਚ ਡਿਪਰੈਸ਼ਨ ਦੀ ਇੱਕ ਹੋਰ ਵਜ੍ਹਾ ਇਹ ਹੁੰਦੀ ਹੈ ਕਿ ਜਦੋਂ ਇੱਕ ਤਾਂ ਚਲੋ ਟਾਈਮ ਤੁਹਾਡਾ ਚੰਗਾ ਚੱਲ ਰਿਹਾ ਹੁੰਦਾ ਕਿਉਂਕਿ ਆਰਟਿਸਟ ਉਨੀ ਦੇਰ ਤੱਕ ਇਹ ਜਿੰਨੀ ਦੇਰ ਤੱਕ ਤੁਹਾਡੇ ਕੋਲ ਸਟੇਜ ਆ ਜਦੋਂ ਉਹਦਾ ਕੰਮ ਥੋੜਾ ਜਿਹਾ ਘਟਣ ਲੱਗ ਜਾਂਦਾ ਜਾਂ ਫਿਰ ਕੋਈ ਮਾਰਕੀਟ ਦੇ ਵਿੱਚ ਕੋਈ ਨਵਾਂ ਸਿੰਗਰ ਆ ਗਿਆ ਕੋਈ ਨਵਾਂ ਆਰਟਿਸਟ ਆ ਗਿਆ ਤਾਂ ਉਹਦੇ ਤੇ ਲੋਕਾਂ ਦਾ ਧਿਆਨ ਜ਼ਿਆਦਾ ਹੋਣ ਲੱਗਿਆ ਤੇ ਉਹਨੂੰ ਲੱਗਦਾ ਕਿ ਮੇਰਾ ਸ਼ਾਇਦ ਉਹ ਹੁਣ ਪਹਿਲਾਂ ਵਾਲਾ ਮਹੌਨ ਨਹੀਂ ਰਿਹਾ ਹੈਗਾ ਤਾਂ ਇਸ ਚੱਕਰ ਦੇ ਵਿੱਚ ਬਹੁਤ ਸਾਰੇ ਆਰਟਿਸਟਾਂ ਨੇ ਸੁਸਾਇਡ ਵੀ ਕੀਤੇ ਨੇਗੇ ਬਹੁਤ ਛੋਟੀ ਛੋਟੀ ਉਮਰ ਦੇ ਵਿੱਚ ਵੀ ਕੀਤੇ ਨੇਗੇ ਤਾਂ ਆਰਟਿਸਟਾਂ ਦੇ ਵਿੱਚ ਇੱਕ ਜਿਹੜਾ ਹੁੰਦਾ ਕਿ ਹਮੇਸ਼ਾ ਪੀਕ ਤੇ ਰਹਿਣ ਦੀ ਚਾਹਨਾ ਤੇ ਜਦੋਂ ਥੱਲੇ ਆਉਂਦੇ ਨੇ ਜਾਂ ਥੋੜਾ ਜਿਹਾ ਉਸ ਤੋਂ ਘਟ ਜਾਂਦਾ ਵਾ ਹਨਾ ਤਾਂ ਉਹ ਇੱਕ ਡਿਪਰੈਸ਼ਨ ਦੀ ਸਟੇਜ ਦੇ ਵਿੱਚ ਚਲੇ ਜਾਂਦੇ ਨੇਗੇ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਖੁਦ ਇੱਕ ਆਰਟਿਸਟ ਹੋ ਹਾਂ ਮੈਨੂੰ ਕਿਸੇ ਬਾਰੇ ਤਾਂ ਨਹੀਂ ਪਤਾ ਪਰ ਮੈਨੂੰ ਸ਼ੁਰੂ ਤੋਂ ਪਤਾ ਸੀ ਵੀ ਇਹ ਗੁੱਡੀ ਸਦਾ ਨਹੀਂ ਰਹਿਣੀ ਇਸੇ ਕਰਕੇ ਮੈਂ ਆਪਣੀਆਂ ਜ਼ਰੂਰਤਾਂ ਨੂੰ ਆਉਦੇ ਰਹਿਣ ਸੈਨ ਨੂੰ ਸੀਮਤ ਰੱਖਿਆ ਵੀ ਜਦੋਂ ਗੁੱਡੀ ਥੱਲੇ ਵੀ ਆ ਗਈ ਨਾ ਨਾ ਤਾਂ ਮੈਨੂੰ ਫੀਲ ਹੋਵੇ ਨਾ ਲੋਕਾਂ ਨੂੰ ਫੀਲ ਹੋਵੇ ਹੈਨਾ ਜਦੋਂ ਲੋਕਾਂ ਨੂੰ ਫੀਲ ਹੁੰਦਾ ਫਿਰ ਉਹ ਕਹਿਣ ਲੱਗ ਜਾਂਦੇ ਨੇ ਵੀ ਯਾਰ ਤੇਰੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਪਹਿਲਾਂ ਵਾਲੀ ਗੱਲ ਤਾਂ ਕਦੀ ਕਿਸੇ ਦੀ ਨਹੀਂ ਰਹਿੰਦੀ ਜਿਹੜਾ ਕਹਿੰਦਾ ਹੁੰਦਾ ਪਹਿਲਾਂ ਵਾਲੀ ਗੱਲ ਉਹਦੀ ਵੀ ਨਹੀਂ ਹੁੰਦੀ ਮੰਨ ਲਓ 20 ਸਾਲ ਪਹਿਲਾਂ ਆਪਾਂ ਨੂੰ ਕਿਸੇ ਕਲਾਕਾਰ ਨੂੰ 20 ਸਾਲ ਪਹਿਲਾਂ ਕਿਸੇ ਸੁਣਨ ਵਾਲੇ ਨੇ ਸੁਣਿਆ 20 ਸਾਲਾਂ ਬਾਅਦ ਉਹ ਫਰੰਟ ਵਾਲਾ ਕਹਿੰਦਾ ਯਾਰ ਪਹਿਲਾਂ ਵਾਲੀ ਗੱਲ ਨਹੀਂ ਰਹੀ ਤੇ ਕਲਾਕਾਰ ਨੂੰ ਜਵਾਬ ਦੇਣਾ ਚਾਹੀਦਾ ਵੀ ਤੂੰ ਮੂਹਰੇ ਖੜਾ ਨਾ ਜਿਹੜਾ ਪਹਿਲਾਂ ਵਾਲੀ ਗੱਲ ਤੇਰੀ ਵੀ ਨਹੀਂ ਭਰਾਵਾ ਉਦੋਂ ਤੇਰੀ ਦਾੜ੍ਹੀ ਕਾਲੀ ਸੀ ਹੁਣ ਤੇਰੇ ਚਿੱਟੇ ਆ ਗਏ ਬਿਲਕੁਲ ਹਨਾ ਜੀ ਇੱਕ ਫਲਵਾੜੀ ਐ ਪੁਰਾਣੇ ਫੁੱਲਾਂ ਨੇ ਮਰ ਜਾਣਾ ਨਵੇਂ ਆਨੇ ਆ ਇਸੇ ਕਰਕੇ ਨਵੇਂ ਦਾ ਸਵਾਗਤ ਕਰੋ ਪੁਰਾਣੇ ਥਾ ਮਨੇ ਉਹ ਜਾ ਹੀ ਨਹੀਂ ਸਕਦੇ ਸਹੀ ਮਾਇਨੇ 'ਚ ਤਾਂ ਉਹ ਮਰ ਜਾ ਹੀ ਨਹੀਂ ਸਕਦੇ ਹੁਣ ਸਰਦੂਲ ਸਾਹਿਬ ਨੂੰ ਸੁਣ ਲਓ ਹੰਸ ਜੀ ਨੂੰ ਸੁਣ ਲਓ ਬਾਬਾ ਮਾਨਕ ਸਾਹਿਬ ਨੂੰ ਸਰਿੰਦਰ ਕੌਰ ਜੀ ਨੂੰ ਜ਼ਗਮੋਣ ਕੌਰ ਨੂੰ ਉਸ ਰਹਿੰਦੀ ਦੁਨੀਆ ਤੱਕ ਦੇ ਗਾਇਕ ਨੇ ਆਉਣਾ ਜਾਣਾ ਤਾਂ ਸਾਡੇ ਵਰਗੇ ਸਿੱਧੇ ਸਾਡੇ ਕਲਾਕਾਰਾਂ ਦਾ ਵੀ ਆਏ ਤੇ ਗਏ ਆਏ ਤੇ ਗਏ ਉਹ ਗਾਇਕੀ ਦੇ ਥਾਮ ਨੇ ਉਹ ਸਦਾ ਹੀ ਲਤਾ ਜੀ ਲਾ ਲਓ ਕੁਸ਼ੋਰ ਦਾ ਲਾ ਲਓ ਰਫੀ ਸਾਹਿਬ ਲਾ ਲਓ ਹਨਾ ਬਾਲੀਵੁੱਡ ਇੰਡਸਟਰੀ ਚੋਂ ਲਾ ਲਓ ਜਿਹੜੇ ਇਹ ਸਿੰਗਰ ਨੇ ਇਹ ਇਹ ਐਸੇ ਸੂਰਜ ਨੇ ਜਿਨ੍ਹਾਂ ਨੇ ਸਦਾ ਹੀ ਮਗਦੇ ਰਹਿਣਾ ਇਹਨਾਂ ਦੀ ਸ਼ਾਮ ਕਦੇ ਆਉਣੀ ਨਹੀਂ ਇਹਨਾਂ ਨੂੰ ਦੇਖ ਦੇਖ ਕੇ ਦੂਜਿਆਂ ਨੇ ਸਵੇਰਾ ਕਰਨਾ ਜਿਹੜੇ ਅੱਜ ਅਸੀਂ ਤਰਜ਼ਾਂ ਗਾਉਣੇ ਹਨ ਨਾ ਕੱਟਬੱਢ ਕੇ ਅਸੀਂ ਉਹਨਾਂ ਸੂਰਜਾਂ ਤੋਂ ਲੈ ਕੇ ਗਾਉਣੇ ਹਨ ਹਾਂ ਹੈ ਨਾ ਜੀ ਤੇ ਐਸੀ ਕਰਕੇ ਕਦੇ ਵੀ ਡਿਪਰੈਸ਼ਨ ਸੇ ਨਹੀਂ ਆਉਣਾ ਚਾਹੀਦਾ ਆਪਦੇ ਲੋੜਾਂ ਨੂੰ ਸੀਮਤ ਰੱਖੋ ਜਿਹੜੀ ਮੇਰੀ ਸੋਚ ਆ ਜੀ ਆਪਦੇ ਕੱਪੜਿਆਂ ਦੇ ਭਾਅ ਨੂੰ ਇੰਨਾ ਨਾ ਵਧਾਓ ਵੀ ਕਾਨੂੰ ਆਪਣਾ ਸਸਤਾ ਪਾਣਾ ਪਿਆ ਗਿਆ ਤੇ ਆਪਾਂ ਸੋਚੀ ਬਿਲਕੁਲ ਹੈ ਨਾ ਜੀ ਘਰੇ ਇਹ ਨਹੀਂ ਹੋਣਾ ਚਾਹੀਦਾ ਵੀ ਆਪਣੀ ਚੜ੍ਹਾਈ ਹੈ ਤਾਂ ਆਪਾਂ 15 ਨੌਕਰ ਰੱਖ ਲਓ ਹੈ ਨਾ ਆਪਣੀ ਚੜ੍ਹਾਈ ਹੈ ਤਾਂ ਆਪਾਂ ਜੀ ਫਰਾਰੀ ਗੱਡੀ ਲੈ ਕੇ ਤੁਰਪੋ ਹਾਂ ਤੁਸੀਂ ਜਦ ਹੀ ਅਮੀਰ ਹੋ ਜਦ ਦੀ ਤੁਹਾਡੇ ਕੋਲ ਪੈਸਾ ਹੈ ਫਿਰ ਸਾਰੀਆਂ ਸਹੂਬੇਦਾਰ ਰੱਖੋ ਜੇ ਮੇਰੇ ਵਾਂਗੂ ਲੋ ਲੈਵਲ ਤੋਂ ਤਾਂ ਆਇਓ ਤਾਂ ਇਹ ਵੀ ਸੋਚੋ ਵੀ ਗੁੱਡੀ ਨੇ ਥੱਲੇ ਵੀ ਆਉਣਾ ਭਰਾਵਾ ਵੀ ਕੰਮ ਸੇ ਕੰਮ ਜੇ ਫੋਰਚੂਨਰ ਨਾ ਖਰੀਦੀ ਕੀ ਤਾਂ ਨੋਵਾ ਤਾਂ ਕੋਲੇ ਰਹਿ ਜੇ ਬਿਲਕੁਲ ਮੈਂ ਇਸ ਸੋਚਣਾ ਜਿਉਣੀ ਸ਼ਾਇਦ ਇਸੇ ਕਰਕੇ ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹਾਂ ਕਲਾਕਾਰ ਨੂੰ ਸਰੋਤਾ ਦਾ ਪਿਆਰ ਲੈਣ ਦੀ ਆਦਤ ਜ਼ਰੂਰ ਪੈ ਜਾਂਦੀ ਹੈ ਉਹ ਬਾਹਰ ਜਾਂਦਾ ਉਹਨਾਂ ਨਾਲ ਡਿਸਕਸ ਕਰਦਾ ਰੋਜ਼ ਨਾ ਹੁੰਦਾ ਤਾਂ ਆਉਂਦਾ ਹਣਾ ਆਪਦੇ ਆਪ ਨੂੰ ਸਵਾਰ ਕੇ ਰੱਖਣਾ ਇਹਨਾਂ ਚੀਜ਼ਾਂ 'ਚ ਫਰਕ ਜ਼ਰੂਰ ਪੈਂਦਾ ਜਦੋਂ ਆਪਾਂ ਖੇਲੂ ਹੋ ਜਾਂਦੇ ਆਪਾਂ ਨੂੰ ਹਾਂ ਦੇ ਚਲੋ ਠੀਕ ਆ ਘਰੇ ਆ ਜਿੰਨਾਂ ਚੀਜ਼ਾਂ ਦਾ ਫਰਕ ਪੈਂਦਾ ਉਹਨਾਂ ਦਾ ਪੈਂਦਾ ਪਰ ਹਮੇਸ਼ਾ ਉਹ ਚੀਜ਼ ਸੋਚ ਕੇ ਡਿਪਰੈਸ਼ਨ ਚ ਜਾਓ ਉਹ ਵੀ ਜੇ ਅੱਜ ਸਾਡੇ ਕੋਲ ਪੈਸੇ ਹੋਣੇ ਘੱਟ ਹੋ ਗਏ ਜਾਂ ਸਾਨੂੰ ਉਹ ਭਾਅ ਨਹੀਂ ਮਿਲ ਰਿਹਾ ਹੁਣ ਮੇਰੇ ਤੋਂ ਬਾਅਦ ਕਿੰਨੇ ਆ ਕੁੜੀਆਂ ਨੇ ਜਿਹੜੀਆਂ ਮਾਰਕੀਟ 'ਚ ਇਸ ਟਾਈਮ ਨੇ ਮੈਂ ਮੈਂ ਜਸਵਿੰਦਰ ਆ ਜਸਵਿੰਦਰ ਕੋਈ ਨਹੀਂ ਬਣ ਸਕਦਾ ਹਨਾ ਜੀ ਜੋ ਨਿਮਰਤ ਖੈਰਾ ਨਿਮਰਤ ਖੈਰਾ ਕੋਈ ਨਹੀਂ ਬਣ ਸਕਦਾ ਜੋ ਸੁਨੰਦਾ ਸੁਨੰਦਾ ਕੋਈ ਨਹੀਂ ਬਣ ਸਕਦਾ ਜੋ ਕੌਰਬੀਓ ਕੌਰਬੀ ਨਹੀਂ ਜਿੰਨੀਆਂ ਵੀ ਨਵੀਆਂ ਕੁੜੀਆਂ ਨੇ ਜੋ ਇਸ ਟਾਈਮ ਵਧੀਆ ਅ ਅਫਸਾਨਾ ਲਾਲੋ ਗੁਰਲੇਜ਼ ਅਖਤਰ ਲਾਲੋ ਬੜੀਆਂ ਕੁੜੀਆਂ ਨੇ ਉਹ ਕੋਈ ਨਹੀਂ ਬਣ ਸਕਦਾ ਸਭ ਦਾ ਆਪਣਾ ਆਪਣਾ ਰੋਤਬਾ ਕਿਸੇ ਨੂੰ ਲੈ ਕੇ ਨਾ ਡਿਪਰੈਸ਼ਨ ਚਾਹੋ ਨਾ ਕਿਸੇ ਬਾਰੇ ਸੋਚੋ ਗੋਟ ਵਿਸ਼ਸ ਦਿਓ ਸਭ ਨੂੰ ਕਿਉਂਕਿ ਆਸੇ ਪਾਸੇ ਮੋਮਬੱਤੀਆਂ ਜਗਦੀਆਂ ਹਨਾ ਨਾ ਤੇ ਚਾਨਣ ਆਪਣਾ ਦੀਵਾ ਨਹੀਂ ਵੀ ਜਗਦਾ ਤਾਂ ਵੀ ਆਪਣੇ ਘਰੇ ਆਈ ਜਾਣਾ ਤੁਸੀਂ ਕਹਿੰਦੇ ਹੋ ਕਿ ਮੇਰੇ ਪਰਿਵਾਰ ਚ ਦਾ ਪਿਛਲੀਆਂ 14 ਪੀੜੀਆਂ ਤੋਂ ਕਿਸੇ ਦਾ ਸੰਗੀਤ ਦੇ ਨਾਲ ਕੋਈ ਤਾਲੁਕ ਨਹੀਂ ਸੀਗਾ ਪਰ ਤੁਸੀਂ ਆਪਣੇ ਤੋਂ ਅੱਗੇ ਆਪਣੇ ਪਰਿਵਾਰ ਚ ਕੁਛ ਦੇਖਦੇ ਹੋ ਕਿ ਸੰਗੀਤ ਨੂੰ ਲੈ ਕੇ ਅੱਗੇ ਕੋਈ ਮੇਰਾ ਖਿਆਲ ਤਾਂ ਨਹੀਂ ਮੇਰੀ ਬੇਟੀ ਤਾਂ ਕਰਾਊਡ ਸੇ ਜਾਂਦੀ ਨਹੀਂ ਅੱਛਾ ਉਹਨੂੰ ਮੈਂ ਕਿਸੇ ਵਿਆਹ ਸ਼ਾਦੀ ਤੇ ਲੈ ਜਾਂਦੇ ਘੰਟੇ ਕਵਾ ਦੋ ਨਾ ਆਉਂਦਾ ਵੀ ਮਮਾ ਚੱਲ ਗਏ ਹੂੰ ਉਹ ਬਹੁਤ ਚੁੱਪ ਰਹਿੰਦੀ ਆ ਇਕੱਲੇ ਕਮਰੇ ਚ ਬੈਠੀ ਰਹਿੰਦੀ ਆ ਮੈਂ ਕਹਿੰਦੀ ਉਹਨੇ ਉਹ ਤੋ ਵੀ ਹੱਸਣਾ ਖੇਡਣਾ ਚਾਹੀਦਾ ਹਨਾ ਲੋੜ ਮੁਤਾਬਕ ਸਾਡੇ ਨਾਲ ਹੀ ਹੱਸਦੀ ਹੈ ਅੱਛਾ ਹਾਲ ਤੱਕ ਮੇਰੇ ਨਾਲ ਹੀ ਸੌਂਦੀ ਹੈ 17 ਸਾਲਾਂ ਦੀ ਹੋ ਗਈ ਅੱਛਾ ਹੁਣੇ ਜਦੋਂ ਸੌਣਾ ਉਹਨੇ ਹੱਥ ਮੇਰਾ ਫੜ ਕੇ ਸੌਣਾ ਤੇ ਉਦੋਂ ਮੈਂ ਬਹੁਤ ਖੁਸ਼ ਹੋਣੀ ਹੁੰਦੀ ਉਦੋਂ ਮੈਂ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੀ ਨੇ ਸੱਚੇ ਪਾਸ਼ਾ ਇਹ ਸੁਜਗ ਦੀ ਆਦਤ ਹੈ ਅੱਜ ਵੀ ਮੇਰਾ ਹੱਥ ਫੜ ਕੇ ਸੌਂਦੀ ਹੈ ਜਦੋਂ ਉਹਨੇ ਕਿਸੇ ਫਰੈਂਡ ਦੇ ਘਰੇ ਜਾਣਾ ਪਾਪਾ ਮੈਨੂੰ ਛੱਡਿਓ ਇਹ ਨਹੀਂ ਵੀ ਮੇਰੀ ਬੇਟੀ ਹੈ ਮੈਂ ਤਾਂ ਤਾਰੀਫ ਕਰਦੀ ਆ ਪਤਾ ਨਹੀਂ ਸਮਾਂ ਕੱਲ ਨੂੰ ਕੀ ਆਜੇ ਪਰ ਅੱਜ ਦੇ ਸਮੇਂ 'ਚ ਵੈਗਰੂ ਨੇ ਉਹਨੂੰ ਸਮੱਤ ਬਖਸ਼ੀ ਤੇ ਮੈਂ ਕਹਿੰਦੀ ਹਰ ਧੀ ਨੂੰ ਹਰ ਬਾਪ ਦੇ ਧੀ ਨੂੰ ਹਰ ਮਾਂ ਦੇ ਧੀ ਨੂੰ ਹਰ ਭਰਾ ਦੀ ਭੈਣ ਨੂੰ ਵੈਗਰੂ ਇਹ ਸਮੱਤ ਬਖਸ਼ੀ ਕਈ ਵਾਰ ਬੱਚਿਆਂ ਨੂੰ ਮੈਂ ਡਰਿੰਕ ਕਰਕੇ ਵੀਡੀਓ ਮੈਂ ਵਾਇਰਲ ਹੋਏ ਦੇਖਦੀ ਆ ਤੇ ਮੈਂ ਕਹਿੰਦੀ ਉਹਨੇ ਮੰਝ ਸੋਚਦੀ ਹੁੰਦੀ ਆ ਬੇਟਾ ਜਦੋਂ ਤੁਸੀਂ ਆਪ ਮਾਂ-ਬਾਪ ਬਣੋਗੇ ਨਾ ਬਿਲਕੁਲ ਉਦੋਂ ਸਾਡੇ ਵਰਗੇ ਮਾਂ-ਬਾਪ ਦੇ ਦੁੱਖ ਨੂੰ ਸਮਝੋਗੇ ਪੁੱਤ ਜੀ ਆ ਚੀਜ਼ਾਂ ਨਾ ਕਰੋ ਬੇਟਾ ਜੀ ਗਾਂ ਜਾ ਕੇ ਇਹਨਾਂ ਦੇ ਹਰਜਾਨੇ ਤੁਹਾਨੂੰ ਬਹੁਤ ਮਾੜੀ ਦੇਣੇ ਪੈਣਗੇ ਬਸ ਹਾਲਾ ਕਿ ਮਾਣਾਂ ਨੂੰ ਜਾਣਦੀ ਨਹੀਂ ਹੁੰਦੀ ਪਰ ਮੈਂ ਹਮੇਸ਼ਾ ਕਹਿੰਦੀ ਬੇਟਾ ਜੀ ਇਹ ਚੀਜ਼ਾਂ ਮਾੜੀਆਂ ਨੇ ਪੁੱਤ ਜੀ ਇਹੋ ਚੀਜ਼ਾਂ ਕਰੋ ਜਿਹੜੀਆਂ ਤੁਹਾਨੂੰ ਵੀ ਸ਼ਾਂਤੀ ਦੇਣ ਤੁਹਾਡੇ ਪੇਰੈਂਟਸ ਨੂੰ ਤੇ ਜਦੋਂ ਇਹ ਦੋਨੇ ਤਰ੍ਹਾਂ ਖੁਸ਼ ਹੁੰਦੇ ਹੈ ਸਮਾਜ ਖੁਸ਼ ਹੁੰਦਾ ਫਿਰ ਰੱਬ ਵੀ ਖੁਸ਼ ਹੁੰਦਾ ਤੇ ਜਾਂਦੇ ਹੋਏ ਤੁਸੀਂ ਆਪਣਾ ਕੋਈ ਇੱਕ ਹੋਰ ਮਨਪਸੰਦ ਗੀਤ ਸਾਨੂੰ ਜ਼ਰੂਰ ਸੁਣਾ ਦਿਓ ਤੁਸੀਂ ਹਮੇਸ਼ਾ ਹਰ ਗੀਤ ਦੇ ਅੱਗੇ ਸ਼ੇਅਰ ਵੀ ਬੋਲਦੇ ਹੋ ਅਗਰ ਕੋਈ ਸ਼ੇਅਰ ਤੁਸੀਂ ਸੁਣਾਉਣਾ ਚਾਹੋ ਤਾਂ ਮੈਂ ਇੱਕ ਸ਼ੇਰ ਮੈਨੂੰ ਜਿਹੜਾ ਬਹੁਤ ਵਧੀਆ ਲੱਗਦਾ ਹੈ। ਕਹਿੰਦੇ ਬੁੱਲੇ ਸ਼ਾ ਇੱਕ ਦੁੱਧ ਵਾਲੀ ਦੀ ਦੁਕਾਨ ਤੇ ਰੋਜ਼ ਖੜ ਜਾਂਦੇ ਸੀ ਜਾ ਕੇ। ਦੁੱਧ ਵਾਲੀ ਸਾਰਿਆਂ ਤੋਂ ਪੈਸੇ ਗਿਣ ਕੇ ਲੈਂਦੀ ਸੀ, ਦੁੱਧ ਪਾ ਦਿੰਦੀ ਸੀ ਥੋਲ-ਮੋਲ ਕੇ। ਇੱਕ ਸ਼ਖਸੀਅਤ ਆਉਂਦੀ ਸੀ, ਉਹ ਤੋਂ ਪੈਸੇ ਲਏ ਬਿਨਾ ਗਿਣੇ ਜੇਬ ਚ ਪਾਈ ਤੇ ਦੁੱਧ ਵੀ ਪੋਰਾ ਵਾਦੀ ਪਾ। ਬੁੱਲੇ ਸ਼ਾਹ 6 ਮਹੀਨੇ ਦੇਖਦੇ ਰਹੇ ਜਾਂ ਸਾਲ ਦੇਖਦੇ ਰਹੇ ਵੈਕਰੂ ਜਾਣੇ ਬੁੱਲੇ ਸ਼ਾਹ ਨੇ ਉਹ ਕੁੜੀ ਨੂੰ ਪੁੱਛਿਆ ਦੁੱਧ ਵਾਲੀ ਸੀ ਜਾਂ ਮੁੰਡਾ ਸੀ ਕੋਈ ਵੀ ਲਾ ਲੂ ਐਨੀਥਿੰਗ ਮੇਲ ਫੀਮੇਲ ਕਹਿੰਦੇ ਵੀ ਹਰਕ ਤੋ ਤੂੰ ਪੈਸੇ ਗਣ ਕੇ ਲੈਨੇ ਹੋ ਬਾਈ ਤੇ ਜਦੋਂ ਉਹ ਫਲਾਣਾ ਪਰਸਨ ਆਉਂਦਾ ਉਹ ਤੋਂ ਬਿਨਾ ਗਿਣੇ ਪੈਸੇ ਜੇਬ ਚ ਪਾ ਲੈਨੇ ਹੋ ਤੇ ਦੁੱਧ ਪਾਉਣ ਲੱਗੇ ਵੀ ਨਹੀਂ ਦੇਖਦੇ ਵੀ ਵੱਧ ਪੈ ਗਿਆ ਕਿ ਘੱਟ ਪੈ ਗਿਆ ਤੇ ਮੂਰੋ ਬੁੱਲੇ ਸ਼ਾਹ ਨੂੰ ਸ਼ਖਸ਼ੀਅਤ ਨੇ ਜਵਾਬ ਦਿੱਤਾ ਕਹਿੰਦੇ ਜੇ ਤੇ ਇਸ਼ਕ ਤੇ ਪਿਆਰ ਹੋਵੇ ਉਥੇ ਤੋਲ ਮੋਲ ਕੇ ਨਹੀਂ ਦੇਖਿਆ ਜਾਂਦਾ ਤੇ ਉਹੀ ਮੈਂ ਕਹਿੰਦੇ ਹੁੰਨੇ ਆ ਜਿਹੜਾ ਪਿਆਰ ਹੈ ਤੇ ਰੱਬ ਦਾ ਨਾਮ ਹੈ ਇਹ ਗਿਣ ਕੇ ਨਹੀਂ ਲਿਆ ਜਾਂਦਾ ਇਥੇ ਜਿੰਨਾ ਲਾਈ ਪਿਆਰ ਕਰੀ ਜਾਵਾਂਗੇ ਉਹਨੀ ਗਹਿਰਾਈ ਵਾਧੀ ਜਾਊ ਜਿੰਨਾ ਸਿਮਰਨ ਕਰੀ ਜਾਵਾਂਗੇ ਉਹਨੀ ਗਹਿਰਾਈ ਵਾਧੀ ਰੂ ਜਿੰਨਾ ਸੰਗੀਤ ਦੇ ਵਿੱਚ ਡੁੱਬਦੇ ਜਾਵਾਂਗੇ ਉਹਨੀ ਵਿੱਚ ਅਸਕੀ ਕਹਿ ਦਿੰਦੇ ਨੇ ਜੀ 40 ਦੀ ਉਮਰ ਹੋ ਗਈ 45 ਦੀ ਉਮਰ ਹੋ ਗਈ ਲਤਾ ਜੀ ਦੀ ਅੱਜ ਵੀ 15 ਸਾਲ ਦੀ ਕੁੜੀ ਵਰਗੀ ਆਵਾਜ਼ ਹੈ। ਬਿਲਕੁਲ। ਕਦੇ ਰਿਆਜ਼ ਕਰਕੇ ਘਸ ਘਸ ਕੇ ਕੋਈ ਚੀਜ਼ ਕਸੀ ਨਹੀਂ। ਕਿਤੇ ਤਾਂ ਪਹਿਲੇ ਦਿਨ ਸਟੇਜ ਤੇ ਖੜਨਾ। ਕਿੱਥੇ 15 ਸਾਲ ਦੇ 10 ਸਾਲ ਦੇ ਐਕਸਪੀਰੀਅੰਸ ਨਾਲ ਸਟੇਜ ਤੇ ਖੜਨਾ ਹੋਰ ਨਿੱਖਰ ਕੇ। ਕਿੱਥੇ ਪਹਿਲੇ ਦਿਨ ਕਿਸੇ ਨੇ ਦੁਕਾਨ ਦਾ ਸ਼ਟਰ ਅਪ ਕਰਨਾ। ਤੇ ਕਿਸੇ ਕਿੱਥੇ ਜਿਹਦੀ ਦੁਕਾਨ 10 ਸਾਲ ਪਹਿਲਾਂ ਜਾਂ 50 ਸਾਲ ਜਾਂ 40 ਸਾਲ ਪਹਿਲਾਂ ਖੁੱਲੀ ਹੋਈ ਹੈ। ਉਹਦੇ 'ਚ ਹਨਾ ਹੌਲੀ ਹੌਲੀ ਸਮੇਂ ਨਾਲ ਮੈਂ ਕਹਿੰਨੇ ਵੀ ਰਿਆਜ਼ ਨਾਲ ਕਿਸੇ ਵੀ ਚੀਜ਼ ਦਾ ਰਿਆਜ਼ਾਂ ਸੰਗੀਤ ਚ ਨਹੀਂ ਰਿਆਜ਼ ਨਾਲ ਕੰਮ ਨਾਲ ਹੁਣ ਤੁਸੀਂ ਪਹਿਲੇ ਇੰਟਰਵਿਊ ਚ ਤੇ ਅੱਜ ਵਾਲੀ ਇੰਟਰਵਿਊ ਚ ਕੀ ਫਰਕ ਮਹਿਸੂਸ ਕਰਦੇ ਹੋ ਅੱਜ ਤੁਸੀਂ ਬੇਫਿਕਰ ਬੇਖੌਫ ਬੈਠੇ ਹੈ ਨਾ ਜੀ ਬੰਦਾ ਬੇਖੌਫ ਹੋ ਜਾਂਦਾ ਸੋਚਦਾ ਵੀ ਜੇ ਗਲਤੀ ਹੋਈ ਤਾਂ ਮੈਂ ਕੱਲ ਨੂੰ ਸੁਧਾਰ ਲਵਾਂ ਜੀ ਬੰਦੇ ਚ ਇਹ ਚੀਜ਼ਾਂ ਆ ਜਾਂਦੀ ਹੈ ਤੇ ਮੈਂ ਇੱਕ ਸ਼ੇਰ ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ कि अंधेरों में गरीबों की बस्तियां हुआ करती हैं अंधेरों में गरीबों की बस्तियां हुआ करती हैं किनारों पे कश्तियां हुआ करती हैं अंधेरों में गरीबों की बस्तियां हुआ करती हैं किनारों पे कश्तियां हुआ करती हैं आप तो वो शख्स हो जो एक पल ही जले हो आप तो वो शख़्स हो जो एक पल ही जले हो जो उम्र भर जलती हैं वो बेहस्तियाँ हुआ करती हैं वो बेहस्तियाँ हुआ करती हैं बाकी मैं अपने परिवार द ਆਪਣੇ ਬੱਚਿਆਂ ਦਾ ਮਾਹ ਬਾਬ ਦਾ ਇਨ ਲਾਰਸ ਦਾ ਪਤੀ ਦਾ ਸਹਣ ਵਾਲਿਆਂ ਦਾ ਬੰਤੀ ਵੀਰ ਜੀ ਪ੍ਰੀਤ ਭਾਬੀ ਸਿੱਧੂ ਮੂਸੇਵਾਲਾ ਪਰਮੇਸ਼ਰ ਮੈਂ ਜਦੋਂ ਮੇਰਾ ਬੇਟਾ ਬਿਮਾਰ ਸੀ ਜੀ ਮੇਰੇ ਖੈਲ ਦਿਨ ਚ 10 10 ਵਾਰੀ ਫੋਨ ਕਰਕੇ ਸਾਰਿਆਂ ਨੇ ਮੇਰਾ ਹੌਸਲਾ ਵਧਾਉਣਾ ਨਹੀਂ ਨਹੀਂ ਭੂਆ ਜੀ ਆਏ ਨਹੀਂ ਕਰਨਾ ਭੂਆ ਜੀ ਆਏ ਨਹੀਂ ਕਰਨਾ ਠੀਕ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਬੁਰੇ ਸਮੇਂ ਚ ਮੇਰੇ ਨਾਲ ਥਾਮ ਬਣ ਕੇ ਖੜੇ ਕੁਝ ਕਲਾਕਾਰਾਂ ਦਾ ਮੈਂ ਨਾਮ ਲੈਣਾ ਭੁੱਲ ਗਈ ਸਾਡੇ ਦੀਨਾ ਭਾਜੀ ਪੱਤਰਕਾਰ ਨੇ ਜੀ ਤੋਂ ਦਾ ਦੀਨਾ ਹਾਂਜੀ ਸਾਰਿਆਂ ਨੇ ਇੰਨਾ ਕਿ ਮੈਨੂੰ ਹੌਸਲਾ ਦਿੱਤਾ ਵੀ ਮੈਂ ਇੱਕ ਇੱਕ ਦਾ ਥੈਂਕ ਯੂ ਕਰਦੀ ਹਾਂ ਤੇ ਸ਼ੁਭ ਨੇ ਤਾਂ ਕਦੇ ਮਤਲਬ ਹਮੇਸ਼ਾ ਸਿੱਧੂ ਨੇ ਤੇ ਕੋਈ ਗੱਲ ਡੋਂਟ ਵਰੀ ਭੂ ਅੱਜ ਸਭ ਅੱਛਾ ਹੋਊਗਾ ਪ੍ਰੇਤ ਨੇ ਡੋਂਟ ਵਰੀ ਭੂ ਅੱਜ ਸਭ ਅੱਛਾ ਹੋਊ ਬੰਟੀ ਨੇ ਓਕੇ ਭੂ ਅੱਜ ਸਭ ਅੱਛਾ ਹੋਊਗਾ ਪਰਮੇਸ਼ਵਰਮਾ ਨੇ ਜਦੋਂ ਮੈਨੂੰ ਇੱਕ ਗੱਲ ਕਹੀ ਫੋਨ ਆਇਆ ਕੁਆਜੀ ਫਾਰਟਿਸਟ ਦਾ ਗੇਟ ਖੁੱਲ ਹੈ ਭਾਵੇਂ ਅੱਧੀ ਰਾਤ ਵੀਰੇ ਨੂੰ ਲੈ ਕੇ ਆ ਜਿਓ ਤੁਹਾਡਾ ਪੁੱਤ ਤੁਹਾਨੂੰ ਗੇਟ 'ਤੇ ਖੜਾ ਮਿਲੂਗਾ ਤੇ ਸਾਰਾ ਅਰੇਂਜਮੈਂਟ ਤੇ ਉਦੋਂ ਸੱਚੀ ਮੇਰੇ ਅੱਖਾਂ 'ਚ ਪਾਣੀ ਆ ਗਿਆ ਜੀ ਹੁਣ ਸਿੱਧੂ ਮੂਸਾ ਵਾਲੇ ਦੀ ਮੰਮੀ ਮੇਰੇ ਭਾਬੀ ਜੀ ਨੇ ਬੇਜ ਜੀ ਦਿਨ ਚ ਤਣ ਤਣ ਵਾਲੀ ਫੋਨ ਕਹਿੰਦੇ ਸਮਾਂ ਤਾਂ ਆਪਾਂ ਹੀ ਕੱਟਣਾ ਹੁੰਦਾ ਪਰ ਜੇ ਤੋ ਹੌਸਲਾ ਦੇਣ ਵਾਲੇ ਨਾਲ ਖੜੇ ਹੁੰਦੇ ਹਨ ਜੀ ਉਦੋਂ ਸਮਾਂ ਫਿਰ ਕੱਟ ਜੋ ਤਾਂ ਕੱਟਦੇ ਆ ਪਤਾ ਨਹੀਂ ਲੱਗਦਾ ਸੌਖਾ ਨਿਕਲ ਜਾਂਦਾ ਹੂੰ ਤੇ ਕੁਝ ਲੋਕਾਂ ਤੇ ਮੈਨੂੰ ਇੰਨੀ ਉਮੀਦ ਸੀ ਹੂੰ ਵੀ ਨਹੀਂ ਉਹ ਆਉਣਗੇ ਮੈਨੂੰ ਗੱਲ ਲਾ ਕੇ ਮੇਰੇ ਨਾਲ ਰੋਣਗੇ ਹੰਸ ਰਾਜ ਜੀ ਮੇਰਾ ਖਿਆਲ ਹੈ ਤੀਜੇ ਦਿਨ ਉਹਨਾਂ ਨੇ ਫੋਨ ਕਰਨਾ ਹੁੰਦਾ ਸੀ ਜੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਿਸੇ ਹਸਪੀਟਲ ਦੀ ਕਿਸੇ ਚੀਜ਼ ਦੀ ਮੈਨੂੰ ਦੱਸਿਓ ਸਰਦੂਰ ਸਕੰਦਰ ਨੋਰੀ ਭਾਜੀ ਬਿੱਟੂ ਖਾਣੇ ਵਾਲਾ ਐਸੇ ਕਲਾਕਾਰ ਸੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਤੇ ਮੈਂ ਉਹਨਾਂ ਇਨਸਾਨਾਂ ਨੂੰ ਕਿਵੇਂ ਭੁੱਲ ਜਾ ਤੇ ਮੈਂ ਕਹਿੰਨੀ ਵਾਹਿਗੁਰੂ ਸਾਰਿਆਂ ਨੂੰ ਐਨੇ ਕ ਤੰਦਰੁਸਤੀਆਂ ਤੇ ਬਲੰਦੀਆਂ ਬਖਸ਼ੇ ਵੀ ਮੇਰੀ ਵੀ ਉਮਰ ਉਹਨਾਂ ਨੂੰ ਲਾਵੇ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਸਾਨੂੰ ਇੰਨੀ ਸਵਾਦ ਤੁਸੀਂ ਰੋਟੀ ਖਵਾਈ ਪਰ ਮੈਂ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਇੱਕ ਬੇਨਤੀ ਜ਼ਰੂਰ ਹਮੇਸ਼ਾ ਹੀ ਕਰਦੇ ਫਿਰਨੇ ਆ ਵੀ ਹਮੇਸ਼ਾ ਗਾਉਣ ਵਾਲੇ ਗਾਉਣ ਵਾਲੇ ਨਾ ਕਰਿਆ ਕਰੋ ਅਸੀਂ ਵੀ ਇਨਸਾਨ ਹੁੰਨੇ ਆ ਸਾਡੇ ਤੋਂ ਵੀ ਭੁੱਲਾ ਹੁੰਦੀ ਆ ਹੈਨਾ ਸਾਡੀਆ ਭੁੱਲਾਂ ਨੂੰ ਛੇਤੀ ਮਾਫ ਕਰ ਦਿਆ ਕਰੋ ਸਾਨੂੰ ਕੋਈ ਸੰਪੂਰਨ ਨਹੀਂ ਬਣਾਇਆ ਹੁੰਦਾ ਪਰਮਾਤਮਾ ਨੇ ਹਨਾ ਸਾਡੇ 99 ਔਗਣ ਹੁੰਦੇ ਨੇ ਹਨਾ ਸਾਡੀ ਗੱਲ ਨੂੰ ਇੰਨਾ ਚੱਕਿਆ ਨਾ ਕਰੋ ਪਲੀਜ਼ ਅਸੀਂ ਬਹੁਤ ਹਰਟ ਹੁੰਨੇ ਆ ਤੇ ਕਹਿੰਦੇ ਕਈ ਵਾਰ ਸਬਰ ਦੀ ਹਾ ਬਹੁਤ ਭੜੀ ਲੱਗਦੀ ਹੈ ਅਸੀਂ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਹੁੰਦੇ ਜਿਹੜੇ ਮਤਲਬ ਮਾੜੇ ਕਮੈਂਟ ਕਰਦੇ ਆ ਜਿਹੜੇ ਅੱਛੇ ਨੇ 99% ਉਹਨਾਂ ਨੂੰ ਤਾਂ ਸਾਡੀਆਂ ਦੁਆਵਾਂ ਲੱਗਦੀਆਂ ਹੀ ਨੇ ਤੇ ਉਹ ਕਿਸੇ ਕਲਾਕਾਰ ਪ੍ਰਤੀ ਕੱਲੀ ਮੇਰੀ ਨਹੀਂ ਕਿਸੇ ਨੂੰ ਵੀ ਲਿਖਣ ਤੋਂ ਪਹਿਲਾਂ ਕਹਿੰਦੇ ਕਦਮ ਕਲਮ ਤੇ ਕਸਮ ਇਹ ਗੀਤ ਮੇਰਾ ਰਿਕਾਰਡ ਹੋਇਆ ਪਿਆ ਜੀ ਤਿੰਨੇ ਹਮੇਸ਼ਾ ਸੋਚ ਕੇ ਚੁੱਕਣੇ ਚਾਹੀਦੇ ਹਮੇਸ਼ਾ ਸੋਚ ਕੇ ਲੇਖਣ ਲੱਗੇ ਤੁਸੀਂ ਇੱਕ ਸੈਕਿੰਡ ਨਹੀਂ ਲਾਉਦੇ ਪਰ ਉਹਦਾ ਬੋਝ ਪਤਾ ਨਹੀਂ ਮਹੀਨਾ ਦੋ ਮਹੀਨੇ ਸਹੀ ਮੇਂ ਸਾਰੀ ਜ਼ਿੰਦਗੀ ਕਈ ਵਾਰ ਕਿਸੇ ਲਫਾਜ਼ ਦਾ ਬੋਝ ਬੰਦਾ ਸਾਰੀ ਉਮਰ ਹੰਡਾਉਂਦਾ ਇਸ ਕਰਕੇ ਮੇਰੀ ਬੇਨਤੀ ਹੈ ਇਸ ਇੰਟਰਵਿਊ ਚ ਵੀ ਕੋਈ ਭੁੱਲ ਚੁੱਕੋ ਹੋਵੇ ਤਾਂ ਮਾਫੀ ਪਲੀਜ਼ ਥੈਂਕ ਯੂ ਬਹੁਤ ਬੇਫਿਕਰੀ ਤੁਹਾਡਾ ਵੀ ਥੈਂਕ ਯੂ ਬੜੇ ਸੋ ਕਮ ਜੇ ਮੂਨ ਆ ਨਾ ਪੋਪੜ ਜੇ ਮੂਨ ਆ ਇੰਟਰਵਿਊ ਲਈ ਥੈਂਕ ਯੂ ਥੈਂਕ ਯੂ ਅੱਜ ਮੇਰੇ ਅੰਦਰ ਉਹ ਗੱਲਾਂ ਨਿਕਲੀਆਂ ਪਤਾ ਨਹੀਂ ਕਿਉਂ ਕੋਈ ਗਲਤ ਤਾਂ ਨਹੀਂ ਨਿਕਲੀਆਂ ਨਹੀਂ ਬਹੁਤ ਸੋਹਣੀ ਮੈਂ ਕਹਿਣ ਲੱਗੀ ਸੀ ਕਿ ਇਹ ਵੀ ਇੱਕ ਖਾਸ ਮੌਕਾ ਹੁੰਦਾ ਵਾ ਵੀ ਜਦੋਂ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਇੰਨੇ ਸਾਰੇ ਤਜਰਬੇ ਤੁਹਾਡੇ ਸਾਹਮਣੇ ਰੱਖ ਦਿੰਦੇ ਆ ਤਾਂ ਬਹੁਤ ਮਿਹਰਬਾਨੀ ਕਿ ਤੁਸੀਂ ਸਮਝਿਆ ਕਿ ਸਾਡੇ ਨਾਲ ਜਬੀ ਸੋਸ਼ਲ ਦੇ ਰਾਹੀਂ ਉਹ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਦੇਖੋ ਗੱਲ ਸਾਡਾ ਮਾਲੇ ਆਉਂਦਾ ਜੀ ਹੂੰ ਜਦੋਂ ਕਿਤੇ ਉਹ ਦੁਪਹਿਰੇ 10 11 ਵਜੇ ਆਉਂਦਾ ਸੀ ਉਦੋਂ ਪਹਿਲਾਂ ਮੈਂ ਪ੍ਰੋਗਰਾਮ ਤੇ ਨਿਕਲ ਜਾਂਦੀ ਸੀ ਅੱਛਾ ਜੀ ਅੱਜ ਉਹ ਜਦੋਂ ਫੁੱਲ ਬੂਟੇ ਦੇਖਣ ਆਇਆ ਤੇ ਮੇਰੇ ਮੇਕਅਪ ਦੇਖੇ ਉਹ ਸਾਡੇ ਦੂਜੀ ਕੰਮ ਵਾਲੀ ਕੁੜੀ ਨੂੰ ਪੁੱਛਦਾ ਦੇਖੋ ਇੰਨਾ ਭੋਲਾ ਪੰਛੀ ਤੇ ਗਾ ਉਹ ਮੈਨੂੰ ਵੀ ਇਸ ਰੂਪ ਚ ਦੇਖਦਾ ਸੀ ਵੀ ਪਜਾਮਾ ਟੰਗਿਆ ਹੋਇਆ ਜੀ ਮੈਂ ਕਦੇ ਪੋਚਾ ਕਰ ਰਹੀ ਹਾਂ ਜਾਂ ਕਦੇ ਡਸਟਿੰਗ ਕਰ ਰਹੀ ਹਾਂ ਉਹ ਕਹਿੰਦਾ ਮੈਡਮ ਕਲਾਕਾਰ ਨੇ ਅੱਛਾ ਦੇਖੋ ਸਿੱਧੂ ਸਾਹਿਬ ਆਪਣਾ ਮਾਲੀ ਗੁੱਡੀ ਨੂੰ ਪੁੱਛਦਾ ਕਹਿੰਦਾ ਆਪਣੇ ਮੈਡਮ ਕਲਾਕਾਰ ਨੇ ਉਹ ਕਹਿੰਦੀ ਤੈਨੂੰ ਪਤਾ ਹੀ ਨਹੀਂ ਕਹਿੰਦਾ ਨਾ ਮੈਨੇ ਤਾਂ ਮੈਡਮ ਕੋਈ ਇਸ ਰੂਪ ਮੈਂ ਕਦੇ ਦੇਖਾ ਹੀ ਨਹੀਂ ਹਮ ਇਸ ਕਰਕੇ ਵਧੀਆ ਲੱਗਦਾ ਆ ਗੱਲ ਵੀ ਮੈਨੂੰ ਅੱਜ ਵਧੀਆ ਲੱਗੀ ਜੀ ਵੀ ਜ਼ਰੂਰੀ ਨਹੀਂ ਵੀ ਆਪਾਂ ਆਰਟਿਸਟਾਂ ਦੇ ਆਪਾਂ ਕਰਿਆ ਹਾਰ ਸ਼ਿੰਗਾਰ ਲਾ ਕੇ ਰੋ ਆਪਦੇ ਵੱਖੋ ਵੱਖੀ ਥਾਂ ਤੇ ਆਪਦੇ ਰੂਪਾਂ ਨੂੰ ਨਪੋ ਨਬਾਓ ਇੱਕ ਸਾਡੀ ਬੇਟੀ ਸੰਦੀਪ ਹੈ ਜੀ ਚੰਡੀਗੜ੍ਹ ਉਹ ਮੈਨੂੰ ਮਾਸੀ ਕਹਿੰਦੀ ਹੈ ਸੰਦੀਪ ਮੇਰੇ ਬੇਰਕ ਹਾਂ ਸੰਦੀਪ ਉਹ ਉਹ ਬਹੁਤ ਰਿਸਪੈਕਟ ਕਰਦੀ ਹੈ ਬਹੁਤ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਪਰ ਇੱਕ ਗੱਲ ਮੈਂ ਸੋਚਦੇ ਆਂ ਵੀ ਜਿਹੜੇ ਨਵੇਂ ਰਾਈਟਰ ਨੇ ਇਹ ਗੱਲ ਮੈਨੂੰ ਕਹਿ ਦੇਣੀ ਚਾਹੀਦੀ ਹੈ ਉਹ ਥੋੜੇ ਜੇ ਪੁਰਾਣੇ ਕਲਾਕਾਰਾਂ ਨੂੰ ਗੀਤ ਦੇਣ ਲੱਗਾ ਸੋਚਦੇ ਆ ਵੀ ਨਹੀਂ ਯਾਰ ਗੀਤ ਖਰਾਬ ਕਰਨਾ ਹੀ ਆ ਇਹ ਗੱਲ ਕੱਢ ਦੋ ਜੇ ਗਾਣੇ ਨੇ ਹਿੱਟ ਹੋਣਾ ਹੈ ਤੇ ਉਹ ਭਾਵੇਂ ਬਿਨਾ ਸਾਜਾਂ ਤੋਂ ਹੀ ਗਾ ਦਿਓ ਉਹ ਗਾਣੇ ਨੇ ਹਿੱਟ ਹੋ ਹੀ ਜਾਣਾ ਇਹ ਨਵੇਂ ਪੁਰਾਣੇ ਦਾ ਮੁੱਦਾ ਛੱਡ ਦੋ ਬਿਲਕੁਲ ਹੈਨਾ ਕੁਝ ਕਲਾਕਾਰ ਦੇ ਭਾਗ, ਕੁਝ ਰਾਈਟਰ ਦੇ ਭਾਗ, ਕੁਝ 뮤ਜ਼ਿਕ ਵਾਲੇ ਦੇ ਭਾਗ, ਕੁਝ ਤਰਜ ਦੇ ਭਾਗ, ਕੁਝ ਉਸ ਸਟੂਡੀਓ ਦੇ ਭਾਗ ਸਾਰੇ ਭਾਗ ਰਲ ਕੇ ਇੱਕ ਗੀਤ ਨੂੰ ਜਨਮ ਦਿੰਦੇ ਆ। ਫਿਰ ਗਾਣਾ ਹਿੱਟ ਹੁੰਦਾ। ਇਸਕੇ ਤੇ ਹੈ ਮੈਨੂੰ ਤੇ ਜੇ ਕਿਸੇ ਨਵੇਂ ਰਾਈਟਰ ਨੇ ਇਸ ਕਹਾਤੇ ਦੂਰ ਕਰਤੀ ਤਾਂ ਥੈਂਕ ਯੂ। ਬਹੁਤ ਮਿਹਰਬਾਨੀ ਤੇ ਤੁਸੀਂ ਅੱਜ ਤੱਕ ਜੋ ਵੀ ਮੰਗਿਆ ਜਿਸ ਚੀਜ਼ ਬਾਰੇ ਅਰਦਾਸ ਕੀਤੀ ਦੀ ਉਹ ਜ਼ਰੂਰ ਪੂਰੀ ਹੋਈ ਤੇ ਤੁਹਾਡੇ ਪਰਿਵਾਰ ਦੇ ਵਿੱਚ ਤੰਦਰੁਸਤੀਆਂ ਬਣੀਆ ਰਹਿਣ ਤੁਹਾਡਾ ਸੰਗੀਤਕ ਸਫ਼ਰ ਏਵੇਂ ਹੀ ਚੱਲਦਾ ਰਹੇ ਬਹੁਤ ਮਿਹਰਬਾਨੀ ਸਾਨੂੰ ਸਮਾਂ ਦੇਣ ਦੇ ਲਈ ਸੱਚੀ ਕਾਜੀ ਸੱਚੀ ਕਾਜੀ